ਸਤਨਾਮ ਸ੍ਰੀ ਵਾਹਿਗੁਰੂ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ। ਡੰਡੋਤ ਵੰਦਨੀ ਅਨਕਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਆਪ ਮੁਕਤਮ ਹੋਏ ਤਾਰੇ ਜੀ ਐਸੇ ਗੁਰਾਂ ਤੋਂ ਬਲ ਬਲ, ਆਪ ਮੁਕਤਮ ਹੋਏ ਤਾਰੇ ਐਸੇ ਗੁਰਾਂ ਤੋਂ ਬਲ ਬਲ। ਸ਼ਿਕਾਰੇ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਹੋਏ ਤਾਰੇ। ਕਵਨ 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 ਗੁਣ ਕਹੀਏ, ਅੰਤ ਨਹੀਂ ਕਿਛ ਪਾਰੈ, ਲਾਖ 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 ਕਈ ਕੋਰੈ, ਉਹ ਹੈ ਐਸੋ ਵਿਚਾਰ। ਬਿਸਮ 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 ਹੀ ਪਈ ਹੈ, ਲਾਲ ਬੁਲਾ ਰੰਗਾਰ, ਕਉ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੁੰਗਾ ਮੁਸਕਾਰ। ਆਪ ਮੁਕਤ ਹੋਏ ਤਾਰੇ ਐਸੇ ਗੁਰਾਂ ਤੋਂ ਮਨ ਮਨ, ਆਪ ਮੁਕਤ
ਸਾਧ ਗੱਚ ਕੇ ਬੋਲਣਾ ਸਤਨਾਮ ਸ੍ਰੀ ਗੱਚ ਪਿੱਛੇ ਨੂੰ ਹੋ ਜਾ ਥੋੜ੍ਹਾ ਜਿਹਾ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਆਪ ਬੈਠੇ ਹੋਏ ਬਹੁਤ ਪਿਆਰ ਦਾ ਪ੍ਰਸੰਗ ਸਰਵਣ ਕਰ ਰਹੇ ਸੀ। ਸਾਰਾ ਸੰਸਾਰ ਸ਼ਾਂਤੀ ਵਾਸਤੇ ਅਨੇਕਾਂ ਕਿਸਮ ਦੇ ਯਤਨ ਕਰਦਾ, ਕੋਈ ਮਾਇਆ ਦੇ ਵਿੱਚ ਸੁੱਖ ਪਾਲਦਾ, ਕੋਈ ਪੁੱਤਰਾਂ ਦੀ ਪ੍ਰਾਪਤੀ ਵਿੱਚ ਸੁੱਖ ਪਾਲਦਾ, ਕੋਈ ਬਹੁਤ ਵੱਡੀਆਂ ਬਿਲਡਿੰਗਾਂ ਬਣਾ ਕੇ ਸੁੱਖ ਪਾਲਦਾ, ਕੋਈ ਰਾਜਸੀ ਅਹੁਦੇ ਪ੍ਰਾਪਤ ਕਰਕੇ ਸੁੱਖ ਪਾਲਦਾ। ਅਨੇਕਾਂ ਸੰਸਾਰ ਦੀਆਂ ਧਾਰਨਾਵਾਂ ਹਨ, ਮਨੌਤਾਂ ਹਨ, ਬੜੀਆਂ ਠੋਸ ਦਲੀਲਾਂ ਨੇ ਉਹਨਾਂ ਦੇ ਪਿੱਛੇ ਕਿ ਜੇ ਪੈਸਾ ਨਾ ਹੋਵੇ ਤਾਂ ਆਦਮੀ ਕਿਵੇਂ ਸੁਖੀ ਹੋ ਸਕਦਾ, ਚੰਗੀ ਕੋਠੀ 'ਚ ਰਹਿਣ ਵਾਸਤੇ ਥਾਂ ਨਾ ਮਿਲਦਾ ਹੋਵੇ, ਸਵਾਰੀ ਕੋਲ ਨਾ ਹੋਵੇ ਅਤੇ ਹੋਰ ਚਾਰ ਬੰਦਿਆਂ ਦੇ ਵਿੱਚ ਇੱਜ਼ਤ ਨਾ ਹੋਵੇ, ਰਾਜਸੀ ਸ਼ਕਤੀ ਹੱਥ ਵਿੱਚ ਨਾ ਹੋਵੇ, ਕਿਵੇਂ ਆਦਮੀ ਸੁਖੀ ਹੋ ਜਾਏਗਾ? ਇਹਦੇ ਸੁੱਖ ਦੇ ਵਾਸਤੇ ਯਤਨ ਕਰਨ ਵਾਸਤੇ, ਇਹਨਾਂ ਚੀਜ਼ਾਂ ਦੀ ਪ੍ਰਾਪਤੀ ਵਾਸਤੇ ਆਦਮੀ ਦਿਨ ਰਾਤ ਇੱਕ ਕਰ ਦਿੰਦਾ ਕਿ ਮੈਂ ਸੁਖੀ ਹੋ ਜਾਵਾਂ। ਪਰ ਕੋਈ ਸੁਖੀ ਹੋਇਆ ਜਿਉਂ ਜਿਉਂ ਪ੍ਰਕਿਰਤੀ ਦਾ ਪਸਾਰਾ ਹੁੰਦਾ ਹੈ, ਪ੍ਰਵਿਰਤੀ ਦਾ, ਓਨਾ ਹੀ ਉਹਦੇ ਵਿੱਚ ਦੁੱਖ ਨਿਕਲਦਾ ਤੁਰਿਆ ਜਾਂਦਾ ਹੈ। ਜੇ ਇੱਕ ਸੇਰ ਸੁੱਖ ਨਿਕਲਦਾ, ਇੱਕ ਮਨ ਉਹਦੇ ਪਿੱਛੇ ਦੁੱਖ ਛੁਪਿਆ ਪਿਆ। ਸੁੱਖ ਮੰਗ ਦੁੱਖ ਅੱਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਪਾਵੇ। ਕਹਿੰਦੇ ਅਜਿਹੇ ਸੁੱਖ ਦੀ ਕੋਈ ਲੋੜ ਨਹੀਂ ਹੈ ਜਿਸ ਸੁੱਖ ਨੂੰ ਮੰਗਣ ਤੋਂ ਬਾਅਦ ਦੁੱਖ ਅੱਗੇ ਆ ਜਾਵੇ। ਵਿਚਾਰ ਕੇ ਦੇਖ ਲਓ, ਪੁੱਤਰ ਦੀ ਪ੍ਰਾਪਤੀ ਨਹੀਂ ਹੋਈ, ਮਾਰਿਆ ਮਾਰਿਆ ਫਿਰਦਾ, ਬਹੁਤ ਇਹੋ ਜਿਹੇ ਕਰਮ ਕਰਦਾ, ਥਾਂ ਥਾਂ 'ਤੇ ਜਾ ਕੇ ਨੀਵਾਂ ਹੁੰਦਾ, ਜਿੱਥੇ ਨਹੀਂ ਵੀ ਸਿਰ ਚੁਕਾਉਣਾ ਉੱਥੇ ਜਾ ਕੇ ਵੀ ਚੁਕਾਉਂਦਾ। ਪੁੱਤਰ ਪ੍ਰਾਪਤ ਹੋ ਜਾਂਦਾ ਅਖੀਰ, ਉਹੀ ਪੁੱਤਰ ਪੈਦਾ ਹੋ ਕੇ ਬਿਮਾਰ ਹੋ ਜਾਂਦਾ। ਉਹ ਜਿਹੜਾ ਸੁੱਖ ਥੋੜ੍ਹੀ ਦੇਰ ਵਾਸਤੇ ਪ੍ਰਾਪਤ ਹੋਇਆ ਸੀ, ਉਹ ਕਿੰਨੇ ਦੁੱਖ 'ਚ ਬਦਲ ਗਿਆ। ਦੌੜਿਆ ਫਿਰਦਾ ਵੀ ਕਿਤੇ ਇਹਨੂੰ ਆਹ ਗੱਲ ਨਾ ਹੋ ਜਾਵੇ, ਆਹ ਗੱਲ ਨਾ ਹੋ ਜਾਵੇ, ਉਹੀ ਨਲਾਇਕ ਨਿਕਲ ਜਾਵੇ, ਗਲਤ ਸੰਗਤ 'ਚ ਪੈ ਜਾਵੇ, ਸ਼ਰਾਬੀ ਬਣ ਜਾਵੇ, ਜੂਏਬਾਜ਼ ਬਣ ਜਾਵੇ, ਹੋਰ ਚੋਰ ਚਕਾਰ ਬਣ ਜਾਵੇ, ਕਿੰਨਾ ਦੁੱਖ ਖੜਾ ਹੋ ਜਾਂਦਾ। ਸੁੱਖ ਤਾਂ ਥੋੜ੍ਹੀ ਦੇਰ ਵਾਸਤੇ ਮਹਿਸੂਸ ਹੋਇਆ ਸੀ, ਬਾਅਦ 'ਚ ਕਿੰਨਾ ਦੁੱਖ ਪ੍ਰਾਪਤ ਹੋਇਆ। ਇਸੇ ਤਰ੍ਹਾਂ ਕੋਈ ਵੀ ਸੁੱਖ, ਮਹਾਰਾਜ ਕਹਿੰਦੇ ਸੰਸਾਰ ਦੀਆਂ ਜਿੰਨੀਆਂ ਵੱਡੀਆਂ ਵਡਿਆਈਆਂ ਨੇ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਸੁੱਖਾਂ ਦੀ ਗਿਣਤੀ ਕੋਈ ਨਹੀਂ ਹੈ ਅਤੇ ਰਸਾਂ ਦੇ ਭੋਗਾਂ ਦੇ ਵਿੱਚ ਕੋਈ ਰੁਕਾਵਟ ਨਹੀਂ। ਕਿਉਂਕਿ ਸਰੀਰ ਜੇ ਸਵਸਥ ਨਾ ਹੋਵੇ, ਮਿੱਠਾ ਖਾਣ ਨੂੰ ਜੀ ਕਰਦਾ ਹੋਵੇ, ਡਾਕਟਰ ਬੰਦ ਕਰ ਦਿੰਦੇ ਨੇ ਕਿ ਤੈਨੂੰ ਬਲੱਡ ਸ਼ੂਗਰ ਹੈ, ਮਿੱਠਾ ਨਾ ਖਾਈ। ਉਹਦਾ ਜੀ ਕਰਦਾ ਵੀ ਫਲ ਖਾ ਲਾ, ਖਾ ਨਹੀਂ ਸਕਦਾ। ਕੋਈ ਰਸ ਭੋਗਣ ਨੂੰ ਜੀ ਕਰਦਾ, ਨਹੀਂ ਭੋਗ ਸਕਦਾ, ਕਿਉਂਕਿ ਅੱਗੇ ਬਿਮਾਰੀ ਦਾ ਪਰਛਾਵਾਂ ਖੜਾ। ਲੇਕਿਨ ਮਹਾਰਾਜ ਕਹਿੰਦੇ ਇੰਨੇ ਸੁੱਖ ਹੋਣ, ਇੰਨੇ ਰਸ ਹੋਣ ਵੀ ਉਹਨੂੰ ਕੋਈ ਇਫੈਕਟ ਨਾ ਹੁੰਦਾ ਹੋਵੇ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮੋਤੀ ਅਤੇ ਹੀਰੇ ਲਾ ਕੇ ਡੈਕੋਰੇਸ਼ਨ ਕੀਤੀ ਹੋਵੇ ਕੋਠੀਆਂ ਦੀ, ਮਨ ਇੱਛੇ ਸੁੱਖ ਮਾਣ ਦਾ ਕਿਛ ਨਾ ਹੈ ਵਸੂਰੇ। ਜਿੰਨੇ ਮਨ ਦੇ ਅੰਦਰ ਖਿਆਲ ਆਉਂਦੇ ਨੇ, ਓਨੇ ਹੀ ਸੁੱਖ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ ਕਿ ਕਿਸੇ ਸੁੱਖ ਦਾ ਕੋਈ ਬਾਅਦ ਵਿੱਚ ਦੁੱਖ ਨਾ ਨਿਕਲਦਾ ਹੋਵੇ। ਜੇ ਵਾਹਿਗੁਰੂ ਚਿੱਤ ਨਹੀਂ ਆਉਂਦਾ, ਚਿੱਤ ਵਿੱਚ ਨਹੀਂ ਵੱਸਦਾ, ਅਸੀਂ ਜ਼ਬਾਨ ਦੇ ਨਾਲ ਵਾਹਿਗੁਰੂ ਨੂੰ ਯਾਦ ਕਰ ਲੈਂਦੇ ਹਾਂ, ਚਿੱਤ 'ਚ ਨਹੀਂ ਵਸਿਆ ਜੀ। ਸਵਾਸ ਦੇ ਨਾਲ ਨਾਮ ਜਪਦੇ ਹਾਂ, ਚਿੱਤ ਵਿੱਚ ਨਹੀਂ ਵਸਿਆ। ਕਹਿੰਦੇ ਜੇ ਚਿੱਤ 'ਚ ਨਹੀਂ ਵਸਿਆ ਤਾਂ ਵਿਸ਼ਟਾ ਦੇ ਕੀੜੇ ਵਰਗਾ ਹਾਲ ਹੋਇਆ ਕਰਦਾ, ਕੁਰਬਲ ਕੁਰਬਲ ਕਰਦਾ ਫਿਰਦਾ ਸੰਸਾਰ, ਹਾਏ ਹਾਏ ਹੋ ਰਹੀ ਹੈ ਚਾਰੇ ਪਾਸੇ, ਕੋਈ ਸੁਖੀ। ਮਹਾਰਾਜ ਕਹਿੰਦੇ ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਸਾਰੀ। ਨਾਮ ਨੂੰ ਭੁੱਲ ਕੇ ਸੰਸਾਰ ਸੁੱਖ 'ਚ ਆਉਂਦਾ। ਕਹਿੰਦੇ ਐਡਾ ਜੂਏਬਾਜ਼ ਕਿ ਇਹਨੂੰ ਪਤਾ ਹੀ ਨਹੀਂ ਦੌ ਗਲਤ ਦੌ ਦੇ ਉੱਤੇ ਦੌ ਲਾਈ ਜਾਂਦਾ, ਨਾਮ ਵੱਲ ਨਹੀਂ ਆਉਂਦਾ। ਫਿਰ ਦੂਸਰੇ ਪਾਸੇ ਮਹਾਰਾਜ ਕਹਿੰਦੇ ਵੀ ਜੇ ਇਹ ਚੀਜ਼ਾਂ ਦੀ ਨਾਮ ਪ੍ਰਾਪਤੀ ਹੋਵੇ, ਚੰਗੀ ਕੋਠੀ ਕੋਲ ਨਾ ਹੋਵੇ, ਚੰਗੀ ਸਵਾਰੀ ਨਾ ਹੋਵੇ, ਚੰਗੇ ਚਾਰ ਬੰਦਿਆਂ 'ਚ ਇੱਜ਼ਤ ਨਾ ਹੋਵੇ, ਕੋਈ ਜਾਇਦਾਦ ਨਾ ਹੋਵੇ, ਫਿਰ ਆਦਮੀ ਦਾ ਮਨ ਕਿਹੋ ਜਿਹਾ ਹੁੰਦਾ?
ਮਹਾਰਾਜ ਕਹਿੰਦੇ ਜੇ ਬੰਦਗੀ ਵਾਲਾ ਹੈ ਤਾਂ ਉਹਦਾ ਮਨ ਪਰਮ ਸ਼ਾਂਤ ਹੋਇਆ ਕਰਦਾ ਸਭ ਹਾਲਾਤ ਦੇ ਵਿੱਚ ਰਹਿੰਦੇ ਹੋਏ। ਬਸਤਾ ਟੁੱਟੀ ਚੌਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਧਿਆਨ ਪਰਮੰਨਾ, ਮਿੱਤਰ ਨਾਇਠ ਤਨ ਰੂਪਹੀਣ ਕੋਈ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਜੇ ਨਾਮ ਦੇ ਵਿੱਚ ਮਨ ਭਿੱਜਿਆ ਹੋਇਆ ਹੈ ਤਾਂ ਕਹਿੰਦੇ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਭਾਈ, ਜਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਸੋ ਇਸ ਕਰਕੇ ਸੁੱਖ ਨੂੰ ਸੰਸਾਰ ਚਾਹੁੰਦਾ ਹੈ ਪਰ ਸੁੱਖ ਨਾਮ ਦੀ ਪ੍ਰਾਪਤੀ ਤੋਂ ਬਗੈਰ ਨਹੀਂ ਹੋਇਆ ਕਰਦਾ। ਸੋ ਪਿਛਲਾ ਕਈ ਦੀਵਾਨਾਂ 'ਚੋਂ ਇਹ ਵਿਚਾਰ ਕਰ ਰਹੇ ਸੀ ਕਿ ਆਦਮੀ ਨਾਮ ਨੂੰ ਕਿਵੇਂ ਪ੍ਰਾਪਤ ਕਰ ਸਕਦਾ, ਕਿਸ ਤਰ੍ਹਾਂ ਉਸ ਅਵਸਥਾ ਨੂੰ ਪਹੁੰਚ ਸਕਦਾ ਜਿੱਥੇ ਗੁਰੂ ਮਹਾਰਾਜ ਵਾਰ ਵਾਰ ਸਾਨੂੰ ਪਹੁੰਚਾਉਣ ਦਾ ਇਸ਼ਾਰਾ ਕਰਦੇ ਨੇ। ਸਾਰਾ ਸੰਸਾਰ ਨਾਮ ਜਪਦਾ, ਰਾਮ ਰਾਮ ਸਭ ਕੋ ਕਹੇ ਕਹਿ ਰਾਮ ਨਾ ਹੋਏ, ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਕਹਿੰਦੇ ਜਿੰਨੀ ਦੇਰ ਤੱਕ ਚਿੱਤ 'ਚ ਨਹੀਂ ਵਸਦਾ, ਮਨ 'ਚ ਨਹੀਂ ਵਸਦਾ, ਉਹਨਾਂ ਚਿਰ ਸਾਰਾ ਸੰਸਾਰ ਕਹੀ ਜਾਂਦਾ, ਕਹੇ ਨਾਲ ਤਾਂ ਗੱਲ ਬਣਦੀ ਨਹੀਂ ਹੈ। ਜ਼ਰੂਰ ਇਸ ਗੱਲ ਵਿੱਚ ਭੇਤ ਆ ਗਿਆ ਕੋਈ, ਜਿਹੜਾ ਸਮਝਣ ਦੀ ਲੋੜ ਹੈ, ਇਸ਼ਾਰਾ ਹੈ ਕੋਈ ਮਹਾਰਾਜ ਦਾ ਬਹੁਤ ਗਹਿਰਾ, ਜਿਸ ਨੂੰ ਸਾਨੂੰ ਸਮਝਣਾ ਚਾਹੀਦਾ ਵੀ ਨਾਮ ਸੱਚ ਜਪਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਨਿਤਨੇਮ ਕਰਦੇ ਹਾਂ, ਪਰ ਇਹ ਸਭ ਕੁਛ ਕਰਦੇ ਹੋਏ ਫਿਰ ਕੀ ਵਜ੍ਹਾ ਹੈ? ਸਾਡੇ ਅੰਦਰ ਉਹੀ ਚੀਜ਼ਾਂ ਨੇ, ਉਹੀ ਗੁੱਸਾ ਹੈ, ਉਹੀ ਨਿੰਦਿਆ ਹੈ, ਉਹੀ ਨਫ਼ਰਤ ਹੈ, ਉਹੀ ਬੇਰਸੀ ਹੈ, ਰਸ ਵਿੱਚ ਅਸੀਂ ਆਉਂਦੇ ਨਹੀਂ ਹਾਂ, ਉਹੀ ਫਰਸਟ੍ਰੇਸ਼ਨ ਹੈ, ਉਸੇ ਤਰ੍ਹਾਂ ਮਨ ਦੇ ਅੰਦਰ ਬਹਾਉ ਚੱਲਦੇ ਨੇ, ਵਜ੍ਹਾ ਕੀ ਹੈ? ਫਿਰ ਨਾਮ ਵਿੱਚ ਅਸਰ ਨਹੀਂ ਹੈ ਕੋਈ, ਜਾਂ ਸਾਡੀ ਅਪਰੋਚ 'ਚ ਕੋਈ ਫਰਕ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਸਾਧ ਸਿੰਘ ਜੀ, ਕੇਵਲ ਇੱਕੋ ਇੱਕ ਸਾਰੇ ਸੰਸਾਰ ਦੇ ਧਾਰਮਿਕ ਇਤਿਹਾਸ ਦੇ ਅੰਦਰ ਇੱਕੋ ਇੱਕ ਚੀਜ਼ ਹੈ ਜਿਸ ਨੂੰ ਮੌਲਿਕ ਕਿਹਾ ਜਾ ਸਕਦਾ, ਜੋ ਓਰਿਜਨੈਲਿਟੀ ਦੇ ਵਿੱਚ ਪੂਰੀ ਤਰ੍ਹਾਂ ਕਾਇਮ ਹੈ, ਜਿਹਦੀ ਅਥੈਂਟੀਸਿਟੀ ਪੂਰੀ ਤਰ੍ਹਾਂ ਮੰਨੀ ਜਾਂਦੀ ਹੈ। ਬਾਕੀਆਂ ਦੀ ਕੀ ਗੜਬੜ ਹੈ? ਬਾਕੀਆਂ ਦਾ ਇਹ ਹੈ ਕਿ ਜਿੰਨੇ ਧਰਮ ਗ੍ਰੰਥ ਨੇ ਉਹ ਜਿਨ੍ਹਾਂ ਨੇ ਉਚਾਰਨ ਕਰੇ ਨੇ ਉਹਨਾਂ ਨੇ ਲਿਖੇ ਨਹੀਂ ਹੈਗੇ, ਲਿਖਣ ਵਾਲੇ ਬਾਅਦ 'ਚ ਆਏ ਹੈ। ਬਾਈਬਲ ਈਸਾ ਜੀ ਦੇ ਵਚਨ ਨੇ, ਬੜੀ ਦੇਰ ਤੋਂ ਬਾਅਦ ਇਹ ਲਿਖਤੀ ਵਜੂਦ ਵਿੱਚ ਆਈ, ਉਨੀ ਦੇਰ ਤੱਕ ਇਹ ਯਾਦ ਉੱਤੇ ਕਾਇਮ ਰਹੀ। ਯਾਦ ਦਾ ਕੋਈ ਭਰੋਸਾ ਨਹੀਂ ਹੋਇਆ ਕਰਦਾ, ਯਾਦ ਆਦਮੀ ਦੀ ਬਦਲ ਜਾਇਆ ਕਰਦੀ। ਅੱਜ ਯਾਦ ਹੈ, ਕੱਲ੍ਹ ਨੂੰ ਅਸੀਂ ਹੈਰਾਨ ਹੁੰਦੇ ਹਾਂ ਵੀ ਇਹ ਬੰਦੇ ਦਾ ਮੈਨੂੰ ਨਾਂ ਨਹੀਂ ਆਉਂਦਾ, ਦੇਖਿਆ ਮੈਂ ਕਿੰਨੀ ਕੁ ਯਾਦਦਾਸ਼ਤ ਹੈ ਸਾਡੀ। ਰੋਜ਼ 2-4 ਹਜ਼ਾਰ ਬੰਦਿਆਂ ਨਾਲ ਵਾਹ ਪੈਂਦਾ ਹੋਵੇ, ਕਿੰਨੀ ਕੁ ਯਾਦਦਾਸ਼ਤ ਅਸੀਂ ਰੱਖ ਲਾਂਗੇ? ਸੋ ਯਾਦਦਾਸ਼ਤ ਤੋਂ ਲਿਖਿਆ ਗਿਆ, ਜੇ ਗੀਤਾ ਜੀ ਉਚਾਰੀ ਗਈ ਹੈ ਤਾਂ ਉਹ ਕਨਵੇ ਕੀਤੀ ਗਈ ਹੈ, ਜਿਹਨੂੰ ਬਾਅਦ ਵਿੱਚ ਜਾ ਕੇ ਵਿਆਸ ਜੀ ਨੇ ਲਿਖਤੀ ਸ਼ਕਲ ਲਿਆਂਦੀ। ਵੇਦ ਰਿਸ਼ੀਆਂ ਮੁਨੀਆਂ ਦੇ ਅਨੁਭਵ 'ਚੋਂ ਆਏ, ਬਹੁਤ ਦੇਰ ਤੋਂ ਬਾਅਦ ਯਾਦਦਾਸ਼ਤ ਦੇ ਬਲ ਦੇ ਉੱਤੇ ਲਿਖੇ ਗਏ। ਕੁਰਾਨ ਸ਼ਰੀਫ ਮੁਹੰਮਦ ਸਾਹਿਬ ਬੋਲਦੇ ਗਏ, ਲੇਕਿਨ ਬਾਅਦ ਵਿੱਚ ਜਾ ਕੇ ਇਹਨੂੰ ਸਾਰੇ ਨੂੰ ਲਿਖਿਆ ਪੜ੍ਹਿਆ ਗਿਆ, ਅਤੇ ਬਹੁਤ ਸਾਰੇ ਐਸੀਆਂ ਆਇਤਾਂ ਸੀ ਜਿਹੜੀਆਂ ਕੱਟਣੀਆਂ ਪਈਆਂ ਨੇ, ਵਿੱਚ ਗਿਣੀਆਂ ਨਹੀਂ। ਇਹ ਕੇਵਲ ਗੁਰਬਾਣੀ ਹੈ ਜੋ ਲਿਖਤੀ ਰੂਪ 'ਚ ਚੱਲੀ ਆ ਰਹੀ ਸੀ। ਬਾਬਾ ਮੋਹਨ ਜੀ ਪਾਸ ਪੋਥੀਆਂ ਸਨ, ਗੁਰੂ ਮਹਾਰਾਜ ਜੀ ਨੇ, ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਰੂਪ ਦਿੱਤਾ ਲਿਖਤੀ ਗੁਰੂ ਗ੍ਰੰਥ ਸਾਹਿਬ ਦੀ, ਜੋ ਸਾਡੇ ਸਾਹਮਣੇ ਪ੍ਰਕਾਸ਼ ਹੈ, ਇਹ ਉਹਨਾਂ ਦੀ ਕਿਰਪਾ ਹੈ। ਇਸ ਤੋਂ ਬਾਅਦ ਦੂਜੀ ਵਾਰੀ ਟੈਸਟ ਹੋਇਆ ਕਿ ਕੀ ਗੁਰੂ ਸਮਰੱਥ ਗੁਰੂ ਜੋ ਹੈ ਉਹਦਾ ਕਨੈਕਸ਼ਨ ਦਰਗਾਹ ਦੇ ਵਿੱਚ ਹੈ, ਕਿਉਂਕਿ ਇਹ ਬਾਣੀ ਸਾਰੀ ਰਲੇ ਹੋਈ ਹੋਈ ਹੈ, ਆਪਣੀ ਵਿਚਾਰੀ ਹੋਈ ਨਹੀਂ, ਉਹ ਆਪੋ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮੋ ਜੀ। ਅੰਦਰੋਂ ਚੀਜ਼ ਆਉਂਦੀ ਸੀ, ਉਹ ਲਿਖਤੀ ਰੂਪ ਵਿੱਚ ਆਈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦਮਦਮਾ ਸਾਹਿਬ ਵਿੱਚ ਇਹ ਕਿਹਾ ਕਿ ਭਾਈ ਹੁਣ ਸਾਨੂੰ ਕੁਛ ਫੁਰਸਤ ਹੈ, ਤੁਹਾਡੇ ਨਾਲ ਅਸੀਂ ਵਚਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗੇ, ਜਾਓ ਤੀਰਮਲ ਤੋਂ ਬੀੜ ਲੈ ਕੇ ਆਓ, ਨਾਲੇ ਉਤਾਰੇ ਕਰ ਲਾਂਗੇ, ਨਾਲ ਦੀ ਨਾਲ ਅਰਥ ਕਰੀ ਜਾਵਾਂਗੇ। ਉਸ ਵੇਲੇ ਉਸਨੇ ਜਵਾਬ ਦੇ ਕੇ ਤਰਕ ਮਾਰੀ, ਕਹਿਣ ਲੱਗਿਆ ਜੇ ਸੱਚਮੁੱਚ ਗੁਰੂ ਨਾਨਕ ਦਾ ਰੂਪ ਹੈ
ਤਾਂ ਫਿਰ ਇਹਨਾਂ ਨੂੰ ਕੀ ਔਖੀ ਆਪਣੇ ਅਨੁਭਵ ਤੋਂ ਬਾਣੀ ਉਚਾਰਨ ਕਰ ਲੈ। ਉਸ ਵੇਲੇ ਮਹਾਰਾਜ ਨੇ, ਕਿਉਂਕਿ ਬਹੁਤ ਸਾਰੇ ਯੁੱਧ ਹੋ ਚੁੱਕੇ ਸੀ ਅਤੇ ਆਖਰੀ ਯੁੱਧ ਦੇ ਅੰਦਰ ਅਨੰਦਪੁਰ ਸਾਹਿਬ ਛੱਡਣਾ ਪਿਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਛੋਟੇ ਸਾਹਿਬਜ਼ਾਦਿਆਂ ਨੂੰ ਨਿਆਂ ਚਿਣਿਆ ਗਿਆ। ਅਤੇ ਉਸ ਵੇਲੇ ਇਕੱਲੇ ਦੋ ਸਿੰਘ ਨਾਲ ਨੇ, ਤਾਂ ਆਪ ਮਾਲਵੇ ਵਿੱਚ ਪਹੁੰਚਦੇ ਨੇ। ਬਹੁਤ ਸਾਰੀ ਸੰਗਤ ਪਿਛਲੀ ਸੀ, ਬਹੁਤ ਸਾਰੀ ਨਵੀਂ ਸੀ, ਕਿੰਨਿਆਂ ਦੇ ਮਨਾਂ 'ਚ ਇਹ ਸ਼ੰਕੇ ਗੁਜ਼ਰਦੇ ਸੀ ਵੀ ਗੁਰੂ ਮਹਾਰਾਜ ਨੇ ਸ਼ਕਤੀ ਕਿਉਂ ਨਾ ਵਰਤੀ। ਜਦੋਂ ਇਹ ਸਮਰੱਥ ਨੇ ਤਾਂ ਇਹ ਸ਼ਕਤੀ ਵਰਤ ਲੈਂਦੇ, ਤਾਂ ਇਹ ਸਾਰੇ ਸ਼ੰਕਿਆਂ ਦਾ ਉੱਤਰ ਦੇਣ ਵਾਸਤੇ ਜ਼ਰੂਰੀ ਸੀਗਾ। ਸੋ ਮਹਾਰਾਜ ਕਹਿਣ ਲੱਗੇ, ਭਾਈ ਤੰਬੂ ਲਾ ਲਓ ਅਤੇ ਭਾਈ ਮਨੀ ਸਿੰਘ ਲਿਖਿਆ ਕਰਨਗੇ। 14 ਸਾਲ ਦੀ ਉਮਰ ਸੀ ਉਹਨਾਂ ਦੀ, ਸੱਚੇ ਪਾਤਸ਼ਾਹ ਮੈਂ 14 ਸਾਲ ਦਾ ਬੱਚਾ, ਮੈਨੂੰ ਕੀ ਪਤਾ ਹੈ ਬਾਣੀ ਦੇ ਅਨੁਭਵ ਦਾ, ਇਹਦੇ ਵਿੱਚ ਕਿਵੇਂ ਔਂਕੜ ਲੱਗਦੇ ਨੇ, ਕਿਵੇਂ ਸਿਆਰੀਆਂ, ਕਿਵੇਂ ਬਿਹਾਰੀਆਂ, ਕਿਵੇਂ ਲਾਵਾਂ, ਕਿਵੇਂ ਦਲਾਈਆਂ। ਪਾਤਸ਼ਾਹ ਮੈਨੂੰ ਵਿਆਹ ਕਰਨ ਦੀ ਸੋਝੀ ਨਹੀਂ ਹੈ, ਮੈਨੂੰ ਗੁਰਬਾਣੀ ਦੀ ਗੂੜ ਭਾਵ ਦਾ ਕੋਈ ਪਤਾ ਨਹੀਂ। ਮਹਾਰਾਜ ਕਹਿੰਦੇ, ਭਾਈ ਮਨੀ ਸਿੰਘ ਕਲਮ ਰੱਖੀ ਜਾਈ, ਅਕਾਲ ਪੁਰਖ ਨੇ ਚਲਾਉਣੀ ਹੈ। ਸਮਾਧੀ ਸਥਿਤ ਹੋ ਕੇ ਬਹਿ ਜਾਂਦੇ ਸੀ ਅਤੇ ਆਪ ਕੋਈ ਤਕਰੀਬਨ 2-3 ਪੱਤਰੇ ਰੋਜ਼ ਉਚਾਰਿਆ ਕਰਦੇ ਸੀ ਅਤੇ ਰੋਜ਼ ਦੀ ਰੋਜ਼ ਉਹਦੀ ਕਥਾ ਕਰਿਆ ਕਰਦੇ ਸੀ। ਸਾਰੀ ਗੁਰਬਾਣੀ ਇਸੇ ਤਰ੍ਹਾਂ ਅਨੁਭਵ ਦੇ ਵਿੱਚੋਂ ਆਪ ਨੇ ਉਚਾਰਨ ਕੀਤੀ। ਸੋ ਇਹ ਅਥੈਂਟੀਸਿਟੀ ਹੈ, ਪਹਿਲੀ ਬੀੜ ਮਿਲਾ ਲਓ, ਇਹ ਮਿਲਾ ਲਓ, ਇੱਕ ਅੱਖਰ ਦਾ ਫਰਕ ਹੈ, ਕਹੋ ਕਬੀਰ ਹਮ ਭਏ ਖਲਾਸੇ, ਇਹਦੇ 'ਚ ਹੈ ਕਹੋ ਕਬੀਰ ਹਮ ਭਏ ਖਾਲਸੇ, ਜਾਣ ਕੇ ਇਹ ਫਰਕ ਪਾਇਆ ਗਿਆ ਸੀ। ਸੋ ਗੁਰੂ ਗ੍ਰੰਥ ਸਾਹਿਬ ਇੱਕ ਐਸਾ ਸਾਡੇ ਉੱਪਰ ਐਸੀ ਕਿਰਪਾ ਕੀਤੀ ਹੈ ਕਿ ਸਾਨੂੰ ਬਿਲਕੁਲ ਸਹੀ ਬਾਣੀ ਮਿਲ ਗਈ ਅਤੇ ਇਹਦੇ ਅੰਦਰ ਜੋ ਵੀ ਆਉਂਦਾ ਹੈ ਉਹ ਇਕੱਲੀ ਇਕੱਲੀ ਗੱਲ ਦਾ ਸਾਨੂੰ ਵਿਚਾਰ ਕਰਨਾ ਚਾਹੀਦਾ। ਸੋ ਆਪ ਦਾ ਫਰਮਾਨ ਹੈ ਕਿ ਰਾਮ ਰਾਮ ਸਭ ਕੋ ਕਹੇ, ਕਿਹਾ ਰਾਮ ਨਾ ਹੋਏ, ਵੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਸਾਰੇ ਕਰਦੇ ਨੇ ਵੀ, ਪਰ ਹੁੰਦਾ ਤਾਂ ਹੈ ਨਹੀਂ, ਹੈ ਮਨ ਵਿੱਚ ਨਹੀਂ ਵੱਸਦਾ, ਚਿੱਤ ਵਿੱਚ ਨਹੀਂ ਵੱਸਦਾ, ਫਿਰ ਜ਼ਰੂਰ ਇਸ ਗੱਲ ਵਿੱਚ ਕੋਈ ਭੇਤ ਹੈ। ਸੋ ਇਸੇ ਭੇਤ ਨੂੰ ਪੁੱਛਣ ਵਾਸਤੇ ਰਾਜਾ ਸ਼ਿਵਨਾਭ ਗੁਰੂ ਨਾਨਕ ਪਾਸ ਬੇਨਤੀ ਕਰਦਾ, ਲੰਕਾ ਦਾ ਰਾਜਾ, ਹੇ ਸਤਿਗੁਰੋ ਕਿਰਪਾ ਕਰਕੇ ਉਹ ਮਾਰਗ ਦੱਸੋ ਜਿਸ ਦੇ ਨਾਲ ਪ੍ਰਭੂ ਤੱਕ ਪਹੁੰਚੀ ਦੇ। ਅਤੇ ਮੈਂ ਸੁਣਿਆ ਕਿ ਅੰਦਰੇ ਹੈ ਆਦਮੀ ਦੇ ਰਸਤਾ, ਉਹ ਕਿਰਪਾ ਕਰਕੇ ਉਹ ਰਸਤੇ ਦੀ ਸੋਝੀ ਪਾਓ। ਇਸੇ ਤਰ੍ਹਾਂ ਮਾਤਾ ਜੀਤੋ ਜੀ ਨੇ ਆ ਕੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੋ ਅੰਦਰਲੀ ਅਵਸਥਾ ਹੈ, ਅੰਦਰਲੀਆਂ ਅਵਸਥਾਵਾਂ ਹਨ, ਆਪ ਕਿਰਪਾ ਕਰਕੇ ਉਹਨਾਂ ਨੂੰ ਪ੍ਰਗਟ ਕਰਨ ਦਾ ਯਤਨ ਕਰੋ ਤਾਂ ਕਿ ਇਹ ਉਸ ਰਸਤੇ 'ਤੇ ਤੁਰ ਕੇ ਉਸ ਥਾਂ 'ਤੇ ਜਿਸ ਨੂੰ ਪਰਮ ਪਦ ਕਹਿੰਦੇ ਨੇ ਉੱਥੇ ਪਹੁੰਚਿਆ ਜਾ ਸਕੇ, ਪਰਮ ਅਵਸਥਾ ਵਿੱਚ ਨਿਵਾਸ ਕੀਤਾ ਜਾ ਸਕੇ। ਸੋ ਦੋਵੇਂ ਬਾਤਾਂ ਇੱਕੋ ਹੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਰਾਜਾ ਸ਼ਿਵਨਾਭ ਨੂੰ ਕਹਿਣ ਲੱਗੇ, ਰਾਜਨ ਦੋ ਰਸਤੇ ਨੇ, ਇੱਕ ਰਸਤੇ ਨੂੰ ਕਸ਼ਟ ਮਾਰਗ ਕਹਿੰਦੇ ਨੇ, ਇੱਕ ਨੂੰ ਸਹਿਜ ਮਾਰਗ ਕਹਿੰਦੇ ਨੇ। ਰਸਤੇ ਤਾਂ ਬੇਅੰਤ ਨੇ ਪਰ ਦੋ ਰਸਤੇ ਨੇ ਜਿਹੜੇ ਗੁਰਮਤ ਵਿੱਚ ਪ੍ਰਵਾਨ ਨੇ। ਕਹਿਣ ਲੱਗਿਆ, ਮਹਾਰਾਜ ਮੈਨੂੰ ਦੋਹਾਂ ਦੀ ਉਹ ਸੋਝੀ ਕਰਾ ਦਿਉ। ਤਾਂ ਮਹਾਰਾਜ ਪਹਿਲਾਂ ਇਹ ਦੱਸ ਰਹੇ ਨੇ ਕਿ ਜੋ ਥੋੜ੍ਹਾ ਔਖਾ ਰਸਤਾ ਹੈ, ਬੇਲ ਵਾਲੇ ਜਿਹੜੇ ਕਰ ਸਕਦੇ ਨੇ, ਲਗਨ ਵਾਲੇ ਕਰ ਸਕਦੇ ਨੇ, ਉਹ ਰਸਤਾ ਇਸ ਤਰ੍ਹਾਂ ਦੇ ਨਾਲ ਹੈ। ਉਹਦੀਆਂ ਪਿਛਲੇ 4 ਦੀਵਾਨਾਂ 'ਚ ਵਿਚਾਰ ਹੋ ਚੁੱਕੀ ਹੈ ਕਿ ਉਹਦੀਆਂ ਕੁਛ ਰਹਿਤਾਂ ਹੁੰਦੀਆਂ, ਜਦ ਤੱਕ ਆਦਮੀ ਰਹਿਤ ਨਹੀਂ ਰੱਖਦਾ ਉਨੀ ਦੇਰ ਤੱਕ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਜਿਸ ਤਰ੍ਹਾਂ ਦੇ ਨਾਲ ਇੱਕ ਜਹਾਜ਼ ਹੈ, ਉਹਦੇ 'ਚ 50-60 ਗਲੀਆਂ ਹੋ ਜਾਣ, ਕੀ ਹੋਏਗਾ, ਸਮੁੰਦਰ ਦਾ ਪਾਣੀ ਪੈਣਾ ਸ਼ੁਰੂ ਹੋ ਜਾਏਗਾ। ਜਦ ਤੱਕ ਉਹ ਗਲੀਆਂ ਪਲੱਗ ਨਹੀਂ ਕਰਦੇ, ਅਸੀਂ ਹੋਲ ਪਲੱਗ ਨਹੀਂ ਕਰਦੇ, ਸਮੁੰਦਰ ਪਾਰ ਨਹੀਂ ਹੋ ਸਕਦਾ, ਜਹਾਜ਼ ਡੁੱਬ ਜਾਏਗਾ ਪਾਣੀ ਭਰ ਕੇ। ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੇ ਅੰਦਰ
ਕੁਛ ਹੋਲ ਨੇ, ਗਲੀਆਂ ਨੇ, ਐਂ ਸਮਝ ਲਓ ਕੁਛ ਗਿਰਾਵਟਾਂ ਨੇ। ਜਦ ਤੱਕ ਅਸੀਂ ਉਹਨਾਂ ਨੂੰ ਪਲੱਗ ਨਹੀਂ ਕਰਦੇ ਉਨੀ ਦੇਰ ਤੱਕ ਨਹੀਂ ਹੁੰਦਾ। ਜਾਂ ਐਂ ਸਮਝ ਲਓ ਕੁਛ ਤਾਰਾਂ ਨੇ, ਜਿੰਨਾ ਚਿਰ ਉਹ ਡਿਸਕਨੈਕਟਡ ਨੇ ਉਨੀ ਦੇਰ ਤੱਕ ਉਹ ਡਾਰੀ ਨਹੀਂ ਮਾਰੀ ਜਾ ਸਕਦੀ। ਸੋ ਉਹਨਾਂ ਦੇ ਬਾਰੇ ਪਿੱਛੇ ਬੜੇ ਵਿਸਥਾਰ ਦੇ ਨਾਲ ਵਿਚਾਰ ਕੀਤੀ ਗਈ ਸੀ ਕਿ ਸਭ ਤੋਂ ਪਹਿਲਾਂ ਆਦਮੀ ਦੇ ਮਨ ਦੇ ਅੰਦਰ ਅਹਿੰਸਾ ਦੀ ਲੋੜ ਹੈ। ਕਿਸੇ ਜੀ ਨੂੰ ਦੁੱਖ ਨਾ ਦੇਣਾ, ਦੁੱਖ ਨਾ ਦੇ ਕਿਸੇ ਜੀ, ਪਤ ਸਿਉਂ ਕਰ ਜਾਵੋ, ਇੱਜ਼ਤ ਦੇ ਨਾਲ ਆਪਣੇ ਘਰ ਜਾਵਾਂਗੇ ਜੇ ਅਸੀਂ ਕਿਸੇ ਜੀਵ ਨੂੰ ਦੁੱਖ ਨਾ ਦਿੱਤਾ, ਨਾ ਸਰੀਰਕ ਤੌਰ 'ਤੇ, ਨਾ ਵਚਨ ਦੇ ਤੌਰ 'ਤੇ, ਨਾ ਮਾਨਸਿਕ ਤੌਰ 'ਤੇ, ਨਾ ਬੁੱਧੀ ਦੇ ਤੌਰ 'ਤੇ, ਨਾ ਆਪਣੇ ਆਤਮਿਕ ਬਲ ਨਾਲ। ਪੰਜ ਕਿਸਮ ਦੀ ਹਿੰਸਾ ਹੁੰਦੀ ਹੈ। ਪੰਜੇ ਕਿਸਮ ਦੀ ਹਿੰਸਾ ਛੱਡ ਕੇ ਜਦ ਅਸੀਂ ਪਹਿਰਾ ਦਿੰਦੇ ਹਾਂ ਕਿ ਜਵਾਨ ਤੋਂ ਰੁੱਖਾ ਨਹੀਂ ਬੋਲਣਾ, ਸਰੀਰ ਨਾਲ ਕਿਸੇ ਦਾ ਨੁਕਸਾਨ ਨਹੀਂ ਕਰਨਾ, ਮਨ ਨਾਲ ਕਿਸੇ ਦਾ ਬੁਰਾ ਨਹੀਂ ਚਿਤਵਣਾ, ਰੋਜ਼ ਇਹ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਹੱਦ, ਦਿਲੋਂ ਕਹਿਣੇ, ਦੁਸ਼ਮਣਾਂ ਦਾ ਵੀ ਭਲਾ, ਪਾਤਸ਼ਾਹ ਜਿਹੜੇ ਮੇਰੇ ਨਾਲ ਵਰਿਆਈਆਂ ਕਰਦੇ ਆ ਉਹਨਾਂ ਦਾ ਵੀ ਭਲਾ ਕਰ, ਉਹ ਭੁੱਲੇ ਹੋਏ ਨੇ ਉਹਨਾਂ ਨੂੰ ਸੋਝੀ ਦੇ। ਪਿਛਲੀ ਵਾਰੀ ਮੈਂ ਦੱਸਿਆ ਸੀ ਕਿ ਇੱਕ ਮਹਾਤਮਾ ਸੀ, ਬਾਬਾ ਫਰੀਦ ਜੀ ਨੂੰ ਇਹ ਕਹਿੰਦੇ ਨੇ ਕਿ ਉਹ ਜਾਂਦੇ ਨੇ ਤਾਂ ਰਸਤੇ ਦੇ ਅੰਦਰ ਕੋਈ ਬਹੁਤ ਗਲਤ ਬੰਦਾ ਮਿਲ ਗਿਆ, ਉਹਨੇ ਆ ਕੇ ਇਹਨਾਂ ਨੂੰ ਨਾਲੇ ਤਾਂ ਸਮਾਨ ਖੋਲਿਆ ਜਿਹੜਾ ਮਾੜੇ ਮੋਟੇ ਇੱਕ ਦੋ ਕੱਪੜੇ ਸੀ, ਅਤੇ ਨਾਲੇ ਧੱਕੇ ਧੁੱਕੇ ਬਹੁਤ ਮਾਰੇ। ਮਰੀਜ਼ ਕਹਿਣ ਲੱਗੇ ਬਾਬਾ ਜੀ ਅਸੀਂ ਕੁਛ ਦੇਖ ਨਹੀਂ ਸਕਦੇ, ਕਹਿੰਦੇ ਨਹੀਂ ਸ਼ਾਂਤ ਰਹੋ। ਅਖੀਰ ਜਦ ਉਹ ਚਲਿਆ ਗਿਆ ਇਹਨਾਂ ਦੇ ਨੇਤਰਾਂ 'ਚੋਂ ਜਲ ਜਾਣ ਲੱਗ ਗਿਆ, ਤਾਂ ਮਰੀਦਾਂ ਨੇ ਕਿਹਾ ਕਹਿੰਦੇ ਮੁਰਸ਼ਿਦ ਜਦੋਂ ਉਹ ਹਾਜ਼ਰ ਸੀ ਧੱਕੇ ਮਾਰਦਾ ਸੀ ਉਸ ਵੇਲੇ ਅਸੀਂ ਕਹਿੰਦੇ ਸੀ ਵੀ ਇਹਨੂੰ ਫੜ ਲਈਏ, ਹੁਣ ਤੁਸੀਂ ਕਿਉਂ ਰੋਂਦੇ ਹੋ? ਕਹਿੰਦੇ ਮੈਂ ਨਹੀਂ ਰੋਂਦਾ, ਮੈਂ ਤਾਂ ਅੱਲਾਹ ਤਾਲਾ ਨੂੰ ਕਹਿੰਦਾ ਹੇ ਅੱਲਾਹ ਤਾਲਾ, ਤਾਂ ਇਹ ਬੰਦਾ ਕਿੰਨਾ ਭੁੱਲ 'ਚ ਪਾਇਆ ਹੋਇਆ, ਤੂੰ ਇਹਦੇ ਉੱਤੇ ਕਿਰਪਾ ਕਰ, ਇਹਦੇ ਔਗਣਾਂ ਨੂੰ ਮਾਫ਼ ਕਰ, ਇਹ ਤਾਂ ਗਲਤ ਰਸਤੇ ਜਾ ਰਿਹਾ, ਡੁੱਬਣ ਦੇ ਰਸਤੇ ਜਾ ਰਿਹਾ, ਅਤੇ ਮੈਂ ਤਾਂ ਬੇਨਤੀ ਕਰ ਰਿਹਾ ਅੱਲਾਹ ਤਾਲਾ ਦੇ ਪਾਸ। ਥੋੜ੍ਹੀ ਦੇਰ ਤੋਂ ਬਾਅਦ ਕੀ ਦੇਖਦੇ ਹਾਂ, ਉਹ ਬੰਦਾ ਮੁੜ ਕੇ ਆ ਗਿਆ, ਆ ਕੇ ਨਾਲੇ ਤਾਂ ਚਰਨਾਂ 'ਤੇ ਟੈ ਪਿਆ, ਫਕੀਰ ਸਾਈ ਮੈਂ ਬੜਾ ਭੁੱਲਿਆ, ਮੈਨੂੰ ਬੜਾ ਪਛਤਾਵਾ ਹੋਇਆ, ਤੈਨੂੰ ਮੈਂ ਦੁੱਖ ਦਿੱਤਾ। ਸੋ ਕਿੱਡੀ ਬੜੀ ਅਵਸਥਾ ਹੈ ਕਿ ਧੱਕੇ ਮਾਰਨ ਵਾਲੇ ਦਾ ਵੀ ਭਲਾ ਚਾਹੁੰਦੇ ਨੇ। ਸੋ ਇਹ ਅਹਿੰਸਾ ਹੋਇਆ ਕਰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ, ਅਤੇ ਨਾ ਬੁੱਧੀ ਨਾ ਕਿਸੇ ਦਾ ਨੁਕਸਾਨ ਕਰਨਾ, ਨਾ ਆਤਮਿਕ ਬਲ ਨਾਲ ਕਰਨਾ। ਦੂਸਰਾ ਹੋਇਆ ਕਰਦਾ ਹੈ ਸੱਤ, ਸੱਤ ਦਾ ਜੀਵਨ, ਅੰਦਰੋਂ ਵੀ ਉਹੋ ਜਿਹਾ ਅਤੇ ਬਾਹਰੋਂ ਵੀ ਉਹੋ ਜਿਹਾ। ਕੋਈ ਲੁਕੋ ਵਾਲਾ ਜੀਵਨ ਨਾ ਹੋਵੇ, ਛੁਪੀ ਹੋਈ ਬਾਤ ਜੀਵਨ 'ਚ ਨਾ ਹੋਵੇ, ਕੋਈ ਵੀ ਇਹੋ ਜਿਹਾ ਹੀ ਹੋਵੇ ਜਿਹਾ ਜਿਹਾ ਹੈ ਐਜ਼ ਇਟ ਇਜ਼। ਮਾੜਾ ਹੈ ਤਾਂ ਵੀ ਪਬਲਿਕ ਦੇ ਸਾਹਮਣੇ, ਚੰਗਾ ਹੈ ਤਾਂ ਵੀ ਸਾਹਮਣੇ, ਛੁਪਾ ਨਾ ਕਰੇ। ਬਾਜ ਨੂੰ ਕੋਈ ਬੁਰਾ ਨਹੀਂ ਕਹਿੰਦਾ ਕਿਉਂਕਿ ਉਹਦਾ ਸੁਭਾਅ ਹੈ ਝਪਟਾ ਮਾਰਨਾ। ਬਗਲੇ ਨੂੰ ਸਾਰੇ ਬੁਰਾ ਕਹਿੰਦੇ ਨੇ ਕਿਉਂਕਿ ਉਹ ਧੋਖਾ ਦਿੰਦਾ, ਅੱਖਾਂ ਵਿੱਚ ਕੇ ਇੱਕ ਲੱਤ ਦੇ ਭਾਰ ਖੜਾ ਰਹਿੰਦਾ, ਅਤੇ ਜਦੋਂ ਸ਼ਿਕਾਰ ਨੇੜੇ ਆ ਗਿਆ ਉਸੇ ਵੇਲੇ ਚੁੰਝ ਨਾਲ ਡੱਡੀ ਫੜ ਲੈਂਦਾ। ਉਹਨੂੰ ਬੁਰਾ ਕਹਿੰਦੇ ਨੇ ਕਿਉਂਕਿ ਪੋਜ਼ ਕਰਦਾ, ਦਿਖਦਾ ਹੋਰ ਤਰ੍ਹਾਂ ਦਾ ਹੈ ਲੇਕਿਨ ਹੈ ਅਸਲ ਵਿੱਚ ਹੋਰ ਤਰ੍ਹਾਂ ਦਾ। ਸੋ ਸੱਤ ਦਾ ਜੀਵਨ ਹੋਣਾ ਚਾਹੀਦਾ, ਧੋਖਾ ਨਹੀਂ ਜੀਵਨ ਵਿੱਚ ਚਾਹੀਦਾ, ਪੜਦਾ ਨਹੀਂ ਚਾਹੀਦਾ। ਤੀਸਰਾ ਹੋਇਆ ਕਰਦਾ ਹੈ ਚੋਰੀ, ਨਾ ਸਰੀਰਕ ਚੋਰੀ ਹੋਵੇ ਕਿਸੇ ਦੀ ਵਸਤ ਚੁੱਕਣੀ, ਅਤੇ ਨਾ ਮਾਨਸਿਕ ਚੋਰੀ ਹੋਵੇ। ਮਾਨਸਿਕ ਚੋਰੀ ਉਹਨੂੰ ਕਹਿੰਦੇ ਨੇ ਕਿ ਪਾਪ ਕਰ ਲਏ, ਛੁਪਾ ਕੇ ਰੱਖੇ ਪਏ ਨੇ ਅਤੇ ਆਪ ਚੰਗਾ ਬਣਿਆ ਹੋਇਆ। ਲੋਕ ਉਸਤਤ ਕਰਦੇ, ਕਦੇ ਨਹੀਂ ਕਹਿੰਦਾ ਵੀ ਮੈਂ ਤਾਂ ਮਾੜਾ, ਮੇਰੀ ਉਸਤਤ ਕਿਉਂ ਕਰੀ ਜਾਂਦੇ, ਤੁਹਾਨੂੰ ਨਹੀਂ ਪਤਾ ਮੈਂ ਕਿੰਨਾ ਮਾੜਾ। ਕਈ ਬੰਦੇ ਰਸਮ ਨਾਲ ਕਹਿੰਦੇ ਨੇ ਵੀ ਮੈਂ ਤਾਂ ਬਹੁਤ ਮਾੜਾ, ਲੇਕਿਨ ਅੰਦਰੋਂ ਨਹੀਂ, ਜੇ ਦੂਆ ਕਹਿ ਦੇਵੇ ਫਿਰ ਗੱਲ ਪੈ ਜਾਂਦੇ, ਅਰਦਾਸ ਕਰ ਦੇਣਗੇ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁੱਖ ਮੰਦਾ, ਚੋਰ ਜਾਰ ਜੁਹਾਰ ਪਰ ਕਰ ਜੋ ਹੁੰਦਾ, ਲੇਕਿਨ ਅੰਦਰੋਂ ਨਹੀਂ ਮੰਨਦੇ। ਅੰਦਰੋਂ ਤਾਂ ਮਾੜਾ ਜਿਹਾ ਕੋਈ ਕਹਿ ਦੇਵੇ ਉਸੇ ਵੇਲੇ ਗੱਲ ਪੈਣ ਨੂੰ ਤਿਆਰ ਹੋ ਜਾਣਗੇ। ਇਹਦਾ ਮਤਲਬ ਹੈ ਕਿ ਮਨ ਅਤੇ ਜੀਵ ਦਾ ਆਪਸ ਵਿੱਚ ਸਾਥ ਨਹੀਂ ਹੈ, ਉਹ ਕੁਛ ਹੋਰ ਸਮਝਦਾ, ਜਵਾਨ ਕੁਛ ਹੋਰ ਬੋਲ ਰਹੀ ਹੈ, ਚਿੱਤ ਨਾਲ ਨਹੀਂ ਸਾਥ ਦੇ ਰਿਹਾ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਵੀਰਾ, ਮਨ ਸਾ ਮਿਲਿਆ ਨਾ ਕੋਈ। ਸੋ ਇਹ ਚੀਜ਼ ਜੀਵਨ 'ਚੋਂ ਕੱਢ ਦੇਣੀ ਚਾਹੀਦੀ ਹੈ। ਤਿੰਨ ਚੀਜ਼ਾਂ, ਚੌਥਾ ਵਿਚਾਰ ਕਰਿਆ ਸੀ ਕਿ ਆਦਮੀ ਦੇ ਅੰਦਰ ਬ੍ਰਹਮਚਰੀਆ ਚਾਹੀਦਾ, ਏਕਾ ਨਾਰੀ ਸਦਾ ਜਤੀ, ਨਿਜ ਨਾਰੀ ਕੇ ਸਾਥ ਨਿਉਂ ਤੁਮ ਨਿੱਤ ਬਿਠਾਈਓ, ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋਣਾ ਜੇ। ਸੋ ਬ੍ਰਹਮਚਰੀਆ ਰੱਖਣਾ,
ਰਾਖੀ ਕਰਨੀ ਆਪਣੇ ਸਰੀਰ ਦੇ ਓਜ ਦੀ ਤਾਕਤ ਦੀ। ਸੋ ਪੰਜਵਾਂ ਹੋਇਆ ਕਰਦਾ ਹੈ ਕਿ ਧੀਰਜ ਹੋਣੀ ਚਾਹੀਦੀ। ਧੀਰਜ ਦੇ ਬਾਰੇ ਵਿਚਾਰ ਕਰੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਕਿੰਨਾ ਨਿਰਾਦਰ ਕੀਤਾ ਦਾਤੂ ਜੀ ਨੇ, ਲੇਕਿਨ ਆਪਦੇ ਬਚਨ ਕੀ ਸੀ, ਚਰਨ ਵੀ ਫੜ ਲਏ ਉਹਦੇ, ਘੁੱਟਣ ਲੱਗ ਗਏ, ਕਹਿੰਦੇ ਸਾਹਿਬ ਜੀ ਤੁਸੀਂ ਗੁਰੂ ਦੇ ਸਾਹਿਬਜ਼ਾਦੇ ਅਤੇ ਮੈਂ ਨਫ਼ਰ, ਅਤੇ ਮੇਰੇ ਹੱਡ ਬੜੇ ਕਰੜੇ ਨੇ, ਤੁਹਾਡੇ ਕੋਮਲ ਚਰਨਾਂ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਹੈ, ਹੱਦ ਤੋਂ ਜ਼ਿਆਦਾ ਧੀਰਜ ਹੈ ਸਾਧ ਸਿੰਘ ਜੀ, ਹੱਦ ਹੋ ਜਾਂਦੀ ਹੈ ਅਖੀਰਲੇ ਦਰਜੇ ਤੱਕ। ਫਿਰ ਦਿਆ ਉਸ 'ਤੇ ਅਗਲਾ ਹੈ ਅਤੇ ਖਿਮਾ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਿਵੇਂ ਖਿਮਾ ਕੀਤੀ ਉਹਨਾਂ ਬੰਦਿਆਂ 'ਤੇ ਜਿਨ੍ਹਾਂ ਨੇ ਮਹਾਰਾਜ ਨੂੰ ਗੋਇੰਦਵਾਲ ਸਾਹਿਬ 'ਚੋਂ ਕੱਢਿਆ। ਅਤੇ ਗੁਰੂ ਅਮਰਦਾਸ, ਬਾਬਾ ਅਮਰਦਾਸ ਜੀ ਨੇ ਜਦ ਤਪੇ ਨਾਲ ਉਹਦੇ ਸਲੂਕ ਦਾ ਉਹਨੂੰ ਫਲ ਚਖਾਇਆ ਤਾਂ ਮਹਾਰਾਜ ਨੇ ਪਸੰਦ ਨਾ ਕੀਤਾ, ਵੀ ਨਹੀਂ ਉਹ ਭੁੱਲਿਆ ਹੋਇਆ ਜੀਵ ਸੀ, ਇਹ ਨਹੀਂ ਸੀ ਕਰਨਾ ਚਾਹੀਦਾ, ਖਿਮਾ ਹੋਣੀ ਚਾਹੀਦੀ ਹੈ ਮਨ ਦੇ ਅੰਦਰ। ਉਸ ਤੋਂ ਬਾਅਦ ਹੋਇਆ ਕਰਦੀ ਹੈ ਦਿਆ, ਇਹ ਸੱਤਵੀਂ ਚੀਜ਼ ਹੈ। ਸੋ ਜਦ ਤੱਕ ਦਿਆ ਨਹੀਂ ਮਨ ਵਿੱਚ ਆਉਂਦੀ, ਦਿਆ ਬਿਨਾਂ ਸਿੱਧ ਕਸਾਈ, ਕਰਨਾ ਬਹੁਤ ਵੱਡੀ ਚੀਜ਼ ਹੈ। ਜਿੱਥੇ ਦਿਆ ਹੈ ਉੱਥੇ ਧਰਮ ਹੈ, ਤੌਲ ਧਰਮ ਦਇਆ ਕਾ ਪੂਤ, ਜੇ ਦਇਆ ਹੀ ਨਹੀਂ ਆਈ ਹਿਰਦੇ ਦੇ ਅੰਦਰ ਤਾਂ ਧਰਮ ਪੈਦਾ ਨਹੀਂ ਹੋਇਆ ਕਰਦਾ। ਸੋ ਉਸ ਵੇਲੇ ਮਹਾਰਾਜ ਦੱਸਦੇ ਨੇ ਕਿ ਸਪਤਮ ਦੁਖੀ ਨਾ ਦੇਖੈ ਕਾਹੀ, ਕਹਿੰਦੇ ਸੱਤਵਾਂ ਜਿਹੜਾ ਨਿਯਮ ਹੈ ਉਹ ਇਹ ਹੈ ਕਿ ਕਿਸੇ ਨੂੰ ਦੁਖੀ ਦੇਖ ਕੇ ਹੱਸੋ ਨਾ, ਜੈਸਾ ਬਿੱਤ ਤੈਸਾ ਉਹ ਵਰਤੇ, ਆਪਣਾ ਬਲ ਨਹੀਂ ਹਾਰਿਆ, ਜਿੰਨੀ ਕੁ ਤਾਕਤ ਗੁਰੂ ਨੇ ਦਿੱਤੀ ਹੈ ਉਨੀ ਤਾਕਤ ਆਪਣੀ ਵਰਤ ਕੇ ਦੂਸਰੇ ਦੇ ਦੁੱਖ ਨੂੰ ਨਿਰਵਿਰਤ ਕਰਨ ਦਾ ਕੋਈ ਯਤਨ ਕਰਨਾ ਚਾਹੀਦਾ। ਸੋ ਉਹ ਤਾਂ ਕਰ ਸਕਦਾ ਜੇ ਦਇਆ ਹੋਵੇ, ਦਇਆ ਕਰੇ ਸਭ ਕੋ ਨਿਰਵਾਹੀ। ਸੋ ਦਇਆ ਜਿਸਨੇ ਵੀ ਕੀਤੀ ਹੈ ਉਹ ਬਹੁਤ ਉੱਚੀ ਪਦਵੀ 'ਤੇ ਪਹੁੰਚੇ ਹੋਏ ਨੇ। ਇੱਕ ਰਾਵੀਆ ਸੂਫੀ ਫਕੀਰ ਹੋਈ ਹੈ ਬੀਬੀ, ਮੁਹੰਮਦ ਸਾਹਿਬ ਦੇ ਜਿਹੜੇ ਦੁਧੀਆ ਭਰਾ ਸੀ ਉਹਨਾਂ ਤੋਂ ਸੂਫੀ ਮਤ ਚੱਲਿਆ, ਆਪ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਭਜਨ ਕਰਿਆ ਕਰਦੇ ਸੀ। ਜਦੋਂ ਮਰਕ ਵਿੱਚ ਜਾਂਦੇ ਸੀ ਤਾਂ ਸਰੀਰ ਕੰਬਦਾ ਰਹਿੰਦਾ ਸੀ, ਮਰੀਦਾਂ ਨੇ ਪੁੱਛਿਆ ਮੁਰਸ਼ਿਦ ਜਦੋਂ ਆਪ ਮਰਕਵੇ ਵਿੱਚ ਹੁੰਦੇ ਹੋ, ਸਮਾਧੀ ਵਿੱਚ ਹੁੰਦੇ ਹੋ, ਤਾਂ ਆਪਦਾ ਸਰੀਰ ਕਿਉਂ ਕੰਬਿਆ ਕਰਦਾ? ਕਹਿਣ ਲੱਗੇ ਪ੍ਰੇਮੀਓ, ਜਦ ਮੈਂ ਵਾਰੇਗਾ ਖੁਦਾ ਵਿੱਚ ਪਹੁੰਚਦਾ, ਵਾਹਿਗੁਰੂ ਦੀ ਦਰਗਾਹ 'ਚ ਪਹੁੰਚਦਾ, ਉੱਥੇ ਮੈਂ ਦੇਖਦਾ ਕਿ ਬਹੁਤ ਵੱਡੇ ਵੱਡੇ ਜਪੀ ਤਪੀ ਦਾਨੀ ਨਾਮ ਜਪਣ ਵਾਲੇ ਤਪੀਸ਼ਰ ਜਿਹੜੇ ਵੀ ਥਾਂ ਥਾਂ ਤੋਂ ਬੇਅੰਤ ਬ੍ਰਹਮੰਡਾਂ 'ਚੋਂ ਉੱਥੇ ਪਹੁੰਚੇ ਹੋਏ ਨੇ, ਉਹਦੀ ਮਹਿਮਾ ਗਾਇਨ ਕਰਦੇ ਆ, ਉਹ ਐਡਾ ਸਮਰੱਥ ਹੈ ਕਿ ਉੱਥੇ ਮੈਂ ਡਰਦਾ ਰਹਿਣਾ ਵੀ ਕਿਤੇ ਮੈਨੂੰ ਕੋਈ ਫੁਰਨਾ ਨਾ ਆ ਜਾਵੇ, ਦਰਗਾਹ 'ਚ ਬੈਠ ਕੇ ਮੈਂ ਬੇਅਦਬੀ ਨਾ ਕਰ ਦੇਵਾਂ, ਇਸ ਕਰਕੇ ਮੇਰਾ ਸਰੀਰ ਕੰਬਦਾ ਰਹਿੰਦਾ, ਕਿਉਂਕਿ ਹਜ਼ੂਰੀ ਦਾ ਭਜਨ ਹੁੰਦਾ ਸਾਧ ਸਿੰਘ। ਜਦ ਤੱਕ ਅਸੀਂ ਹਜ਼ੂਰੀ ਦਾ ਭਜਨ ਨਹੀਂ ਕਰਦੇ, ਹਾਜ਼ਰੀ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ, ਉਹ ਸੁਣਨੇ ਸੁਣ ਨੂੰ ਹਾਕਾਂ ਮਾਰਨ ਹੋਇਆ ਕਰਦੀਆਂ ਨੇ। ਜਦ ਅਸੀਂ ਹਾਜ਼ਰੀ ਨਹੀਂ, ਸਾਹਮਣੇ ਨਹੀਂ ਦੇਖਦੇ, ਕਿਹਦਾ ਜਿਸ ਦਾ ਨਾਂ ਲੈਂਦੇ ਹਾਂ ਉਹ ਸਾਹਮਣੇ ਹੋਣਾ ਚਾਹੀਦਾ। ਇਹੀ ਵਜ੍ਹਾ ਹੈ ਕਿ ਹਾਜ਼ਰੀ ਨਾ ਹੋਣ ਕਰਕੇ ਸਾਡੇ ਸਾਹਮਣੇ ਧੇ ਨਾ ਹੋਣ ਕਰਕੇ ਅਸੀਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਾਂ। ਉਹ ਜੁਗਤੀ ਦੇ ਨਾਲ ਗੱਲ ਛੇਤੀ ਦੇ ਕੇ ਨਿਬੜ ਜਾਇਆ ਕਰਦੀ ਹੈ, ਬਿਨਾਂ ਜੁਗਤੀ ਦੇ ਬੜਾ ਲੰਮਾ ਚੱਕਰ ਹੁੰਦਾ ਹੈ। ਇੱਕ ਬੰਦਾ ਕਹਿੰਦਾ ਮੈਥੇਮੈਟਿਕਸ ਬਈ ਭਾਈ 11,111 ਨੂੰ 11,111 ਵਾਰੀ ਜਮ੍ਹਾਂ ਕਰ, ਉਹ ਜਮ੍ਹਾਂ ਕਰੂਗਾ ਕਿੰਨਾ ਟਾਈਮ ਲੱਗ ਜੂ? 24 ਘੰਟੇ ਲੱਗ ਜਾਣਗੇ ਉਹਨੂੰ, 11,11 22 ਤੋਂ 11,33 ਐਂ ਕਰੀ ਜਾਊਗਾ। ਕਦ 11,000 ਵਾਰੀ ਕਰਿਆ ਉਹਨੂੰ, ਜਿਹੜਾ ਫਾਰਮੂਲਾ ਜਾਣਦਾ ਹੈ ਉਹ ਇੱਕਦਮ ਇਹਨੂੰ ਜਰਬ ਦੇ ਦੇਗਾ, ਗੁਣਾ ਕਰ ਦੇਗਾ, ਇਹ ਫਾਰਮੂਲੇ ਦੀ ਬਾਤ ਹੈ ਸਾਰੀ। ਸੋ ਇਸੇ ਤਰ੍ਹਾਂ ਦੇ ਨਾਲ ਜਦ ਅਸੀਂ ਸੋਝੀ ਦੇ ਨਾਲ ਨਾਮ ਜਪਾਂਗੇ ਉਸ ਵੇਲੇ ਬਹੁਤ ਵੱਡਾ ਫਲ ਥੋੜ੍ਹੇ ਜਿਹੇ ਸਮੇਂ 'ਚ ਸਾਨੂੰ ਪ੍ਰਾਪਤ ਹੋ ਜਾਇਆ ਕਰਦਾ। ਸੋ ਉਹ ਉਸਦੀ ਜੋ ਮਰੀਜ਼ ਸੀ, ਇੱਕ ਬੀਬੀ ਸੀ ਰਾਵੀਆ,
ਉਹ ਪ੍ਰੈਜੈਂਸ ਆਫ ਗੋਡ ਹਰ ਵਕਤ ਰੱਖਦੀ ਹੁੰਦੀ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੀ ਹੁੰਦੀ, ਅਤੇ ਸਰਬ ਦੇ ਵਿੱਚ ਪਰਮੇਸ਼ਰ ਰਵਿਆ ਹੋਇਆ ਦੇਖਿਆ ਕਰਦੀ ਸੀ। ਇੱਕ ਵਾਰੀ ਮੱਕੇ ਦੇ ਹਜ ਨੂੰ ਜਾ ਰਹੇ ਸੀ ਅਤੇ ਜਾਂਦੇ ਜਾਂਦੇ ਜਦੋਂ 60 ਕੁ ਉਰੇ ਰਹਿ ਗਈ, ਉਸ ਵੇਲੇ ਨਾਲ ਦਾ ਸੰਗ ਤੁਰ ਗਿਆ, ਕੁਛ ਪਿੱਛੇ ਰਹਿ ਕੇ ਖੂਹ ਵੱਲ ਨਿਗਾਹ ਗਈ, ਕੀ ਦੇਖਦੀ ਆ, ਖੂਹ ਦੇ ਦੁਆਲੇ ਇੱਕ ਕੁੱਤੀ ਕਤੂਰਿਆਂ ਨੂੰ ਲਈ ਘੁੰਮ ਰਹੀ। ਉਹ ਭਾਵ ਵਿੱਚ ਚਲੀ ਗਈ। ਜਦੋਂ ਬ੍ਰਹਮ ਭਾਵ 'ਚ ਚੱਲਿਆ ਜਾਵੇ, ਦੂਸਰੇ ਦੀ ਤਕਲੀਫ ਆਪਣੇ ਆਪ ਨਹੀਂ ਲੱਗਣ ਲੱਗ ਜਾਇਆ ਕਰਦੀ ਹੈ। ਆਪਣੇ ਆਪ ਨੂੰ ਮਹਿਸੂਸ ਹੋ, ਦੁਖੀ ਉਹ ਹੋਏਗਾ ਮਹਿਸੂਸ ਆਪ ਹੋਏਗਾ, ਅਤੇ ਇਹਨੂੰ ਲੱਗਿਆ ਵੀ ਬਹੁਤ ਪਿਆਸ ਲੱਗੀ ਹੋਈ ਹੈ ਅਤੇ ਇਹਨੂੰ ਕਿਵੇਂ ਪਾਣੀ ਪਿਲਾਇਆ ਜਾਵੇ। ਇਹ ਗੋਡੇ ਲਾਉਂਦੀ ਹੈ, ਖੂਹ ਵਿੱਚ ਝਾਕਦੀ ਹੈ, ਲੇਕਿਨ ਖੂਹ ਦਾ ਪਾਣੀ ਕਿੰਨੀ ਦੂਰ। ਖੀਰੇ ਨੇ ਆ ਕੇ ਆਪਣੇ ਵਸਤਰ ਪਾੜ ਪਾੜ ਕੇ ਰੱਸੀਆਂ ਵੱਟਣੀਆਂ ਸ਼ੁਰੂ ਕਰਦੀਆਂ, ਇੱਥੇ ਤੱਕ ਕਿ ਸਾਰੇ ਵਸਤਰ ਪਾਟ ਗਏ ਅਤੇ ਇੱਕ ਵਸਤਰ ਰੱਖ ਕੇ ਉਸਨੇ ਪਾਣੀ 'ਚ ਭਿਉਂ ਭਿਉਂ ਕੇ ਬਾਹਰ ਕੱਢ ਕੱਢ ਕੇ ਨਿਚੋੜ ਨਿਚੋੜ ਕੇ ਸਾਰਿਆਂ ਨੂੰ ਪਾਣੀ ਪਿਲਾਇਆ। ਅਤੇ ਉਹ ਕੁੱਤੀ ਨੇ ਇਸ ਤਰ੍ਹਾਂ ਕੀਤਾ, ਉੱਪਰ ਨੂੰ ਦੇਖੀ ਜਿਵੇਂ ਪਰਮੇਸ਼ੁਰ ਦੀ ਦਰਗਾਹ ਦੇ ਵਿੱਚ ਦੁਆ ਕਰਦੀ ਹੁੰਦੀ। ਹੁਣ ਬਸਤਰ ਇਹਦੇ ਕੋਲ ਨਹੀਂ, ਇਹਨੇ ਟਿੱਬੇ 'ਚ ਰੇਤੇ 'ਚ ਟੋਆ ਪੱਟਿਆ ਅਤੇ ਗਲ ਗਲ ਤੱਕ ਉਹਦੇ 'ਚ ਬੈਠ ਗਈ। ਅਤੇ ਇੱਧਰ ਹਾਜੀ ਹੱਜ ਕਰਨ ਵਾਸਤੇ ਜਾ ਰਹੇ ਨੇ, ਹੈਰਾਨੀ ਹੋਈ ਕਿ ਕਾਬਾ ਨਜ਼ਰ ਨਹੀਂ ਆ ਰਿਹਾ ਕਿਸੇ ਨੂੰ। ਸਾਰੇ ਅਰਦਾਸ ਕਰਦੇ ਨੇ ਵੀ ਇਹ ਕੀ ਗੱਲ ਹੋ ਗਈ, ਪਹਿਲੀ ਵਾਰੀ ਅੱਜ ਕਾਬਾ ਕਿਉਂ ਨਹੀਂ ਸਾਨੂੰ ਨਜ਼ਰ ਆ ਰਿਹਾ। ਤਾਂ ਆਕਾਸ਼ਬਾਣੀ ਹੋਈ ਕਿ ਕਾਬਾ ਜੋ ਹੈ ਉਹ ਰਾਵੀਆ ਦੀ ਰਾਵੀਆ ਦੇ ਦਰਸ਼ਨ ਕਰਨ ਗਿਆ ਹੋਇਆ ਅਤੇ 60 ਮੀਲ ਦੇ ਉੱਤੇ ਹੈ, ਉੱਥੇ ਜਾਓ, ਜਾ ਕੇ ਦਰਸ਼ਨ ਕਰੋ। ਸਾਰੇ ਹਾਜੀ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਅਤੇ ਉੱਥੇ ਆ ਕੇ ਦਰਸ਼ਨ ਹੋਏ ਤਾਂ ਵੱਡੇ ਜਿਹੜੇ ਉਸ ਵੇਲੇ ਦੇ ਮੁਖੀ ਸੀ ਇਬਰਾਹੀਮ, ਉਹਨਾਂ ਨੇ ਦੁਆ ਕਰੀ, ਹੇ ਅੱਲਾਹ ਤਾਲਾ ਇਹ ਕੀ ਭੇਤ ਹੈ। ਇਹ ਕਹਿਣ ਲੱਗੇ ਕੀ ਭੇਤ ਹੈ, ਕਹਿੰਦੇ ਰਾਵੀਆ ਨੇ ਮੈਨੂੰ ਜੀਵਾਂ 'ਚ ਜਾਣ ਕੇ ਦਿਆ ਕੀਤੀ ਅਤੇ ਉਹ ਦਿਆ ਦਾ ਫਲ ਹੈ ਕਿ ਕਾਬਾ ਇਹਦੇ ਦਰਸ਼ਨ ਨੂੰ ਆਇਆ ਹੋਇਆ। ਸੋ ਜਦੋਂ ਇਹ ਰਾਵੀਆ ਦੇ ਪਾਸ ਪਹੁੰਚਦੇ ਹੈ, ਹੈਰਾਨ ਹੋ ਗਏ ਕਿ ਜੰਗਲੀ ਜਾਨਵਰ ਇਕੱਠੇ ਹੋਏ ਬੈਠੇ ਨੇ, ਜੇ ਕੋਲ ਬਘਿਆੜ ਬੈਠਾ, ਕੋਲ ਬੱਕਰੀ ਬੈਠੀ ਹੈ। ਹੋਰ ਵੀ ਜ਼ਿਆਦਾ ਹੈਰਾਨੀ ਹੋ ਗਈ ਅਤੇ ਰਾਵੀਆ ਦੇ ਪਾਸ ਆਏ ਤਾਂ ਜਾਨਵਰ ਆਪਣੇ ਆਪਣੇ ਸਵਾਜ ਆ ਕੇ ਗਾਇਬ ਹੋ ਗਏ। ਅਤੇ ਉਹਦੇ ਬਾਅਦ ਇਹਨਾਂ ਨੇ ਪੁੱਛਿਆ ਵੀ ਰਾਵੀਆ ਬਾਹਰ ਆਓ, ਕਹਿੰਦੀ ਮੇਰੇ ਕੋਲ ਬਸਤਰ ਨਹੀਂ ਹੈ। ਬਸਤਰ ਦਿੱਤੇ ਗਏ, ਵਿਚਾਰ ਸ਼ੁਰੂ ਹੋਈ, ਕਹਿਣ ਲੱਗੇ ਵੀ ਕੀ ਗੱਲ, ਤੈਂ ਕੀ ਕਰਮ ਕਰਿਆ ਜਿਹਦੇ ਨਾਲ ਕਾਬਾ ਤੇਰਾ ਹੱਜ ਕਰਨ ਵਾਸਤੇ ਆ ਗਿਆ। ਕਹਿਣ ਲੱਗੀ ਮੈਂ ਤਾਂ ਕੋਈ ਕੰਮ ਨਹੀਂ ਕਰਿਆ, ਮੇਰੇ ਦਿਲ ਵਿੱਚ ਦਇਆ ਉਪਜੀ, ਇਹ ਜੀਵਾਂ ਦੀ ਦਇਆ ਕੀਤੀ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਸੋ ਇਸ ਕਰਕੇ ਕਹਿਣ ਲੱਗੇ ਜਾਨਵਰ ਕਿਉਂ ਬੈਠੇ ਨੇ ਵਿਰੋਧੀ ਸੁਭਾਵਾਂ ਦੇ। ਉਹ ਕਹਿਣ ਲੱਗੀ ਹਾਜੀ ਜਨੋ, ਮੇਰੇ ਮਨ ਦੇ ਅੰਦਰ ਕੋਈ ਦਵਾਇਤ ਨਹੀਂ ਹੈ, ਮੈਨੂੰ ਸਭ ਬ੍ਰਹਮ ਦ੍ਰਿਸ਼ਟੀ ਆ ਰਿਹਾ। ਜਿੱਥੇ ਬ੍ਰਹਮ ਦ੍ਰਿਸ਼ਟੀ ਹੋਵੇ ਉੱਥੇ ਸਾਰਿਆਂ ਦਾ ਸੁਭਾਅ ਬਦਲ ਜਾਂਦਾ। ਜੇ ਮਰਦਾਨਾ ਕੀਰਤਨ ਕਰਦਾ ਪਾਤਸ਼ਾਹ, ਆਹ ਸ਼ੇਰ ਬੈਠੇ ਨੇ, ਆਹ ਹਰਨ ਬੈਠੇ ਨੇ, ਵਿਰੋਧੀ ਸੁਭਾਵਾਂ ਦੇ ਜਾਨਵਰ ਆ ਕੇ ਬੈਠੇ ਨੇ ਸਾਰੇ ਮਰਦਾਨਿਆਂ, ਸ਼ਬਦ ਦੀ ਤਾਰ ਨੇ ਸਾਰਿਆਂ ਦੀ ਸੁਰਤੀ ਨੂੰ ਉੱਥੇ ਪਹੁੰਚਾ ਦਿੱਤਾ ਜਿੱਥੇ ਅਦਵਾਇਤ ਹੋਇਆ ਕਰਦੀ। ਇੱਕ ਹੋ ਜਾਂਦੇ ਨੇ ਕਿਉਂਕਿ ਅੰਦਰੋਂ ਇੱਕ ਨੇ, ਬਾਹਰੋਂ ਅਸੀਂ ਅੱਡ ਅੱਡ ਹੋਏ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਦਇਆ ਕਰੈ ਸਭ ਕੋ ਨਿਰਵਾਹੀ। ਸੋ ਦਇਆ ਸੱਤਵੀਂ ਚੀਜ਼ ਹੈ ਭਜਨ ਵਾਸਤੇ, ਜਿਹੜੀ ਹੱਦ ਤੋਂ ਜ਼ਿਆਦਾ ਜ਼ਰੂਰੀ ਹੁੰਦੀ। ਜੇ ਜਾਨਵਰ ਵੱਢ ਵੱਢ ਕੇ ਖਾਈ ਜਾਂਦਾ, ਦਇਆ ਕਿੱਥੋਂ ਆ ਗਈ ਸਾਸਾਈ? ਕਈ ਕਹਿੰਦੇ ਨੇ ਜੀ ਫਿਰ ਇਹ ਤਾਂ ਜਾਨਵਰ ਵੱਧ ਜਾਣਗੇ, ਤੁਹਾਡੀ ਡਿਊਟੀ ਲੱਗੀ ਹੋਈ ਆ ਵੀ ਤੁਸੀਂ ਮਾਰਨੇ ਆ। ਜਿਹਨੇ ਭਜਨ ਬੰਦਗੀ ਕਰਨਾ ਉਹ ਭਜਨ ਬੰਦਗੀ ਵਾਲੇ ਕੰਮ ਕਰੇ, ਜਿਨ੍ਹਾਂ ਨੇ ਲੇਖੇ ਪੱਤੇ ਲੈਣ ਦੇਣੇ ਆ ਅੱਜ ਉਹ ਉਹਨਾਂ ਨੂੰ ਵੱਢਦੇ ਨੇ, ਕੱਲ੍ਹ ਨੂੰ ਉਹ ਇਹਨਾਂ ਨੂੰ ਵੱਢਣਗੇ। ਕਬੀਰ ਖੂਬ ਖਾਣਾ ਖਿਚੜੀ ਜਾਮਾ ਅੰਮ੍ਰਿਤ ਲਾਉਣ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ, ਅੱਜ ਗਲ ਵੱਢ ਕੇ ਖਾਓ, ਕੱਲ੍ਹ ਨੂੰ ਵਢਾਉਣਾ ਪੈਣਾ ਗਲ। ਸੋ ਇਸ ਤਰ੍ਹਾਂ ਦੇ ਨਾਲ ਦਇਆ ਬੜੀ ਚੀਜ਼ ਹੁੰਦੀ ਹੈ। ਅੱਠਵਾਂ ਹੁੰਦਾ ਕੋਮਲ ਹਿਰਦਾ, ਦਿਲ ਬਹੁਤ ਨਰਮ ਰੱਖਣਾ, ਕਰੂਰ ਹਿਰਦਾ ਨਹੀਂ ਰੱਖਣਾ, ਕਪਟ ਭਰਿਆ ਹਿਰਦਾ ਨਹੀਂ ਰੱਖਣਾ, ਖੋਟਾ ਹਿਰਦਾ ਨਹੀਂ ਰੱਖਣਾ, ਕੋਮਲ ਰੱਖਣਾ। ਜਿਹੜਾ ਕੋਮਲ ਹਿਰਦਾ ਹੋਏਗਾ ਉਹਦੇ ਮੁੱਖ ਤੋਂ ਵੀ ਸੋਹਣੀਆਂ ਗੱਲਾਂ ਨਿਕਲਣਗੀਆਂ, ਕਰੂਰ ਬਾਤਾਂ ਨਹੀਂ, ਖੋਟੀਆਂ ਗੱਲਾਂ ਨਹੀਂ, ਤਾਨੇ ਮਿਹਣੇ ਨਹੀਂ ਉਹ ਮਾਰਿਆ ਕਰਦਾ, ਕਿਉਂਕਿ ਹਿਰਦਾ ਕੋਮਲ ਹੈ। ਅਸ਼ਟਮ ਕੋਮਲ ਹਿਰਦਾ ਰੱਖੈ
ਸ਼ੁਭ ਉਪਦੇਸ਼ ਸਭਨ ਕੋ ਭਖ ਹੈ। ਉਹ ਜਦ ਵੀ ਦਏਗਾ ਤਾਂ ਸ਼ੁਭ ਉਪਦੇਸ਼ ਦਏਗਾ, ਕਿਸੇ ਨੂੰ ਮਿਸਗਾਈਡ ਨਹੀਂ ਕਰੇਗਾ। ਸੋ ਇਸ ਤਰ੍ਹਾਂ ਦੇ ਨਾਲ ਨੌਵਾਂ ਜੋ ਨੇਮ ਹੈ, ਯਮ ਹੈ, ਉਹ ਹੈ ਜਿਹਨੂੰ ਮਰਜ਼ਾਦਾ ਕਹਿੰਦੇ ਨੇ ਖਾਣ ਦੀ। ਨੌਵੋਂ ਯਮ ਮਰਜ਼ਾਦ ਹਾਰਾ, ਮਰਜ਼ਾਦਾ ਦੇ ਨਾਲ ਖਾਣਾ। ਉਹ ਕੀ ਹੁੰਦਾ? ਅਲਪ ਹਾਰ ਸੁਲਭ ਸੀ ਨਿੰਦਰਾ ਦਿਆ ਛਿਵਾਂ ਤਨ ਪ੍ਰੀਤ। ਤਿੰਨ ਕਿਸਮ ਦਾ ਖਾਣਾ ਹੁੰਦਾ, ਇੱਕ ਤਮੋ ਗੁਣੀ ਹੁੰਦਾ, ਇੱਕ ਰਜੋ ਗੁਣੀ ਹੁੰਦਾ, ਇੱਕ ਸਤੋ ਗੁਣੀ ਹੁੰਦਾ। ਤਮੋ ਗੁਣੀ ਖਾਣਾ ਜਿਹੜਾ ਹੁੰਦਾ, ਮਾਸ ਮੱਛੀ ਸ਼ਰਾਬ ਆਦਿ ਅੰਡੇ ਛੰਡੇ ਖਾ ਲੈਣੇ, ਗਲੀਆਂ ਸੜੀਆਂ ਚੀਜ਼ਾਂ ਖਾ ਲੈਣੀਆਂ, ਇਹ ਸਾਰਾ ਤਮੋ ਗੁਣ ਹਾਰ ਤਮੋ ਗੁਣ ਬਿਰਤੀ ਕਰਦਾ ਹੈ। ਅਤੇ ਇਹਦੇ ਵਿੱਚ ਆਦਮੀ 'ਚ ਆਲਸ ਵੱਧ ਜਾਂਦੀ ਹੈ, ਵਾਹਿਗੁਰੂ ਤੋਂ ਬੇਮੁੱਖ ਹੋ ਜਾਂਦਾ ਹੈ, ਅੰਦਰੋਂ ਪ੍ਰਤੀਤੀ ਘੱਟ ਜਾਂਦੀ ਹੈ, ਨਾ ਗੁਰੂ ਨਾਲ ਰਹਿੰਦੀ ਹੈ ਪ੍ਰਤੀਤੀ, ਨਾ ਵਾਹਿਗੁਰੂ 'ਤੇ ਪ੍ਰਤੀਤੀ ਰਹਿੰਦੀ ਹੈ, ਅਤੇ ਅੰਦਰ ਨੀਂਦ ਛਾ ਜਾਂਦੀ ਹੈ, ਉਹਦੇ ਪਰਮੇਸ਼ਰ ਵੱਲੋਂ ਦੂਰ ਹੋ ਜਾਂਦਾ। ਸੋ ਉਹ ਅਧਿਕਾਰੀ ਨਹੀਂ ਹੋਇਆ ਕਰਦਾ। ਦੂਸਰਾ ਹੋਇਆ ਕਰਦਾ ਰਜੋਗੁਣੀ ਖਾਣਾ, ਚਟਪਟੇ ਖਾਣੇ ਖਾਣੇ, ਸਵਾਦ ਲਾ ਲਾ ਕੇ ਖਾਣੇ। ਮਹਾਰਾਜ ਕਹਿੰਦੇ ਬਹੁਤ ਸਾਦੋਂ ਉਪਜੇ ਰੋਗ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤੁਹਾਨੂੰ ਉੱਠ ਖਲੋਏ ਰੋਗ। ਰੋਗੀ ਹੋ ਜਾਏਗਾ ਪ੍ਰੇਮੀਆਂ। ਆਹਾਰ ਸੰਜਮ ਦਾ ਕਰ, ਵਿਚਾਰ ਕਰਕੇ ਕਰ, ਬੁਰਾ ਭਲਾ ਬੁਰਾ ਲਖ ਕਰੈ ਵਿਚਾਰਾ, ਖਾਵਨ ਭੂਖ ਹਾਰ ਹੈ ਜੇ ਤੋ। ਕਹਿੰਦੇ ਜੇ ਚਾਰ ਫੁਲਕੇ ਖਾਂਦੇ ਹੋ ਨਾ, ਚੌਥਾ ਭਾਗ ਖਾਏ ਕੰਮ ਤੇ ਹੋ। ਕਹਿੰਦੇ ਇੱਕ ਪ੍ਰਸ਼ਾਦਾ ਛੱਡ ਦੇ, ਤਿੰਨੇ ਖਾ ਲੈ। ਸੋ ਇਹ ਖਾਣ ਦਾ ਜਿਹੜਾ ਹੈ, ਤੀਸਰਾ ਹੋਇਆ ਕਰਦਾ ਸਤੋਗੁਣੀ ਹਾਰ। ਸਤੋਗੁਣੀ ਹਾਰ ਹੁੰਦਾ ਭੁੱਖ ਰੱਖ ਕੇ ਖਾਣਾ, ਅਤੇ ਇਹ ਦਾਲ ਸਬਜ਼ੀਆਂ ਦੁੱਧ ਦਹੀਂ ਮੱਖਣ ਘੀ ਫਲ, ਇਹ ਚੀਜ਼ਾਂ ਸਾਰੀਆਂ ਸਤੋਗੁਣੀ। ਸਤੋਗੁਣ ਮਨ ਬਣਾਉਂਦੇ ਹੈ, ਜੈਸਾ ਅੰਨ ਤੈਸਾ ਮਨ। ਸਤੋਗੁਣੀ ਮਨ ਭਜਨ ਕਰ ਸਕਦਾ, ਨਾ ਰਜੋਗੁਣੀ ਕਰ ਸਕਦਾ, ਨਾ ਤਮੋਗੁਣੀ ਕਰ ਸਕਦਾ। ਜੇ ਬੈਠੂਗਾ ਵੀ ਵਾਸੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਜੇ ਜ਼ੋਰ ਨਾਲ ਬੈਠੇਗਾ ਮਨ ਨਹੀਂ ਲੱਗਣਾ, ਦੌੜੇਗਾ, ਕਿਉਂਕਿ ਖਾਣਾ ਐਸਾ ਖਾਧਾ। ਤਿੰਨ ਗੁਣ ਹਰ ਵਕਤ ਸਾਡੇ ਅੰਦਰ ਚੱਲਦੇ ਨੇ, ਰਜੋਗੁਣ ਤਮੋਗੁਣ ਸਤੋਗੁਣ। ਸਾਰੇ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਦੇ ਅੰਦਰ ਜਿਹੜਾ ਵੀ ਹੈ ਉਹ ਸੁੱਤਾ ਪਿਆ, ਤੇਹੀ ਗੁਣੀ ਸੰਸਾਰ ਭਰ ਨੂੰ ਸੁੱਤਾ ਸੁੱਤਿਆ ਰਹਿਣ ਵਿੱਚ। ਸੋ ਦਸਵੀਂ ਰਹਿਤ ਹੋਇਆ ਕਰਦੀ ਹੈ, ਜਿਹਨੂੰ ਪਵਿੱਤਰਤਾ ਕਹਿੰਦੇ ਨੇ, ਸੋਚ ਕਹਿੰਦੇ ਨੇ। ਦਸਵਾਂ ਦਸਵੇਂ ਯਮ ਸੋ ਸੋਚ ਲਿਖੀ ਜੈ। ਕਹਿੰਦੇ ਪਹਿਲਾਂ ਤਾਂ ਸੋਚ ਹੈ ਵਸਤਰਾਂ ਦੀ, ਚਾਹੇ ਪੰਜ ਚਾਰ ਰੁਪਈਏ ਗਜ ਦੇ ਪਾਏ ਹੋਏ ਨੇ, ਛੇ ਰੁਪਈਏ ਦੇ, ਜ਼ਰੂਰੀ ਨਹੀਂ ਵੀ ਸੌ ਸੌ ਰੁਪਈਏ ਦੇ ਲੈ ਕੇ ਪਾਓ, ਪਰ ਉਹ ਪਵਿੱਤਰ ਹੋਣੇ ਚਾਹੀਦੇ ਆ, ਮੈਲ ਵਾਲੇ ਨਹੀਂ ਹੋਣੇ ਚਾਹੀਦੇ, ਪਸੀਨੇ ਨਾਲ ਬਦਬੂ ਆਵੇ, ਆਪ ਨੂੰ ਵੀ ਆਉਂਦੀ ਹੈ, ਦੂਜਿਆਂ ਨੂੰ ਵੀ ਆਉਂਦੀ ਹੈ, ਉਹ ਅੰਦਰ ਅਸਰ ਕਰਦੀ ਹੈ, ਐਸਾ ਨਹੀਂ। ਕਹਿੰਦੇ ਸਵੱਛ ਵਸਤਰ ਪਹਿਨੇ, ਚਾਹੇ ਕਿੰਨੇ ਹੀ ਸਸਤੇ ਪਹਿਨੇ। ਦੂਸਰਾ ਸੋਚ ਹੋਇਆ ਕਰਦੀ ਹੈ ਸਰੀਰ ਦੀ, ਸਰੀਰ ਦਾ ਇਸ਼ਨਾਨ ਕਰਾਉਣਾ, ਗਰਮੀ ਆਉਂਦੀ ਹੈ, ਕਈਆਂ ਦੇ ਸਰੀਰ 'ਚ ਬਦਬੂ ਹੋਇਆ ਕਰਦੀ ਹੈ, ਦੁਰਗੰਧ ਹੋਇਆ ਕਰਦੀ ਹੈ, ਉਹ ਇਸ਼ਨਾਨ ਜਿਵੇਂ ਨੇਮ ਦੱਸੇ ਗਏ ਨੇ ਉਸੇ ਤਰ੍ਹਾਂ ਇਸ਼ਨਾਨ ਕਰੇ, ਆਪਣੇ ਸਰੀਰ ਨੂੰ ਪਵਿੱਤਰ ਰੱਖੇ। ਤੀਸਰੀ ਪਵਿੱਤਰਤਾ ਹੋਇਆ ਕਰਦੀ ਹੈ ਵਚਨਾਂ ਦੀ, ਵਚਨ ਦੇ ਉੱਤੇ ਕੋਈ ਐਸੀ ਚੀਜ਼ ਨਾ ਆਉਣ ਦਾਵੇ ਜਿਹਦੇ ਨਾਲ ਜ਼ਬਾਨ ਮੈਲੀ ਹੋ ਜਾਵੇ। ਚੌਥੀ ਪਵਿੱਤਰਤਾ ਹੋਇਆ ਕਰਦੀ ਹੈ ਮਨ ਦੀ, ਮਨ ਦੇ ਅੰਦਰ ਵਿਕਾਰ ਨਾ ਆਉਣ ਦੇਣੇ। ਜੇ ਮਨ ਪਵਿੱਤਰ ਨਹੀਂ ਹੈ, ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਪੰਜਵੀਂ ਪਵਿੱਤਰਤਾ ਹੋਇਆ ਕਰਦੀ ਹੈ ਬੁੱਧੀ, ਬੁੱਧੀ ਨੂੰ ਗੁਰਬਾਣੀ ਦੀ ਵਿਚਾਰ ਕਰਕੇ ਨਿਰਮਲ ਕਰਨਾ, ਇਹਦੇ ਵਿੱਚੋਂ ਬੁਰਿਆਈਆਂ ਕੱਢਣੀਆਂ, ਇਹਦੀਆਂ ਬਲ ਕੱਢਣੇ। ਅਤੇ ਇਸ 'ਤੇ ਅੱਗੇ ਪਵਿੱਤਰਤਾ ਹੋਇਆ ਕਰਦੀ ਹੈ ਅਹਿਮ ਭਾਵ ਦੀ, ਅਤੇ ਅਹਿਮ ਭਾਵ ਦੇ ਵਿੱਚ ਸਮਝਣਾ ਕਿ ਮੈਂ ਕੋਈ ਵੱਖਰੀ ਚੀਜ਼ ਨਹੀਂ ਹਾਂ। ਕਹੋ ਕਬੀਰ ਹਮ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮੈਂ ਤਾਂ ਵਾਹਿਗੁਰੂ ਦੀ ਅੰਸ਼ ਹਾਂ, ਸਰੀਰ ਨਾਲ ਮੇਰਾ ਸੰਬੰਧ ਕੇਵਲ ਦ੍ਰਿਸ਼ਟਾ ਮਾਤਰ ਹੈ, ਇਹ ਮੈਂ ਸਰੀਰ ਨਹੀਂ ਹਾਂ। ਸੋ ਇਹ ਜੇ ਵਿਚਾਰ ਜੋ ਗੁਰਬਾਣੀ ਦੀ ਹੈ, ਇਹਦੇ ਨਾਲ ਮੈਂ ਭਾਵ ਸ਼ੁੱਧ ਹੋਇਆ ਕਰਦਾ, ਮੈਲ ਲੈਂਦੀ ਹੈ ਇਹਦੀ, ਦੂਸਰਾ ਨਾਮ ਨਾਲ ਮੈਲ ਲੈਂਦੀ। ਸੋ ਇਹ ਦਸਵੀਂ ਚੀਜ਼ ਮਹਾਰਾਜ ਫਰਮਾਉਂਦੇ ਨੇ ਕਿ ਦਸਵੇਂ ਯਮ ਸੋ ਸੋਚ ਲਿਖ ਸੋਚ ਲਿਖੀ ਜੈ, ਜਲ ਮਿਰਤ ਕਾ ਇਸ਼ਨਾਨ ਕਰੀ ਜੈ, ਰਾਗ ਦੁਆਹ ਕੀ ਮਲ ਉਰ ਮਾਹੀ। ਜਿਹੜੀ ਰਾਗ ਅਤੇ ਦੁਆਖ ਦੀ ਮੈਲ ਲੱਗੀ ਹੋਈ ਹੈ ਹਿਰਦੇ 'ਚ, ਮੇਰੇ ਤੇਰੇ ਦੀ ਮੈਲ ਲੱਗੀ ਹੋਈ ਹੈ ਹਿਰਦੇ ਦੇ ਅੰਦਰ, ਤਜ ਕਰ ਸੋਚ ਕਰਤ ਹੈ ਤਾਂ ਹੀ ਇਹਨੂੰ ਛੱਡ ਦੇ।
ਯਮ ਦੱਸ ਇਸ ਪ੍ਰਕਾਰ ਜਲਾਏ ਨਾ ਨੇਮ ਵੀ ਆਗੇ ਸੁਣਾਏ। ਕਹਿੰਦੇ ਹੁਣ ਦੱਸ ਯਮ ਤਾਂ ਅਸੀਂ ਦੱਸ ਦਿੱਤੇ ਕਿਹੜੇ ਕਿਹੜੇ, ਫਿਰ ਧਿਆਨ ਨਾਲ ਸਰਵਣ ਕਰ ਲਓ। ਪਹਿਲਾਂ ਤਾਂ ਅਹਿੰਸਾ ਹੁੰਦਾ, ਦੂਸਰਾ ਸੱਤ ਹੁੰਦਾ, ਤੀਸਰਾ ਚੋਰੀ ਹੁੰਦੀ ਹੈ, ਚੌਥਾ ਬ੍ਰਹਮਚਰੀਆ, ਪੰਜਵਾਂ ਧੀਰਜ, ਛੇਵਾਂ ਖਿਵਾਂ, ਸੱਤਵਾਂ ਦਿਆ, ਸੱਤ ਅੱਠਵਾਂ ਕੋਮਲ ਚਿੱਤ, ਨੌਵਾਂ ਅਲਪਹਾਰ, ਦਸਵਾਂ ਸੌਜ। ਕਹਿੰਦੇ ਇਹ ਤਾਂ ਜ਼ਰੂਰੀ ਨੇ, ਇਹਨਾਂ ਨੂੰ ਯਮ ਕਹਿੰਦੇ ਨੇ। ਦੂਸਰੇ ਹੁੰਦੇ ਆ ਨੇਮ, ਅਤੇ ਨੇਮ ਦੇ ਅੰਦਰ ਉਹ ਵੀ ਦਸ ਪ੍ਰਕਾਰ ਦੇ ਨੇ। ਪਹਿਲਾਂ ਹੁੰਦਾ ਤਪ, ਗੁਰੂ ਘਰ ਦੇ ਅੰਦਰ ਜੋ ਤਪ ਹੈ ਉਹ ਸਾਧ ਸਿੰਘ ਜੀ ਸੰਗਤਾਂ ਦੀ ਸੇਵਾ ਦਾ ਤਪ ਹੈ। ਜਲ ਪਿਲਾਉਣਾ, ਪੱਖਾ ਚੱਲਣਾ, ਦਰੀਆਂ ਵਿਛਾਉਣੀਆਂ, ਜੋੜੇ ਸਾਫ਼ ਕਰਨੇ, ਹੋਰ ਬਰਤਨਾਂ ਦੀ ਸਫਾਈ, ਲੰਗਰ ਤਿਆਰ ਕਰਨੇ, ਇਹ ਤਪ ਦਾ ਬਹੁਤ ਵੱਡਾ ਫਲ ਹੈ। ਪ੍ਰਥਮੇ ਤਪਸੋ ਤੀਨ ਪ੍ਰਕਾਰ ਆ, ਤਿੰਨ ਪ੍ਰਕਾਰ ਦਾ ਤਪ ਹੋਇਆ ਕਰਦਾ। ਰਜ ਤਮ ਬਹੁਰ ਸਾਤ ਕੀ ਸਾਰਾ, ਇੱਕ ਰਜੋਗੁਣੀ ਤਪ ਹੁੰਦਾ, ਇੱਕ ਸਤੋਗੁਣੀ ਹੁੰਦਾ, ਇੱਕ ਤਮੋਗੁਣੀ ਤਪ ਹੁੰਦਾ। ਸ਼ੁਦਾ ਅਗਨ ਜਲ ਸੋ ਤਨ ਤਾਵਾ, ਕਹਿੰਦੇ ਧੂਣੀਆਂ ਤਾਪ ਕੇ ਬੈਠ ਜਾਣੀਆਂ, ਭੁੱਖੇ ਰਹਿਣਾ, ਰੋਟੀ ਨਾ ਖਾਣੀ, ਪਾਣੀ ਨਾ ਪੀਣਾ, ਪੁੱਠੇ ਲੜਕਣਾ, ਜਲ ਧਾਰੇ ਕਰਨੇ, ਅਤੇ ਇੱਕ ਲੱਤ ਦੇ ਭਾਰ ਖੜਨਾ, ਕੰਢਿਆਂ ਦੇ ਉੱਤੇ ਸੌਣਾ, ਰੋੜਾਂ 'ਤੇ ਸੌਣਾ, ਜਾਗਦੇ ਰਹਿਣਾ, ਸੌਣ ਨਾ ਦੇਣਾ, ਸਰੀਰ ਨੂੰ ਦੁਖੀ ਕਰਨਾ, ਇਹੋ ਇਹ ਤਾਮਸੀ ਫਲ ਦਾ ਗਾਵੈ। ਕਹਿੰਦੇ ਇਹਨੂੰ ਤਾਮਸੀ ਤਪ ਕਹਿੰਦੇ ਨੇ, ਅਤੇ ਫਲ ਇਹਦਾ ਬਹੁਤ ਘੱਟ ਹੋਇਆ ਕਰਦਾ। ਹਿਰਦੈ ਗਿਆਨ ਇਸ 'ਤੇ ਨਾ ਹੋਏ, ਦੇਤ ਨਾ ਫਲ ਕਿਛ ਕਰ ਹੈ ਜੋਏ। ਕਹਿੰਦੇ ਗਿਆਨ ਨਹੀਂ ਇਹ ਤੋਂ ਹੋਇਆ ਕਰਦਾ ਅਤੇ ਫਲ ਨਹੀਂ ਮਿਲਿਆ ਕਰਦਾ। ਇਹਦੇ ਮੁਕਾਬਲੇ 'ਤੇ ਜਿਹੜਾ ਗੁਰੂ ਦੀ ਸੇਵਾ ਕਰਨੀ ਹੈ, ਸਾਰੇ ਤਪਾਂ ਦਾ ਸਿਰ ਤਪਨ ਸਾਰ ਹੈ, ਤਪਾਂ ਦਾ ਸ਼੍ਰੋਮਣੀ ਤਪ ਹੈ। ਇੱਥੇ ਵੀ ਮਾਣ ਅਤੇ ਦਰਗਾਹ ਵਿੱਚ ਵੀ ਮਾਣ, ਐਸਾ ਫਰਮਾਨ। ਨਾਮ ਜਪੀਏ ਤਾਂ ਦੂਰ ਹੋਣ ਦੁੱਖੜੇ, ਸੇਵਾ ਕਰਕੇ ਮਾਣ ਪਾਈ ਰਹਿ। ਜਪੀਏ ਤਾਂ ਦੂਰ ਹੋਣੇ ਦੁੱਖੜੇ, ਸੇਵਾ ਕਰਕੇ ਮਾਣ ਪਾਈ ਰਹਿ।
ਆ ਪਾਏ ਮਨ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ, ਕਹੋ ਨਾਨਕ ਵਾਹੋ ਲੜਾਈਏ। ਇੱਥੇ ਸੇਵਾ ਦਾ ਫਲ, ਇੱਥੇ ਵੀ ਵਾਹ ਵਾਹ, ਅਤੇ ਜਦੋਂ ਸੰਸਾਰ ਤੋਂ ਜਾਵਾਂਗੇ ਉੱਥੇ ਮਾਣ ਪ੍ਰਾਪਤ ਹੋਇਆ ਕਰ। ਸੋ ਸੇਵਾ ਤੋਂ ਬਗੈਰ ਜਿਹੜਾ ਸਰੀਰ ਹੈ ਮਹਾਰਾਜ ਕਹਿੰਦੇ ਉਹ ਮੁਰਦਾ ਹੋਇਆ ਕਰਦਾ। ਸੇਵਾ ਵਿੱਚ ਭੇਦ ਹੁੰਦਾ ਸੇਵਾ ਕਰਨ, ਜੇ ਸੇਵਾ ਕਰਨ ਵਾਲਾ ਇਹ ਕਹੇ ਮੈਂ ਸੇਵਾ ਕਰਦਾ, ਉਹ ਸੇਵਾ ਨਾ ਕਰੇ, ਈਰਖਾ ਕਰੇ, ਤਾਂ ਉਹਦੀ ਸੇਵਾ ਨਿਰਾਰਥ ਹੋ ਜਾਇਆ ਕਰਦੀ, ਨਿਊਟਰਲ ਗੇਅਰ ਲੱਗ ਜਾਇਆ ਕਰਦਾ। ਸੇਵਾ ਤਾਂ ਕਰਦਾ ਪਰ ਥਾਂ ਨਹੀਂ ਪੈਂਦੀ, ਕਿਉਂਕਿ ਹਉਮੈ ਵਿੱਚ ਸੇਵਾ ਕਰਦਾ, ਹਉਮੈ ਵਾਲੀ ਦਿਖਾਵੇ ਵਾਲੀ ਸੇਵਾ ਨਹੀਂ ਥਾਂ ਪਿਆ ਕਰਦੀ, ਉਹ ਥਕੇਵਾਂ ਪੱਲੇ ਪੈਂਦਾ। ਨਿਸ਼ਕਾਮ ਹੋ ਕੇ ਜਿਹੜਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੁਭਾਗ ਸਮਝਦਾ ਵੀ ਇਹ ਪਾਤਸ਼ਾਹ ਮੇਰੇ ਵਰਗੇ ਨਿਕੰਮੇ ਬੰਦੇ ਨੂੰ ਵੀ ਤੈਂ ਸੇਵਾ 'ਤੇ ਲਾ ਲਿਆ, ਸ਼ੁਕਰ ਹੈ ਤੇਰਾ, ਦੇਖੀ ਕਿਤੇ ਮੈਨੂੰ ਹਟਾ ਨਾ ਦੇ, ਉਹਦੀ ਸੇਵਾ ਥਾਂ ਪਿਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦਾ ਸਭ ਤੋਂ ਸ੍ਰੇਸ਼ਟ ਤਪ ਜਿਹੜਾ ਹੁੰਦਾ ਉਹ ਸੇਵਾ ਹੈ। ਸੋ ਪਹਿਲਾਂ ਮੈਂ ਬੇਨਤੀ ਕਰੀ ਸੀ ਕਿ ਤਾਮਸੀ ਤਪ ਹੁੰਦੇ ਨੇ ਇਹਦੇ ਨਾਲ, ਜਿਹਦੇ 'ਤੇ ਗਿਆਨ ਨਹੀਂ ਹੁੰਦਾ ਅਤੇ ਕੋਈ ਫਲ ਨਹੀਂ ਇਹ ਤੋਂ ਪ੍ਰਾਪਤ ਹੁੰਦਾ। ਫਲ ਕੀ ਪ੍ਰਾਪਤ ਹੁੰਦਾ? ਕ੍ਰੋਧ ਪ੍ਰਾਪਤ ਹੁੰਦਾ, ਸ਼ਰਾਪ ਦਿੰਦਾ ਹੈ, ਫਰਸਟ੍ਰੇਸ਼ਨ ਆ ਜਾਏਗੀ, ਜਿਹੜਾ ਵੀ ਹੱਠ ਯੋਗ ਕਰੇਗਾ ਵੱਢ ਖਾਣਿਆਂ ਮੰਗਣ ਦੂਸਰੇ ਨੂੰ ਪਏਗਾ, ਫਿੱਕਾ ਬੋਲੇਗਾ, ਕਿਉਂਕਿ ਅੰਦਰ ਕੁਛ ਆਇਆ ਨਹੀਂ ਹੈ, ਕ੍ਰੋਧ ਆਇਆ। ਦੂਸਰਾ ਤਪ ਹੋਇਆ ਕਰਦਾ ਹੈ, ਉਸ ਨੂੰ ਰਾਜਸੀ ਤਪ ਕਹਿੰਦੇ ਨੇ। ਉਹ ਇਹ ਹੁੰਦਾ ਹੈ ਕਿ ਵਾਰ ਵਾਰ ਮਨ ਨੂੰ ਰੋਕਣਾ ਮਾੜੇ ਕੰਮਾਂ ਤੋਂ, ਫੁਰਨਾ ਉੱਠਦਾ ਫਿਰ ਰੋਕ ਦੇਣਾ, ਫੁਰਨਾ ਉੱਠਦਾ ਫਿਰ ਅੰਦਰ ਰੋਕਣਾ, ਇਹ ਪਹਿਲੇ ਨਾਲੋਂ ਜ਼ਿਆਦਾ ਫਲ ਦਿੰਦਾ, ਕਿਉਂਕਿ ਇੰਦਰੀਆਂ ਆਪਣੇ ਸਵਾਦ ਦੇ ਮੁਤਾਬਕ ਵਰਤਦੀਆਂ ਨੇ। ਅੱਖਾਂ ਨੇ ਦੇਖਣਾ ਅਤੇ ਇਹਨੇ ਕਹਿਣਾ ਪਰਤ ਰਿਹਾ ਰੂਪ ਨਾ ਵੇਖਿਆ ਨੇਤਰ, ਕੰਨਾਂ ਨੇ ਸੁਣਨਾ ਅਤੇ ਇਹਨੇ ਅੰਦਰੋਂ ਕਹਿਣਾ ਵੀ ਨਾ ਕਰਨਾ ਸੁਣਿਆ, ਕਹੋ ਕੀ ਨਿੰਦਾ, ਕਿਸੇ ਦੀ ਨਿੰਦਿਆ ਨਹੀਂ ਸੁਣਨੀ। ਇਹ ਤਪੱਸਿਆ ਹੈ ਇੰਦਰੀਆਂ ਦੀ। ਰੋਕ ਕਰਮ ਰਖੀ ਕਜੇ ਕਰਨੀ, ਰਾਜ ਚੇ ਹੈ ਸੋ ਕਰਮਨ ਧਰਮੀ, ਕਹਿੰਦੇ ਇੰਦਰੀਆਂ ਨੂੰ ਰੋਕ ਕੇ, ਵਾਰ ਵਾਰ ਰੋਕ ਕੇ ਜਿਹੜਾ ਤਪ ਕਰਨਾ ਹੈ ਇਹਨੂੰ ਰਾਜਸ ਤਪ ਕਹਿੰਦੇ ਨੇ। ਅਤੇ ਫਿਰ ਸਾਂਤਕੀ ਤਪ ਹੋਇਆ ਕਰਦਾ ਹੈ ਕਿ ਬਿਰਤੀ ਨਾਮ ਵਿੱਚ ਲੱਗੀ ਹੋਈ, ਨਾਮ ਜਪ ਰਹੇ ਹਾਂ, ਜਪਜੀ ਸਾਹਿਬ ਪੜ੍ਹ ਰਹੇ ਹਾਂ, ਸੁਖਨੀ ਸਾਹਿਬ ਪੜ੍ਹ ਰਹੇ ਹਾਂ, ਬਿਰਤੀ ਬਾਹਰ ਦੌੜਦੀ ਹੈ, ਉਹਨੂੰ ਰੋਕ ਕੇ ਮੋੜ ਕੇ ਲਿਆ ਕੇ ਫਿਰ ਉੱਥੇ ਲਾਉਣਾ, ਫਿਰ ਦੌੜਦੀ ਹੈ ਫਿਰ ਲਿਆਉਣਾ। ਗੁਰੂ ਗ੍ਰੰਥ ਸਾਹਿਬ ਦਾ ਪਾਠੀ ਪਾਠ ਕਰਦਾ, ਬਿਰਤੀ ਨਿਕਲ ਗਈ, ਅੱਖਰ ਜਵਾਨ ਅੱਖਰ ਪੜ੍ਹੀ ਜਾਂਦੀ ਆ, ਅੱਖਾਂ ਦੇਖੀ ਜਾਂਦੀਆਂ, ਲੇਕਿਨ ਜਿਹਨੇ ਨਾਲ ਸਾਥ ਦੇਣਾ ਸੀ ਉਹ ਦੌੜਿਆ ਫਿਰਦਾ, ਉਹ ਫੁਰਨੇ ਕਰ ਰਿਹਾ, ਉਹਨੂੰ ਲਿਆ ਲਿਆ ਕੇ ਰੋਕ ਰੋਕ ਕੇ ਵਿੱਚ ਲਾਉਣਾ, ਇਹਨੂੰ ਸ਼ਾਂਤ ਕੀ ਤਪ ਕਹਿੰਦੇ ਨੇ, ਬਿਰਤੀ ਟਿਕ ਜਾਂਦੀ ਹੈ। ਸੋ ਇਹਦਾ ਫਲ ਬਹੁਤ ਵੱਡਾ ਹੋਇਆ ਕਰਦਾ। ਸੋ ਦੂਸਰਾ ਜੋ ਨੇਮ ਹੈ ਉਹਨੂੰ ਸੰਤੋਖ ਕਹਿੰਦੇ ਨੇ। ਸੰਤੋਖ ਦੋ ਪ੍ਰਕਾਰ ਦਾ ਹੋਇਆ ਕਰਦਾ, ਇੱਕ ਤਾਂ ਇਹ ਹੁੰਦਾ ਹੈ ਵੀ ਹੱਥ ਵਿੱਚ ਕੁਛ ਨਹੀਂ ਆਉਂਦਾ, ਨਾ ਮਿਹਨਤ ਕਰਦਾ, ਇਹਨੂੰ ਰਹਿਣ ਦੇ, ਨਾ ਮਿਹਨਤ ਕਰਦਾ, ਕੁਛ ਕਰਦਾ ਨਹੀਂ ਹੈ ਅਤੇ ਕਹਿੰਦਾ ਮੈਂ ਸੰਤੋਖੀ ਹਾਂ, ਇਹ ਸੰਤੋਖ ਨਹੀਂ ਹੋਇਆ ਕਰਦਾ। ਸਾਧ ਸਿੰਘ ਹੱਥ 'ਚ ਤਾਂ ਪਦਾਰਥ ਆਉਂਦਾ ਨਹੀਂ ਅਤੇ ਆਪਣੇ ਮੂੰਹ ਤੋਂ ਕਹੀ ਜਾਂਦਾ ਅਸੀਂ ਤਾਂ ਸੰਤੋਖੀ ਹਾਂ ਜੀ, ਹੱਥ ਪਦਾਰਥ ਆਵਤ ਨਾਹੀ ਹਉ ਸੰਤੋਖੀ ਅਸਮੁੱਖ ਪ੍ਰਾਹੀ, ਆਪੇ ਕਹਿਣਾ ਮੈਂ ਤਾਂ ਸੰਤੋਖੀ ਹਾਂ, ਦਲਿੱਦਰੀ ਹੁੰਦਾ, ਸੰਤੋਖੀ ਨਹੀਂ ਇਹ ਹੋਇਆ ਕਰਦਾ। ਇੱਕ ਉਹ ਹੈ ਕਿ ਮਿਹਨਤ ਕਰਦਾ, ਮਿਹਨਤ ਕਰਨ ਤੋਂ ਬਾਅਦ ਯਥਾ ਲਾਭ ਸੰਤੁਸ਼ਟ ਹੈ, ਜੋ ਕੁਛ ਹੱਥ 'ਚ ਆ ਗਿਆ ਉਹਦੇ 'ਤੇ ਸੰਤੁਸ਼ਟ ਰਹਿਣਾ ਵੀ ਮੈਂ ਕੁਤਾਹੀ ਤਾਂ ਕੋਈ ਕਰੀ ਨਹੀਂ ਹੈ, ਜਿੰਨਾ ਮੈਨੂੰ ਪਰਮੇਸ਼ਰ ਨੇ ਬਲ ਦਿੱਤਾ, ਜਿੰਨੀ ਬੁੱਧੀ ਦਿੱਤੀ ਹੈ ਉਹਦੇ ਮੁਤਾਬਕ ਮੈਂ ਕੰਮ ਪੂਰਾ ਕਰਦਾ, ਠੀਕ ਹੈ ਜੋ ਮੇਰੇ ਹਿੱਸੇ ਆ ਗਿਆ ਉਹ ਮੈਨੂੰ ਠੀਕ ਹੈ। ਸੋ ਬਿਨਾਂ ਸੰਤੋਖ ਨਹੀਂ ਕੋਈ ਰਾਜਾ, ਜਿੰਨਾ ਚਿਰ ਸੰਤੋਖ ਨਹੀਂ ਆਉਂਦਾ ਉਨੀ ਦੇਰ ਤੱਕ ਜਿਹੜਾ ਮਨ ਹੈ ਇਹ ਭਟਕਣਾ 'ਚ ਤੁਰਿਆ ਫਿਰਦਾ, ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ। ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਬਿਰਲਾ ਹੈ ਕੋਈ ਸੰਸਾਰ ਦੇ ਅੰਦਰ ਜਿਹਦੀ ਤ੍ਰਿਸ਼ਨਾ ਬੁਝੀ, ਲਾਖ ਜੋੜੇ ਲਾਖ ਕਰੋੜੇ ਮਨ ਹੋਰ ਹੈ, ਪਰੇ ਪਰੇ ਹੀ ਕੋ ਲੂਝੀ ਹੈ, ਅੱਗੇ ਹੀ ਅੱਗੇ ਤੁਰਿਆ ਜਾਂਦਾ ਹੈ, ਕੋਈ ਰੱਜਦਾ ਨਹੀਂ ਹੈ, ਇਸ ਤਰ੍ਹਾਂ ਫਰਮਾਨ ਕਰਦੇ ਨੇ ਮਹਾਰਾਜ। ਰਜਦਾ ਨਾ ਕੋਈ ਹੈ ਬਿਨਾਂ ਸੰਤੋਖ ਪਿਆਰੇ, ਰਜਦਾ ਨਾ ਕੋਈ ਹੈ ਬਿਨਾਂ ਸੰਤੋਖ ਪਿਆਰੇ, ਰਜਦਾ ਨਾ ਕੋਈ ਹੈ ਬਿਨਾਂ ਸੰਤੋਖ ਪਿਆਰੇ।
ਪਾਤਸ਼ਾਹ ਦਾ ਵੀ ਨਹੀਂ ਰੱਜ ਸਕਦਾ ਜਦ ਤੱਕ ਸੰਤੋਖ ਅੰਦਰ ਨਾ ਹੋ। ਸੁਪਨ ਮਨੋਰਥ ਬਿਰਥੇ ਸਭ ਕਾਜ। ਇੱਕ ਵਾਰੀ ਕੋਈ ਪ੍ਰੇਮੀ ਬਹੁਤ ਗਰੀਬੀ ਦਾ ਮਾਰਿਆ ਹੋਇਆ ਸਤਸੰਗ 'ਚ ਗਿਆ, ਉੱਥੇ ਪਤਾ ਲੱਗਿਆ ਚਾਰ ਪਦਾਰਥ ਜੇ ਕੋ ਮੰਗੇ ਸਾਧਜਨਾਂ ਕੀ ਸੇਵਾ ਲੱਗ। ਕੋਈ ਮਹਾਤਮਾ ਸੀ ਨੇੜੇ ਚੰਗੇ ਕਰਨੀ ਕਮਾਈ ਵਾਲੇ, ਉਹਨਾਂ ਦੀ ਸੇਵਾ ਕਰਨ ਲੱਗ ਗਿਆ ਅਤੇ ਫਿਰ ਚੰਗਾ ਸੀ। ਵਜੇ ਤਾਂ ਪਹਿਲੇ ਦਿਨ ਆ ਕੇ ਕਹਿਣਗੇ ਮਹਾਰਾਜ ਆਹ ਵੀ ਦੇ ਦਿਉ, ਆਹ ਵੀ ਦੇ ਦਿਉ, ਆਹ ਵੀ ਦੇ, ਜਿਵੇਂ ਦੁਕਾਨ ਖੁੱਲ੍ਹੀ ਹੁੰਦੀ ਹੈ। ਜਾਣਦਾ ਸੀ ਬਹੁਤ ਦੇਰ ਸੇਵਾ ਕਰਦੇ ਕਰਦੇ ਇੱਕ ਦਿਨ ਮਹਾਤਮਾ ਨੇ ਪੁੱਛਿਆ, ਪ੍ਰੇਮੀਆ ਤੂੰ ਵੀ ਬੜੀ ਦੇਰ ਦਾ ਸੇਵਾ ਕਰਦਾ, ਕੀ ਮਨੋਰਥ ਲੈ ਕੇ ਸੇਵਾ ਕਰਦਾ? ਕੋਈ ਰੂਹਾਨੀ ਮਨੋਰਥ ਹੈ ਜਾਂ ਕੋਈ ਦੁਨਿਆਵੀ ਮਨੋਰਥ? ਕਿਉਂਕਿ ਦੋਵੇਂ ਚੀਜ਼ਾਂ ਮਿਲ ਜਾਇਆ ਕਰਦੀਆਂ ਨੇ। ਕਹਿਣ ਲੱਗਿਆ ਮਹਾਰਾਜ ਗਰੀਬੀ ਦਾ ਮਾਰਿਆ ਹੋਇਆ, ਇੱਕ ਡੰਗ ਦੀ ਜੇ ਰੋਟੀ ਮਿਲ ਜਾਵੇ ਦੂਸਰੇ ਦਾ ਕੋਈ ਪਤਾ ਨਹੀਂ ਵੀ ਮਿਲੂ ਕਿ ਨਹੀਂ ਮਿਲੂ। ਆਪਣੀ ਗਰੀਬੀ ਦਾ ਹਾਲ ਚਾਲ ਦੱਸਿਆ, ਮਹਾਤਮਾ ਦਾ ਚਿੱਤ ਦਰਬ ਗਿਆ। ਜਦੋਂ ਚਿੱਤ ਦਰਬ ਜਾਵੇ ਫਿਰ ਮਹਾਤਮਾ ਦੇ ਅੰਦਰ ਲਹਿਰ ਉੱਠਿਆ ਕਰਦੀ ਆ ਕੁਛ ਦੇਣ ਦੀ, ਉਂਝ ਨਹੀਂ ਉੱਠਿਆ ਕਰਦੀ। ਉਂਝ ਤਾਂ ਜੇ ਕਹੇ ਵੀ ਮੈਨੂੰ ਆਹ ਵਰ ਦੇ ਦਿਉ, ਆਹ ਦੇ ਦਿਉ, ਚੁੱਪ ਕਰਕੇ ਕਹੀ ਤਾਂ ਜਾਂਦੇ ਨੇ ਵੀ ਤੂੰ ਕਹੀ ਜਾਂਦਾ ਕਹਾਈ ਜਾ, ਲੇਕਿਨ ਉਹ ਬਾਤ ਨਹੀਂ ਹੋਇਆ ਕਰਦੀ। ਸੋ ਮਹਾਤਮਾ ਕਹਿਣ ਲੱਗੇ, ਪ੍ਰੇਮੀਆਂ ਤੇਰੀ ਗਰੀਬੀ ਦਾ ਇਲਾਜ ਤਾਂ ਅਸੀਂ ਕਰ ਦਾਂਗੇ ਪਰ ਤੇਰੀ ਭੁੱਖ ਨਹੀਂ ਅਸੀਂ ਹਟਾ ਸਕਣੀ, ਕਿਉਂਕਿ ਭੁੱਖ ਦਾ ਇਲਾਜ ਹੋਰ ਹੈ। ਉਹ ਚੀਜ਼ ਤਾਂ ਮੰਗੀ ਨਹੀਂ, ਉਹਦਾ ਵੀ ਕੋਈ ਇਲਾਜ ਹੈ। ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਤ੍ਰਿਸ਼ਨਾ ਬੁੱਝ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਕੇ, ਤ੍ਰਿਸ਼ਨਾ ਬੁੱਝ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ Thank you.
ਕਹਿਣ ਲੱਗੇ ਤ੍ਰਿਸ਼ਨਾ ਨੂੰ ਬਚਾਉਣ ਵਾਲੀ ਗੱਲ ਨਹੀਂ ਤਾਂ ਸਾਤੋ ਮੰਗੀ, ਤੇਰੀ ਭੁੱਖ ਦਾ ਇਲਾਜ ਤਾਂ ਕਰ ਦਾਂਗੇ ਪਰ ਤ੍ਰਿਸ਼ਨਾ ਦਾ ਨਹੀਂ ਆਉਣਾ। ਜਿੰਨਾ ਚਿਰ ਤ੍ਰਿਸ਼ਨਾ ਹੈ ਉਨੀ ਦੇਰ ਤੱਕ ਰੱਜਿਆ ਹੋਇਆ ਆਦਮੀ ਭੁੱਖ ਹੈ, ਭੁੱਖ ਹੈ, ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਬਾਹਰ। ਕਿੰਨਾ ਹੀ ਪਦਾਰਥ ਪ੍ਰਾਪਤ ਹੋ ਜੇ ਲੇਕਿਨ ਭੁੱਖ ਮਨ ਦੀ ਨਹੀਂ ਉਤਰਿਆ ਕਰਦੀ। ਜਿੰਨਾ ਚਿਰ ਮਨ ਭੁੱਖਾ ਹੈ ਉਨੀ ਦੇਰ ਤੱਕ ਪਰਮੇਸ਼ੁਰ ਦੇ ਵਿੱਚ ਮਨ ਨਹੀਂ ਲੱਗਿਆ ਕਰਦਾ, ਕਿਉਂਕਿ ਤ੍ਰਿਸ਼ਨਾ ਦੀਆਂ ਉਡਾਰੀਆਂ ਮਾਰਦਾ ਰਹੇਗਾ। ਬੈਠਾ ਨਾਮ ਬੈਠੇਗਾ ਨਾਮ ਜਪਣ ਵਾਸਤੇ, ਉਡਾਰੀਆਂ ਤ੍ਰਿਸ਼ਨਾ ਦੇ ਜਹਾਜ਼ 'ਤੇ ਬੈਠ ਕੇ ਮਾਰੇਗਾ। ਸੋ ਬਿਰਤੀ ਨਹੀਂ ਲੱਗਿਆ ਕਰਦੀ। ਸੰਤੋਖੀ ਜੋ ਹੈ ਉਹਦਾ ਦਰਜਾ ਬਹੁਤ ਵੱਡਾ ਹੋਇਆ ਕਰਦਾ। ਇੱਕ ਰਿਸ਼ੀ ਸੀ ਜਿਸਦਾ ਨਾਮ ਚਾਣਕ ਸੀ। ਆਪ ਬਹੁਤ ਸੰਤੋਖੀ ਪਰਿਵਾਰ ਸੀ, ਬੰਦਗੀ ਕਰਿਆ ਕਰਦੇ ਸੀ। ਇੱਕ ਲੜਕਾ ਸੀ, ਇੱਕ ਲੜਕੀ ਸੀ, ਘਰਵਾਲੀ ਅਤੇ ਇੱਕ ਆਪ। ਕੋਈ ਦੁਰਭਿੱਖ ਪੈ ਗਿਆ, ਕਾਲ ਪੈ ਗਿਆ, 7 ਦਿਨ ਹੋ ਗਏ ਅਤੇ ਭੁੱਖੇ ਬੈਠੇ ਨੇ, ਕੋਈ ਚੀਜ਼ ਨਹੀਂ ਆਈ। ਅਖੀਰ ਇਹਨਾਂ ਨੇ ਦਾਣਾ ਦਾਣਾ ਚੁਗਣਾ ਸ਼ੁਰੂ ਕਰਿਆ, ਕੋਈ ਪਖੜਾ ਚੁਗਿਆ, ਕੋਈ ਹੋਰ ਚੀਜ਼ਾਂ ਨਾਲ ਲਾਈਆਂ, ਪ੍ਰਸ਼ਾਦਾ ਤਿਆਰ ਕਰ ਲਿਆ, 4 ਪ੍ਰਸ਼ਾਦ। ਜਦ ਖਾਣ ਲੱਗੇ ਉਸ ਵੇਲੇ ਇੱਕ ਅਥਿਤੀ ਆ ਗਿਆ। ਕਹਿਣ ਲੱਗਿਆ, ਮਹਾਰਾਜ ਮੈਂ ਬੜਾ ਭੁੱਖਾਂ, ਮੇਰੀ ਭੁੱਖ ਨਿਵਿਰਤ ਕਰੋ। ਤਾਂ ਉਹ ਰਿਸ਼ੀ ਨੇ ਆਪਣਾ ਪ੍ਰਸ਼ਾਦਾ ਉਹਨੂੰ ਦੇ ਤਾ। ਉਹ ਕਹਿਣ ਲੱਗਿਆ, ਦੇਖੋ ਮੈਂ ਰੱਜਿਆ ਨਹੀਂ ਹਾਂ, ਅਤੇ ਪ੍ਰਸ਼ਾਦਾ ਕਹਿ ਕੇ ਫਿਰ ਭੁੱਖਾ ਤੋਰ ਦੇਣਾ, ਇਹਦੇ ਵਰਗਾ ਦੋਸ਼ ਕੋਈ ਨਹੀਂ ਹੁੰਦਾ। ਜਦ ਇੱਕ ਵਾਰੀ ਕਹਿੰਦਾ ਪ੍ਰਸ਼ਾਦਾ ਛਕ ਲਾ, ਫਿਰ ਉਹਨੂੰ ਭੁੱਖਾ ਰੱਖ ਦੇਣਾ, ਇਹ ਦੋਸ਼ ਹੋਇਆ ਕਰਦਾ। ਕਹਿੰਦਾ ਮੈਂ ਭੁੱਖਾ। ਘਰਵਾਲੀ ਕਹਿਣ ਲੱਗੀ, ਮੇਰਾ ਹਿੱਸਾ ਦੇ ਦਿਉ। ਉਹ ਵੀ ਖਾ ਲਿਆ, ਇਹਨੇ ਨੂੰ ਲੜਕੇ ਹੀ ਫਿਰ ਲੜਕੇ ਨੇ ਦੇ ਤਾ, ਲੜਕੀ ਨੇ ਦੇ ਤਾ, ਖਾ ਕੇ ਤੁਰ ਗਏ। ਦੂਸਰਾ ਦਿਨ ਹੋਇਆ, ਫਿਰ ਤਿਆਰ ਕਰਿਆ। ਉਹ ਐਨ ਸਮੇਂ ਸਿਰ ਜਦ ਪ੍ਰਸ਼ਾਦਾ ਛੱਕ ਕੇ ਮੂੰਹ ਵਿੱਚ ਪਾਉਣ ਲੱਗੇ, ਉਸੇ ਵੇਲੇ ਆ ਗਿਆ। ਯਾਨੀ 3 ਦਿਨ ਇਸੇ ਤਰ੍ਹਾਂ ਕਰਦਾ ਰਿਹਾ, ਨਾਲ ਇਹ ਦੇਖਦਾ ਰਿਹਾ ਵੀ ਇਹਨਾਂ ਦੇ ਮਨ ਵਿੱਚ ਕੋਈ ਤਰਕ ਤਾਂ ਨਹੀਂ ਆ ਰਹੀ, ਕੀ ਖੁਸ਼ੀ ਖੁਸ਼ੀ ਦੇ ਰਹੇ ਨੇ, ਖਿਜਕੇ ਦੇ ਰਹੇ। ਜਦ ਉਹਨੇ ਦੇਖਿਆ ਵੀ ਇਹ ਤਾਂ ਖੁਸ਼ੀ ਖੁਸ਼ੀ ਦੇ ਰਹੇ ਨੇ, ਤਾਂ ਉਸ ਵੇਲੇ ਦਰਸ਼ਨ ਦੇ ਤੇ ਭਗਵਾਨ ਨੇ। ਕਹਿੰਦੇ ਸੰਤੋਖ ਤੇਰਾ ਪਰਖਿਆ, ਸੰਤੋਖ ਦੇ ਵਿੱਚ ਤੂੰ ਪੂਰਾ। ਸੋ ਸੰਤੋਖ ਬਹੁਤ ਉੱਚੀ ਚੀਜ਼ ਹੈ। ਸੋ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ ਕਿ ਸੰਤੋਖ ਜਿੰਨਾ ਚਿਰ ਮਨ 'ਚ ਨਹੀਂ ਆਉਂਦਾ, ਉਨੀ ਦੇਰ ਤੱਕ ਭਜਨ ਬੰਦਗੀ ਨਹੀਂ ਹੋਇਆ ਕਰਦੀ। ਉਹ ਹੋਇਆ ਕਰਦਾ ਪਹਿਲਾਂ ਤਾਂ ਹੱਥ 'ਚ ਨਹੀਂ ਆਉਂਦਾ, ਸੰਤੋਖੀ ਕਹਾਉਂਦਾ, ਉਹ ਨਹੀਂ ਹੋਇਆ ਕਰਦਾ। ਤਿਸ ਤੇ ਰਿਹਦੇ ਹਰਖ ਨਾ ਹੋਏ, ਨਿਜ ਕੀਰਤ ਕੋ ਚਾਹਤ ਸੋਏ। ਕਹਿੰਦੇ ਉਹ ਦਿੰਦਾ ਹੈ, ਉਹ ਕੀਰਤੀ ਚਾਹੁੰਦਾ, ਅਤੇ ਦਿਲ ਵਿੱਚ ਖੁਸ਼ੀ ਨਹੀਂ ਉਸਦੇ ਪ੍ਰਾਪਤ ਹੁੰਦੀ। ਦੂਜਾ ਯਥਾ ਲਾਭ ਸੰਤੋਖ, ਤਾਰਤ ਹੈ ਯੋਗੀ ਬਿੰਦੋ। ਦੂਜਾ ਹੁੰਦਾ ਵੀ ਜੋ ਕੁਛ ਮਿਲ ਗਿਆ ਪਰ ਲਭ ਦੇ ਅਨੁਸਾਰ ਉਹਦੇ 'ਤੇ ਸੰਤੁਸ਼ਟ ਰਹਿਣਾ। ਬਸਤ ਨਾ ਪ੍ਰਾਪਤ ਤੋ ਹਰਖਾਈ, ਜੇ ਨਹੀਂ ਮਿਲੀ ਤਾਂ ਵੀ ਖੁਸ਼ ਹੈ, ਮਿਲ ਗਈ ਤਾਂ ਵੀ ਖੁਸ਼ ਹੈ, ਜੇ ਪ੍ਰਾਪਤ ਹੈ ਤੋ ਸੁੱਖ ਪਾਈ, ਜੇ ਪ੍ਰਾਪਤ ਹੋ ਗਈ ਤਾਂ ਵੀ ਸੁੱਖ ਪਾਇਆ। ਸੋ ਮਹਾਤਮਾ ਕਹਿਣ ਲੱਗੇ, ਪ੍ਰੇਮੀਆਂ ਤੈਂ ਪਦਾਰਥ ਤਾਂ ਮੰਗ ਲਿਆ ਪਰ ਇਹ ਮਨ ਦੀ ਭੁੱਖ ਦਾ ਇਲਾਜ ਜਿਹੜਾ ਹੈ ਉਹ ਤਾਂ ਸਾਤੇ ਮੰਗਿਆ ਨਹੀਂ, ਉਹ ਸੰਤੋਖ ਹੋਇਆ ਕਰਦਾ। ਸੰਤੋਖ ਨਾਮ ਨਾਲ ਦੋਹਾਂ ਦਾ ਇਕੱਠਾ ਸੰਬੰਧ ਹੈ। ਘਰ ਆ ਗਿਆ, 4 ਬੱਤੀਆਂ ਦੇ ਤੀਆਂ। ਕਹਿੰਦੇ ਆਹ ਬੱਤੀ ਜਗਾ ਕੇ ਅੱਧੀ ਰਾਤ ਚਲੇ ਜਾਈ, ਜਿੱਥੇ ਬੁੱਝੂਗੀ ਉੱਥੋਂ ਪੜ ਲਈ, ਉੱਥੇ ਖਜ਼ਾਨਾ ਹੋਏਗਾ। 1 ਨੰਬਰ ਦੀ ਬੱਤੀ, ਇਹ ਤਾਂ ਤੂੰ ਮੁੱਕਣਾ ਨਹੀਂ ਉਮਰ ਭਰ। ਜੇ ਭਲਾ ਮੁੱਕ ਗਿਆ ਤਾਂ 2 ਨੰਬਰ ਦੀ ਜਗਾ ਲਈ, ਉੱਤਰ ਵੱਲ ਨੂੰ ਚਲੇ ਜਾਈ। ਜੇ ਇਹ ਵੀ ਖਤਮ ਹੋ ਗਿਆ ਤਾਂ 3 ਨੰਬਰ ਦੀ ਜਲਾ ਕੇ ਪੁੱਛਮ ਨੂੰ ਚਲੇ ਜਾਈ। ਜੇ ਇਹ ਵੀ ਖਤਮ ਹੋ ਗਿਆ ਫਿਰ ਤੂੰ ਭਾਈ ਆਪਣੇ ਭਾਗਾਂ 'ਤੇ ਸ਼ਾਕਰ ਨਹੀਂ, ਆ 4ਥੀ ਬੱਤੀ ਨਾ ਜਗਾਈ। ਜੇ ਇਹ ਜਗਾਈ, ਇਹ ਕਰੂਰ ਦਿਸ਼ਾ ਹੈ, ਦੱਖਣ ਦਿਸ਼ਾ, ਇੱਧਰ ਨਾ ਜਾਈ ਭੁੱਲ ਕੇ।
ਘਰ ਆ ਗਿਆ, ਬੜਾ ਖੁਸ਼ ਹੋਇਆ। ਰਾਤ ਨੂੰ ਨੀਂਦ ਨਹੀਂ ਆਉਂਦੀ, ਜਦੋਂ ਅੱਧੀ ਰਾਤ ਹੋਈ ਉਸੇ ਵੇਲੇ ਬੱਤੀ ਜਗਾਈ, ਤੁਰ ਪਿਆ। ਕੁਛ ਦੂਰ ਜਾ ਕੇ ਜਿੱਥੇ ਜਾ ਕੇ ਬੁਝੀ ਉੱਥੇ ਪਟਿਆ ਤਾਂ ਤਾਂਬੇ ਦਾ ਪੈਸਿਆਂ ਦਾ ਖਜ਼ਾਨਾ ਨਿਕਲਿਆ। ਬੜਾ ਖੁਸ਼ ਹੋਇਆ ਵੀ ਬੜਾ ਪੈਸਾ ਆ, ਤਾਂ ਪੈਸੇ ਦੀ ਬਰਕਤ ਵੀ ਬਹੁਤ ਸੀ। ਘਰ ਆ ਗਿਆ, ਖੁਸ਼ ਹੋਇਆ ਪਿਆ। ਅੱਧੇ ਦਿਨ ਤਾਂ ਖੁਸ਼ ਰਿਹਾ, ਜਦ ਅੱਧੇ ਦਿਨ ਤੋਂ ਬਾਅਦ ਹੋਇਆ, ਕਹਿਣ ਲੱਗਿਆ ਵੀ ਚਲੋ ਦੋ ਨੰਬਰ ਵੀ ਦੇਖ ਲੈਂਦੇ ਹਾਂ, ਕੀ ਹਰਜ ਹੈ। ਅੱਧੀ ਰਾਤ ਨੂੰ ਫਿਰ ਬੱਤੀਆਂ ਜਗਾ ਕੇ ਚਲਿਆ ਗਿਆ ਅਤੇ ਜਦੋਂ ਉੱਤਰ ਦਿਸ਼ਾ ਗਿਆ ਪਹਾੜ ਦਿਸ਼ਾ 'ਤੇ, ਉੱਥੇ ਇੱਕ ਥਾਂ 'ਤੇ ਜਿੱਥੇ ਬੁਝੀ ਪੱਟਿਆ ਤਾਂ ਚਾਂਦੀ ਦਾ ਖਜ਼ਾਨਾ ਨਿਕਲਿਆ। ਬੜਾ ਖੁਸ਼ ਹੋਇਆ, ਕਹਿੰਦਾ ਲੈ ਐਵੇਂ ਤਾਂਬੇ ਨਾਲ ਮੱਥਾ ਮਾਰਨਾ ਸੀ, ਇਹ ਚਾਂਦੀ ਕਿੰਨੀ ਵਧੀਆ, ਇਹੀ ਆਪਾਂ ਵਰਤਾਂਗੇ, ਤਾਂਬਾ ਕੀ ਕਰਨਾ। ਬੜਾ ਖੁਸ਼ ਰਿਹਾ ਅੱਧੇ ਦਿਨ ਥਾਈ, ਅਗਲੇ ਦਿਨ ਥਾਈ ਫਿਰ ਮਨ 'ਚ ਆਇਆ ਵੀ ਅਗਲਾ ਪਾਸਾ ਵੀ ਦੇਖ ਲਈਏ, ਕਮ ਸੇ ਕਮ ਪਤਾ ਤਾਂ ਲੱਗ ਜੂ ਵੀ ਕਿੱਧਰ ਹੈ, ਫਿਰ ਚੰਗਾ ਚੰਗਾ ਮਾਲ ਪਹਿਲਾਂ ਖਾ ਲਾਂਗੇ, ਮਾੜਾ ਪਿੱਛੋਂ ਸਹੀ। ਸੋ ਉੱਧਰ ਗਿਆ, ਜਦੋਂ ਪੱਛਮ ਦਿਸ਼ਾ ਵੱਲ ਜਾ ਕੇ ਬੱਤੀ ਬੁਝੀ, ਉੱਥੇ ਕੀ ਦੇਖਦਾ ਹੈ, ਪਟਿਆ ਤਾਂ ਸੋਨੇ ਦਾ ਮੋਹਰਾਂ ਦਾ ਖਜ਼ਾਨਾ ਨਿਕਲਿਆ। ਕਹਿੰਦਾ ਲਓ ਸੰਤਾਂ ਨੇ ਮੈਨੂੰ ਲੰਮੇ ਚੱਕਰ 'ਚ ਪਾ ਤਾ ਸੀ, ਬਈ ਪਹਿਲਾਂ ਤਾਂਬੇ ਨੂੰ ਮੁਕਾ, ਫਿਰ ਤੂੰ ਚਾਂਦੀ ਨੂੰ, ਫਿਰ ਮੋਹਰਾਂ ਨੂੰ, ਮੋਹਰਾਂ ਹੀ ਕਿਉਂ ਨਾ ਕਰਾਂ, ਲੈ ਕੇ ਜਾਇਆ ਕਰ। ਸੋ ਮਿੱਟੀ ਪਾ ਤੀ, ਘਰ ਆ ਗਿਆ, ਨਾਲ ਸੋਚੀ ਜਾਂਦਾ ਅਤੇ ਉਹਨਾਂ ਨੇ ਕਿਹਾ ਵੀ ਚੌਥੇ ਪਾਸੇ ਨਾ ਜਾਈ, ਭੁੱਲ ਕੇ ਨਾ ਜਾਈ। ਮਨ ਦੇ ਅੰਦਰ ਖਿਆਲ ਆਉਣ ਲੱਗ ਗਏ ਵੀ ਇੱਧਰ ਹੀਰੇ ਹੋਣੇ ਨੇ, ਲਾਲ ਹੋਣੇ ਨੇ, ਕਿਸੇ ਹੋਰ ਨੂੰ ਸੰਤਾਂ ਨੇ ਦੇਣੇ ਹੋਣੇ ਨੇ, ਵੀ ਕਿਉਂ ਨਾ ਮੈਂ ਵਹੀ ਲੈ ਲਾਂ। ਸੋ ਅੱਧੀ ਰਾਤ ਤੋਂ ਬਾਅਦ ਜਦ ਪੱਛਮ ਦੱਖਣ ਨੂੰ ਗਿਆ, ਉੱਥੇ ਪਟਿਆ ਤਾਂ ਇੱਕ ਦਰਵਾਜ਼ਾ ਆ ਗਿਆ, ਦਰਵਾਜ਼ੇ 'ਚ ਵੜ ਗਿਆ ਅਤੇ ਅੱਗੇ ਅੱਗੇ ਹੀ ਅੱਗੇ ਤੁਰਿਆ ਜਾਂਦਾ। ਅੱਗੇ ਜਾ ਕੇ ਕੀ ਦੇਖਦਾ, ਇੱਕ ਕੋਈ ਬੰਦਾ ਬੈਠਾ, ਉਹ ਚੱਕੀ ਚਲਾ ਰਿਹਾ ਅਤੇ ਉੱਥੇ ਇੱਕ ਚੱਕਰ ਆ ਕੇ ਇਹਦੇ ਮੱਥੇ ਦੇ ਦੁਆਲੇ ਘੁੰਮਣ ਲੱਗ ਗਿਆ। ਉਹਨੇ ਦੁਹਾਈ ਮਚਾਉਣੀ ਸ਼ੁਰੂ ਕਰਤੀ, ਕਹਿੰਦਾ ਆਹ ਜਿਹੜਾ ਚੱਕਰ ਹੈ ਇਹ ਤਾਂ ਮੈਨੂੰ ਮਾਰ ਦੂ, ਮੈਂ ਕਿਵੇਂ ਬਚ ਸਕਦਾ। ਕਹਿੰਦਾ ਪ੍ਰੇਮੀਆਂ, ਚੱਕੀ ਦੇ ਹੱਥੇ ਨੂੰ ਹੱਥ ਪਾ ਲਿਆ, ਛੇਤੀ ਦੇ ਕਹਿੰਦੇ ਬਚਣਾ। ਇਹਨੇ ਜਾ ਕੇ ਚੱਕੀ ਦੇ ਹੱਥੇ ਨੂੰ ਹੱਥ ਪਾ ਲਿਆ, ਇਹਦਾ ਹੱਥ ਜੁੜ ਗਿਆ ਅਤੇ ਉਹਦਾ ਛੁੱਟ ਗਿਆ। ਕਹਿਣ ਲੱਗਿਆ ਹੁਣ ਕੀ, ਕਹਿੰਦਾ ਤੂੰ ਹੁਣ ਚੱਕੀ ਪੀ ਜਿਵੇਂ ਮੈਂ ਪੀਂਦਾ ਸੀ, ਕੋਈ ਤੇਰੇ ਨਾਲੋਂ ਵੱਧ ਤ੍ਰਿਸ਼ਨਾਲੂ ਆਏਗਾ ਇੱਥੇ ਫਿਰ ਉਹ ਤੇਰਾ ਪਿੱਛਾ ਛਡਾਏ। ਸੋ ਤ੍ਰਿਸ਼ਨਾ ਜਿਹੜੀ ਹੈ ਇਹ ਆਦਮੀ ਨੂੰ ਜੰਮਣ ਮਰਨ 'ਚ ਲਿਆਉਂਦੀ ਹੈ। ਗੁਰੂ ਨੌਵੇਂ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਉਪਦੇਸ਼ ਇੰਨੇ ਸੁਣਦੇ ਹਾਂ, ਆਪਦੇ ਸਤਸੰਗ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਫਿਰ ਕੀ ਵਜ੍ਹਾ ਹੈ ਭਜਨ ਵੱਲ ਚਿੱਤ ਕਿਉਂ ਨਹੀਂ ਲੱਗਦਾ, ਕਿਰਪਾ ਕਰਕੇ ਸਾਨੂੰ ਇਹ ਦੱਸੋ ਵੀ ਉਹ ਕਿਹੜਾ ਦੋਖ ਹੈ ਜਿਹਦੇ ਕਰਕੇ ਭਜਨ ਵੱਲ ਚਿੱਤ ਨਹੀਂ ਲੱਗਦਾ। ਮਹਾਰਾਜ ਕਹਿੰਦੇ ਦੇਖੋ ਇਹ ਆਦਮੀ ਤ੍ਰਿਸ਼ਨਾ ਦਾ ਮੋਹਿਆ ਹੋਇਆ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰੇ। ਇਹ ਰੋਗ ਲੱਗ ਗਿਆ ਜਿਵੇਂ ਟੀ ਵੀ ਲੱਗ ਜਾਂਦੀ ਹੈ, ਅਤੇ ਤ੍ਰਿਸ਼ਨਾ ਦਾ ਰੋਗ ਲੱਗਿਆ ਹੋਇਆ ਅਤੇ ਇਹਨੇ ਮਰਨਾ ਮਨ ਤੋਂ ਭੁੱਲਤਾ, ਮਰਨਾ ਭੁੱਲਿਆ ਤਾਂ ਪਰਮੇਸ਼ਰ ਫਿਰ ਯਾਦ ਨਹੀਂ ਰਹਿੰਦਾ, ਐਂ ਫਰਮਾਉਂਦੇ ਨੇ। ਨਹੀਂ ਉਹ ਮਰਨ ਪਛਾਣਦਾ ਝੂਠੇ ਲਾਲ ਚਲਾਕੇ, ਨਹੀਂ ਉਹ ਮਰਨ ਪਛਾਣਦਾ ਝੂਠੇ ਲਾਲ ਚਲਾਕੇ, ਜਲਾ ਕੇ ਮੰਗਾ ਜਲਾ ਕੇ ਮੰਗਾ।
ਕਰਦਾ ਹੈ ਤੂੰ ਸੇਤ ਲੈ ਨਿਤ ਦਿਨ ਮੈਂ ਪ੍ਰਾਣੀ ਜਿਰ ਜਿਰ ਆਉਂਦ ਸਿਆਤ ਹੈ ਝੂਠੇ ਲਾਲਚ ਲੱਗ ਗਿਆ। ਇੱਕ ਸੱਚਾ ਲਾਲਚ ਹੁੰਦਾ, ਇੱਕ ਝੂਠਾ ਲਾਲਚ ਹੁੰਦਾ। ਝੂਠਾ ਲਾਲਚ ਉਹ ਹੁੰਦਾ ਹੈ ਜਿਹੜੀਆਂ ਚੀਜ਼ਾਂ ਛੱਡ ਜਾਣੀਆਂ ਨੇ। ਸੱਚਾ ਲਾਲਚ ਉਹ ਹੁੰਦਾ ਹੈ ਜਿਹੜੀਆਂ ਚੀਜ਼ਾਂ ਸਾਡੇ ਸਰੀਰ ਛੱਡਣ ਤੋਂ ਸਾਡੇ ਨਾਲ ਜਾਣੀਆਂ ਨੇ। ਸੋ ਮਹਾਰਾਜ ਕਹਿੰਦੇ ਝੂਠੇ ਲਾਲਚ ਲੱਗ ਕੇ ਮਰਨਾ ਨਹੀਂ ਪਛਾਣਦਾ, ਮਰਨਾ ਭੁੱਲਿਆ ਹੋਇਆ ਅਤੇ ਇਹਨੂੰ ਪਤਾ ਨਹੀਂ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੇ ਪ੍ਰਾਣੀ ਛਿਨ ਛਿਨ ਔਦ ਵਿਹਾਤ ਹੈ ਫੂਟੇ ਘੱਟ ਜਿਉ ਪਾਣੀ। ਹਰ ਗੁਣ ਕਾਹੇ ਨਾ ਗਾਵੇ ਮੂਰਖ ਅਗਿਆਨਾ, ਨਹੀਂ ਗਾਉਂਦਾ ਤੂੰ ਮੂਰਖ ਹੈ ਅਤੇ ਅਗਿਆਨੀ ਹੈ। ਕਹਿੰਦਾ ਮੈਂ ਤਾਂ ਜੀ ਪੜ੍ਹਿਆ ਹੋਇਆ ਯੂਨੀਵਰਸਿਟੀ, ਮੈਨੂੰ ਡਿਗਰੀ ਦਿੱਤੀ ਹੋਈ ਹੈ ਪੀ ਐੱਚ ਈ ਦੀ। ਮਹਾਰਾਜ ਕਹਿੰਦੇ ਫਿਰ ਤੇਰੀ ਪੜ੍ਹਾਈ ਪੜ੍ਹਾਈ ਹੋਇਆ, ਬੁੱਕ ਬਰਮ ਹੈ ਇਹ ਪੜ੍ਹਾਈ ਨਹੀਂ। ਸੋ ਪੜ੍ਹਿਆ ਸੋ ਪੰਡਿਤ ਮੀਨਾ ਜਿਸਰਾ ਰਾਮ ਨਾਮ ਗੱਲ ਹੈ, ਇਹ ਪੜ੍ਹਾਈ ਨਹੀਂ ਹੈ ਜਿਹੜੀ ਤੈਨੂੰ ਜਮਦੂਤਾਂ 'ਤੇ ਨਹੀਂ ਛਡਾ ਸਕਦੀ। ਰੋਟੀ ਵਾਸਤੇ ਪੜ੍ਹਦੇ ਹਾਂ, ਰੋਟੀ ਤਾਂ ਤੇਰੀ ਭਲਾ ਲਫਜ਼ 'ਚ ਪਰਮੇਸ਼ਰ ਨੇ ਲਿਖ ਕੇ ਨਾਲ ਭੇਜੀ ਹੋਈ ਹੈ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਅੱਗੇ ਕਰਤ, ਨਾ ਕਰ ਚਿੰਤਾ ਚਿੰਤਾ ਹੈ ਕਰਤੇ। ਉਹ ਤਾਂ ਵਾਹਿਗੁਰੂ ਨੂੰ ਹੈ, ਨੱਕ ਨੱਥ ਖਸਮ ਮੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ। ਉਹ ਤਾਂ ਤੇਰੀ ਭਲਾ ਲਫਜ਼ ਨੇ, ਤੈਥੋਂ ਕਿਰਾਏ ਲੈਣਾ ਜਿਹੜਾ ਕੁਛ ਕਰਾਉਣਾ। ਸੋ ਪੜ੍ਹਾਈ ਤਾਂ ਅਸਲੀ ਉਹ ਹੈ ਜਿਹੜੀ ਤੈਨੂੰ ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ, ਈਰਖਾ, ਨਿੰਦਿਆ, ਚੁਗਲੀ, ਵਕੀਲੀ ਤੋਂ ਬਰੀ ਕਰਕੇ ਤੇਰੇ ਮਨ ਦੇ ਅੰਦਰ ਸ਼ਾਂਤੀ ਪੈਦਾ ਕਰ ਦੇਵੇ। ਜੇ ਇਹ ਪੜ੍ਹਾਈ ਨਹੀਂ ਹੈ ਭਾਈ ਤਾਂ ਰੂਹਾਨੀ ਯੂਨੀਵਰਸਿਟੀ ਦੇ ਅੰਦਰ ਡਿਗਰੀ ਮਿਲਦੀ ਹੈ। ਪੜ੍ਹਿਆ ਮੂਰਖ ਆਖੀਐ ਜਿਸ ਵਿੱਚ ਲੱਭ ਲੋਭ ਹੰਕਾਰ, ਜਿਹਨੇ ਲੱਭ ਤੇ ਲੋਭ ਅਤੇ ਹੰਕਾਰ ਤੇ ਨਹੀਂ ਮੁਕਤੀ ਪਾਈ, ਉਹ ਕਹਿੰਦੇ ਮੂਰਖ ਪੜ੍ਹਿਆ ਹੋਇਆ, ਮੂਰਖਾਂ ਦੀ ਡਿਗਰੀ ਮਿਲਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਤੂੰ ਮੂਰਖ ਅਗਿਆਨਾ, ਇੰਨਾ ਮੂਰਖ ਅਤੇ ਅਗਿਆਨੀ ਹੋ ਗਿਆ ਹਰੀ ਦੇ ਗੁਣ ਨਹੀਂ ਸਿਮਰਦਾ, ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਣ। ਕਹਿੰਦੇ ਤ੍ਰਿਸ਼ਨਾ ਦਾ ਬੰਨਿਆ ਹੋਇਆ ਹੈ, ਲਾਲਚ ਵਿੱਚ ਪੈ ਗਿਆ ਅਤੇ ਹੁਣ ਇਹ ਮਰਨਾ ਨਹੀਂ ਪਛਾਣਦਾ। ਜਦੋਂ ਆਦਮੀ ਲਾਲਚ 'ਚ ਪੈ ਜਾਂਦਾ ਬੜੇ ਗਲਤ ਕੰਮ ਕਰਦਾ। ਜਿੰਨੇ ਦੁਨੀਆਂ ਦੇ ਅੰਦਰ ਖੂਨ ਹੋ ਰਹੇ ਨੇ, ਖੋ ਖਿੰਝ ਹੋ ਰਹੀ ਹੈ,
ਸਾਰੀ ਲੋਭ ਦੇ ਅੰਦਰ ਚੱਲ ਰਹੀ ਹੈ। ਅਤੇ ਨਤੀਜੇ ਕੀ ਹੁੰਦੇ ਨੇ, ਕੋਈ ਮਾਰਿਆ ਜਾ ਰਿਹਾ, ਕੋਈ ਕੁਛ ਹੋ ਰਿਹਾ, ਕੋਈ ਕੁਛ ਹੋ ਰਿਹਾ। ਇੱਕ ਵਾਰੀ ਕਬੀਰ ਸਾਹਿਬ ਦੇ ਪਾਸ ਬਹੁਤ ਸਾਰੇ ਮਹਾਤਮਾ ਬੈਠੇ ਸੀ ਅਤੇ ਉੱਥੇ ਉਹਨਾਂ ਨੇ ਇੱਕ ਕੌਤਕ ਦੇਖਿਆ ਮਾਇਆ ਦਾ ਅਤੇ ਕਹਿਣ ਲੱਗੇ, ਭਗਤ ਜੀ ਇਹ ਬੀਬੀ ਤੁਹਾਡੇ ਕੋਲ ਆਈ ਹੈ ਅਤੇ ਬੜੇ ਸੋਹਣੇ ਕੱਪੜੇ ਪਾਏ ਹੋਏ ਨੇ ਅਤੇ ਤੁਹਾਨੂੰ ਨਮਸਕਾਰ ਕਰਨਾ ਚਾਹੁੰਦੀ ਸੀ, ਤੁਸੀਂ ਇਹਨੂੰ ਦੂਰੋਂ ਹੀ ਦਬਕਾ ਮਾਰਤਾ। ਉਹ ਬੀਬੀ ਆਈ ਹੈ, ਉਹਦੇ ਪਾਟੇ ਹੋਏ ਕੱਪੜੇ ਨੇ, ਗਰੀਬ ਨਹੀਂ ਹੈ ਅਤੇ ਤੁਸੀਂ ਉਹਨੂੰ ਬੜੇ ਪਿਆਰ ਦੇ ਨਾਲ ਕੋਲ ਬੁਲਾ ਕੇ ਵਚਨ ਕੀਤੇ। ਇਹ ਸਾਨੂੰ ਸਮਝ ਨਹੀਂ ਆਈ ਗੱਲ, ਕਹਿੰਦੇ ਭਗਤੋ ਉਹ ਮਾਇਆ ਸੀਗੀ। ਕਹਿੰਦੇ ਮਹਾਰਾਜ ਉਹਦੇ ਕੇਸ ਪਿਛਲੇ ਗਿੱਚੀ ਦੇ ਕਿਉਂ ਘਸੇ ਹੋਏ ਨੇ ਅਤੇ ਮੱਥੇ 'ਤੇ ਕਿਉਂ ਘਸੇ ਹੋਏ ਨੇ? ਕਹਿੰਦੇ ਉਹ ਬੁਲਾ ਕੇ ਪੁੱਛ ਲਓ। ਬੁਲਾ ਲਿਆ, ਕਹਿਣ ਲੱਗੇ ਵੀ ਇਹ ਕੀ ਗੱਲ ਹੈ? ਕਹਿਣ ਲੱਗੀ ਆ ਮੇਰੇ ਮੱਥਾ ਤਾਂ ਜਿਹੜਾ ਘਸਿਆ ਹੈ ਸੰਤਾਂ ਦੇ ਚਰਨਾਂ 'ਤੇ ਆ ਕੇ ਮੈਂ ਮਸਤਕ ਰਗੜਦੀ ਹਾਂ ਕਿ ਮੇਤੇ ਕੰਮ ਲੈ ਲਓ, ਮੇਤੇ ਕੰਮ ਲੈ ਲਓ, ਪਰ ਇਹ ਸੰਤ ਮੈਨੂੰ ਨੇੜੇ ਨਹੀਂ ਲੱਗਣ ਦਿੰਦੇ, ਮੈਨੂੰ ਠੱਗਣੀ ਕਹਿੰਦੇ ਨੇ, ਨੇੜੇ ਨਹੀਂ ਆਉਣ ਦਿੰਦੇ ਵੀ ਤੂੰ ਫਸਾ ਲੈਂਗੀ, ਸਾਨੂੰ ਤੇਰੀ ਲੋੜ ਹੀ ਨਹੀਂ ਹੈ। ਜਿੱਥੇ ਮਾਇਆ ਆਏਗੀ ਉੱਥੇ ਪਰਮੇਸ਼ਰ ਭੁੱਲਦਾ। ਗੁਰੂ ਨਾਨਕ ਪਾਤਸ਼ਾਹ ਦੇ ਪਾਸ ਜਦ ਮਾਇਆ ਆਈ, ਅਨੇਕ ਰੂਪ ਧਾਰ ਕੇ ਆਈ ਅਤੇ ਮਹਾਰਾਜ ਕਹਿੰਦੇ ਨਾ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋ ਜੁੜਾਓ, ਕਸਤੂਰ ਕੰਗੂ ਅਗਰ ਚੰਦਨ ਲੀ ਪਾਵੈ ਚਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੈ, ਹਰ ਮੈਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ। ਕਹਿੰਦੇ ਮੋਤੀਆਂ ਦੇ ਮੰਦਰ ਸੁਗੰਧੀਆਂ ਦੇ ਨਾਲ ਮਹਿਕਦੇ ਹੋਏ, ਇਹ ਤਾਂ ਪਰਮੇਸ਼ੁਰ ਨੂੰ ਭੁਲਾਉਂਦੇ ਨੇ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀਆਂ ਮੁੱਖ ਮਣੀ ਸੋਹੇ, ਕਰੇ ਰੰਗ ਵਸਾਓ, ਮੋਹਣੀਆਂ ਹੋਣ, ਪਲੰਘ ਹੋਣ ਅਤੇ ਹੀਰੇ ਜਵਾਹਰਾਤ ਦੇ ਡੈਕੋਰੇਸ਼ਨ ਹੋਵੇ, ਧਰਤੀ ਦੇ ਵਿੱਚ ਜਗਮਗ ਜਗਮਗ ਕਰਦੇ ਹੋ। ਮਹਾਰਾਜ ਕਹਿੰਦੇ ਭੁੱਲ ਜਾਏਗਾ ਪਰਮੇਸ਼ੁਰ ਨੂੰ ਇਹ ਦੇਖ ਕੇ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ, ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੈ। ਰਿਧੀਆਂ ਸਿੱਧੀਆਂ ਤਾਕਤਾਂ ਆ ਗਈਆਂ, ਮੱਖੀਆਂ ਆ ਜਾਣਗੀਆਂ ਬੇਅੰਤ, ਆਹ ਦੇ ਦਿਓ ਜੀ ਮੈਨੂੰ, ਆਹ ਦੇ ਦਿਓ ਜੀ ਮੇਰਾ, ਆਹ ਖਰਾਬ ਹੈ ਜੀ ਮੇਰਾ, ਆਹ ਖਰਾਬ ਹੈ, ਮੈਨੂੰ ਬਚਨ ਦਿਓ ਜੀ, ਮੈਨੂੰ ਫਲਾਣੀ ਚੀਜ਼ ਕਰੋ ਜੀ। ਕਹਿੰਦੇ ਪਰਮੇਸ਼ੁਰ ਭੁੱਲੇਗਾ ਕਿ ਨਹੀਂ ਜਦ ਉਹਨਾਂ ਨਾਲ ਗੱਲ ਕਰੇਗਾ? ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ ਪਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ। ਫਿਰ ਚੌਥਾ ਰੂਪ ਧਾਰਿਆ ਮਾਇਆ ਨੇ ਰਾਸ਼ੀ ਸ਼ਕਤੀ ਦਾ। ਕਹਿੰਦੇ ਇਹਦੇ ਵਿੱਚ ਵੀ ਵਾਹਿਗੁਰੂ ਭੁੱਲਿਆ ਰਹਿੰਦਾ, ਸੋ ਇਹ ਭੁਲਾਉਂਦੀ ਹੈ। ਕਹਿੰਦੇ ਸੰਤ ਮੈਨੂੰ ਨੇੜੇ ਨਹੀਂ ਆਉਣ ਦਿੰਦੇ, ਕਹਿੰਦੇ ਤੂੰ ਰੱਬ ਨੂੰ ਭੁਲਾਉਣੀ ਹੈ। ਮੈਂ ਮੱਥੇ ਟੇਕਦੀ ਹਾਂ ਵੀ ਮਹਾਰਾਜ ਮੈਂ ਦਾਸੀ ਹੋ ਕੇ ਕਾਰ ਕਰਾਂਗੀ, ਕਹਿੰਦੇ ਤੇਰਾ ਭਰੋਸਾ ਨਹੀਂ ਕਿਹੜੇ ਵੇਲੇ ਤੂੰ ਠੱਗ ਲਵੇਂ, ਤਾਂ ਮੇਰੇ ਇਹ ਮੂਹਰਲੇ ਕੇਸ ਘੱਸ ਗਏ। ਪਿਛਲੇ ਕਹਿੰਦੇ ਆ ਪਾਮਰ ਲੋਕ ਨੇ ਜਿਹੜੇ ਪਾਪੀ ਅਤੇ ਵਿਸ਼ਈ ਲੋਕ ਨੇ, ਇਹ ਮੈਨੂੰ ਲੈ ਕੇ ਵਿਸ਼ਿਆਂ 'ਤੇ ਖਰਚ ਕਰਦੇ ਨੇ, ਸ਼ਰਾਬਾਂ ਕਬਾਬਾਂ ਮਾੜਿਆਂ ਕੰਮਾਂ 'ਤੇ ਲਾਉਂਦੇ, ਮੈਂ ਇਹਨਾਂ ਤੋਂ ਦੂਰ ਭੱਜਦੀ ਹਾਂ, ਇਹ ਪਿਛਲੇ ਵਾਲ ਇਹਨਾਂ ਨੇ ਪੜ ਕੇ ਪੱਟੇ ਹੋਏ ਨੇ। ਕਹਿੰਦੇ ਕੋਈ ਕੌਤਕ ਤਾਂ ਦਿਖਾਓ, ਕਹਿੰਦੇ ਦੇਖ ਲਓ ਕੌਤਕ ਮੇਰੇ ਖਤਰਨਾਕ ਹੁੰਦੇ, ਜੰਗਲ 'ਚ ਚੱਲੋ। ਕਹਿੰਦੇ ਤੁਹਾਨੂੰ ਲੋਭੀ ਦਾ ਕੌਤਕ ਦਿਖਾਉਣੀ ਹੈ। ਮਾਇਆ ਦੀ ਥੈਲੀ ਰਸਤੇ ਸਿੱਟਦੀ, ਚਾਰ ਮਿੱਤਰ ਤੁਰੇ ਆਉਂਦੇ ਨੇ, ਇਕੱਠੇ ਤੁਰੇ ਨੇ, ਇਕੱਠੇ ਕਿਤੇ ਜਾਣਾ, ਇਕੱਠਿਆਂ ਨੇ ਵਾਪਸ ਆਉਣਾ, ਅਤੇ ਚਾਰੇ ਹੀ ਜਾਂਦੇ ਜਾਂਦੇ ਜਦ ਥੈਲੀ ਦੇਖੀ ਪਈ, ਚਮਕ ਮਾਰਦੀ ਹੈ, ਮੋਹਰਾਂ ਚਮਕਦੀਆਂ, ਕਹਿਣ ਲੱਗੇ ਲੈ ਵੀ ਕੋਈ ਚੀਜ਼ ਹੋਵੇ ਆਪਾਂ ਚਾਰ ਹਿੱਸਿਆਂ 'ਚ ਕਰਨੀ। ਅੱਗੇ ਗਏ, ਬੜੇ ਖੁਸ਼ ਹੋਏ, ਥੈਲੀ ਉਠਾ ਲਈ, ਮੋਹਰਾਂ ਦੀ ਭਰੀ ਪਈ ਹੈ, ਇੱਕ ਪਾਸੇ ਹੋ ਗਏ ਵੀ ਕੋਈ ਆ ਨਾ ਜਾਵੇ ਜਿਹਦੀ ਗਿਰੀ ਹੈ, ਕੁਰਾਹੇ ਚੱਲਣ ਲੱਗ ਗਏ। ਥੋੜ੍ਹੀ ਦੂਰ ਗਏ, ਕਹਿੰਦੇ ਵੀ ਆਪਾਂ ਵੰਡ ਲਈਏ। ਕਹਿੰਦੇ ਦੇਖੋ ਟੱਪਦੇ ਨੇ, ਛਾਲਾਂ ਮਾਰਦੇ ਹਾਂ ਵੀ ਇੰਨਾ ਧਨ ਤਾਂ ਕਦੇ ਸਾਨੂੰ ਪ੍ਰਾਪਤ ਹੀ ਨਹੀਂ ਸੀ ਹੋਣਾ, ਆਹ ਤਾਂ ਸਾਡੀ ਕਿਸਮਤ ਹੀ ਖੁੱਲ੍ਹ ਗਈ। ਕਹਿੰਦੇ ਆਪਾਂ ਐਂ ਕਰੋ ਕੁਛ ਖਾ ਪੀ ਲਈਏ ਫਿਰ ਵੰਡਾਂਗੇ। ਦੋ ਬੰਦੇ ਭੇਜਤੇ, ਜਾਓ ਰੋਟੀ ਲਿਆਓ ਪਿੰਡ 'ਚੋਂ। ਉਹ ਦੋਏ ਚੁੱਪ ਕਰੇ ਜਾਂਦੇ ਨੇ, ਇੱਧਰ ਇਹ ਦੋਏ ਚੁੱਪ ਕਰੇ ਬੈਠੇ ਨੇ ਰਾਖੀ। ਉਹ ਕਹਿੰਦਾ ਤੂੰ ਗੱਲ ਨਹੀਂ ਕਰਦਾ? ਕਹਿੰਦਾ ਤੂੰ ਕਰ। ਕਹਿੰਦਾ ਜੇ ਮੈਂ ਗੱਲ ਕਰਾਂ ਤੂੰ ਬੁਰਾ ਤਾਂ ਨਹੀਂ ਮੰਨੇਗਾ? ਕਹਿੰਦਾ ਨਹੀਂ। ਕਹਿੰਦਾ ਵੀ ਜੇ ਆਪਾਂ ਦੋਏ ਲੈ ਲਈਏ ਕਿਸੇ ਢੰਗ ਦੇ ਨਾਲ। ਕਹਿੰਦਾ ਮੈਂ ਵੀ ਆਹੀ ਸੋਚਦਾ ਜਾਂਦਾ ਵੀ ਆਪਾਂ ਦੋਹਾਂ ਨੂੰ ਮਿਲ ਜਾਈਏ, ਫਿਰ ਤਾਂ ਕਹਿੰਦਾ ਆਪਣੀ ਗੱਲ ਬਣ ਗਈ, ਰੋਟੀਆਂ ਆਪਾਂ ਖਾ ਚੱਲਦੇ ਹਾਂ ਅਤੇ ਉਹਨਾਂ ਦੀਆਂ 'ਚ ਜ਼ਹਿਰ ਪਾ ਲੈਂਦੇ ਹਾਂ, ਖਾਣਗੇ ਮਰ ਜਾਣਗੇ, ਆਪਣੀ ਦੋਹਾਂ ਦੀ ਰਹਿ ਗਈ, ਕੋਲ ਨਦੀ ਚੱਲਦੀ ਆ, ਘੜੀਸ ਕੇ ਵਿਛੜ ਦਾਂਗੇ। ਇਸੇ ਤਰ੍ਹਾਂ ਕਰਿਆ, ਉੱਧਰੋਂ ਚੁੱਪ ਕਰੇ ਬੈਠੇ ਨੇ। ਕਹਿੰਦਾ ਵੀ ਕੋਈ ਗੱਲ ਸੁਣਾ, ਇੰਨਾ ਪੈਸਾ ਮਿਲਿਆ ਆਪਾਂ ਤਾਂ ਖੁਸ਼ ਹੋਣੇ ਚਾਹੀਦੇ, ਕੀ ਸੋਚਦਾ?
ਕਹਿੰਦਾ ਤੂੰ ਕੀ ਸੋਚਦਾ? ਕਹਿੰਦਾ ਤੂੰ ਦੱਸ ਪਹਿਲਾਂ। ਕਹਿੰਦਾ ਮੈਂ ਕਹਿੰਦਾ ਵੀ ਆਪਾਂ ਦੋਏ ਲੈ ਲਈਏ। ਕਹਿੰਦਾ ਆਹੀ ਗੱਲ ਮੈਂ ਸੋਚਦਾ। ਕਹਿੰਦੇ ਫੇਰ ਕਿਵੇਂ ਬਣੇ? ਕਹਿੰਦੇ ਉਹ ਰੋਟੀ ਲਿਆ ਕੇ ਰੱਖਣਗੇ, ਇੱਕ ਦਾ ਗਲ ਤੂੰ ਵੱਢ ਦੀ, ਇੱਕ ਦਾ ਮੈਂ ਵੱਢ ਦੂੰ, ਆ ਚੱਕ ਕੇ ਨਦੀ ਸੁੱਟ ਦਾਂਗੇ ਅਤੇ ਆਪਾਂ ਨੂੰ ਅੱਜ ਮਿਲ ਜੂ। ਸੋ ਇਵੇਂ ਜਿਵੇਂ ਕਰਿਆ, ਉਹਨਾਂ ਨੇ ਉਹ ਮਾਰਤੇ, ਉਹਨਾਂ ਨੇ ਉਹ ਮਾਰਤੇ, ਅਤੇ ਮਾਇਆ ਉੱਥੇ ਦੀ ਉੱਥੇ ਪਈ ਹੈ। ਕਹਿੰਦੇ ਕਿਉਂ ਸੰਤ ਜੀ? ਦੇਖਿਆ ਮੇਰਾ ਕੌਥ, ਇਹ ਲੋਭੀ ਬੰਦਿਆਂ ਨੂੰ ਮੈਂ ਐਂ ਕਾਬੂ ਕਰਦੀ ਹਾਂ ਅਤੇ ਐਂ ਪਾਪ ਕਰਾਉਣੀ। ਗੁਰੂ ਮਹਾਰਾਜ ਕਹਿੰਦੇ ਪ੍ਰੇਮੀਓ, ਲੋਭੀ ਦਾ ਨਾਮ ਵਸਾਹ ਕਰਿਓ ਭੁੱਲ ਕੇ ਵੀ। ਇਹ ਕਹਿੰਦੇ ਐਡਾ ਧੋਖੇਬਾਜ਼ ਹੁੰਦਾ, ਇਹੋ ਜਿਹੇ ਥਾਂ ਧੋਖਾ ਦਊ ਜਿੱਥੇ ਹੱਥੇ ਨਹੀਂ ਕੋਈ ਪੈਂਦਾ। ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਿਸਾਏ, ਅੰਤਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ। ਜਿੱਥੇ ਕੁਛ ਵੀ ਨਹੀਂ ਬਣ ਸਕਦਾ ਉੱਥੇ ਆ ਕੇ ਇਹਨੇ ਧੋਖਾ ਦੇਣਾ। ਕਰੀ ਨਾ ਵਿਸਾਹ ਜਿੰਦੇ ਭੁੱਲ ਕੇ ਵੀ ਲੋਭੀ ਦਾ, ਕਰੀ ਨਾ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ। ਜਿੱਥੇ ਕੁਛ ਵੀ ਨਹੀਂ ਬਣ ਸਕਦਾ ਉੱਥੇ ਲੋਭੀ ਬੰਦਾ ਮਾਰਿਆ ਕਰਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਕਬੀਰ ਇਹ ਤਾਂ ਜਾਏਗਾ, ਸਗੋ ਤੋਂ ਲਿਓ ਬਹੁ ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ। ਲੱਖ ਕਰੋੜ ਕਹਿੰਦੇ ਨੇ 100 ਖਰਬ ਰੁਪਈਏ ਵਾਲਾ ਵੀ ਜਦੋਂ ਸੰਸਾਰ ਤੋਂ ਜਾਂਦਾ ਹੈ। ਕਿੰਨੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ? ਪਹਿਲਾਂ ਤਾਂ ਦੁਨੀ ਚੰਦ ਮਿਲਿਆ, 7 ਕਰੋੜ ਰੁਪਈਆ ਉਹਦੇ ਕੋਲ ਜਮ੍ਹਾਂ ਸੀ। ਮਹਾਰਾਜ ਨੇ ਕੌਤਕ ਵਰਤਾਇਆ, ਪਹਿਲਾਂ ਤਾਂ ਉਹਦੇ ਪਿਤਾ ਦਾ ਸਰਾਹ ਸੀ, ਕਿਹਾ ਕਿ ਤੇਰੇ ਪਿਤਾ ਨੂੰ ਪ੍ਰਸ਼ਾਦਾ ਨਹੀਂ ਪਹੁੰਚਿਆ, ਤੇਰਾ ਪਿਤਾ ਤਾਂ ਬਗਿਆੜ ਬਣਿਆ ਬੈਠਾ, 7 ਦਿਨ ਦਾ ਭੁੱਖ ਹੈ, ਜਾ ਪ੍ਰਸ਼ਾਦ ਲੈ ਜਾ। ਨੇਚਾ ਹੋਇਆ ਉਹਨੂੰ ਜਦ ਆਪਣੇ ਪਿਤਾ ਤੋਂ ਸਾਰੀਆਂ ਗੱਲਾਂ ਸੁਣੀ। ਕਹਿੰਦਾ ਪੁੱਤਰ ਆਹ ਹਾਲ ਹੁੰਦਾ ਹੈ ਪਰਮੇਸ਼ੁਰ ਦੇ ਨਾਮ ਤੋਂ ਬਗੈਰ, ਮੈਂ ਤਾਮਸੀ ਜੂਨ 'ਚ ਪੈ ਗਿਆ, ਬਗਿਆੜ ਬਣਿਆ, ਦੁਖੀ ਹੋਇਆ ਫਿਰਦਾ। ਤੇਰੇ ਘਰ ਪਰਮੇਸ਼ੁਰ ਆਪ ਆਇਆ ਹੋਇਆ, ਬਚਨ ਮੰਨ ਲੈ, ਆਪਣੀ ਗਤੀ ਕਰਾ ਲੈ, ਤੇਰੇ ਕਰਕੇ ਮੇਰਾ ਆਧਾਰ ਹੋ ਗਿਆ, ਤੈਂ ਦਰਸ਼ਨ ਕਰੇ ਨੇ ਉਹਨਾਂ ਦੇ, ਤੇਰੇ ਦਰਸ਼ਨ ਕਰਕੇ ਮੈਨੂੰ ਦੇਵ ਦੇਹੀ ਪ੍ਰਾਪਤ ਹੋ ਗਈ, ਆ ਕੇ ਚਰਨੀ ਰਹਿ ਪਿਆ ਮਹਾਰਾਜ, ਕਿਰਪਾ ਕਰੋ ਮੈਨੂੰ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਸੇਵਾ ਤਾਂ ਕੋਈ ਨਹੀਂ, ਮਰਦਾਨਿਆ ਸੂਈ ਹੈਗੀ ਤੇਰੇ ਕੋਲ? ਕਹਿੰਦੇ ਹੈਗੀ ਮਹਾਰਾਜ। ਲਿਆ ਆਹ ਫੜੋ ਸੇਠ ਜੀ ਸੂਈ। ਕਹਿੰਦੇ ਮਹਾਰਾਜ ਕੀ ਕਰੇ? ਕਹਿੰਦੇ ਤੇ ਅਗਲੀ ਦਰਗਾਹ 'ਚ ਲਵਾਂਗੇ। ਸੋਚਿਆ ਨਹੀਂ ਆ ਵੀ ਮਹਾਰਾਜ ਕੀ ਕਹਿ ਗਏ। ਘਰਵਾਲੀ ਨੂੰ ਲਿਜਾ ਕੇ ਸੂਈ ਦੇ ਦਿੱਤੀ ਵੀ ਸੰਤਾਂ ਨੇ ਆਹ ਗੱਲ ਕਹੀ ਆ। ਉਹ ਥੋੜ੍ਹੀ ਸਿਆਣੀ ਸੀ, ਕਹਿਣ ਲੱਗੀ ਸੇਠ ਜੀ
ਅਗਲੀ ਦਰਗਾਹ 'ਚ। ਜੇ ਛਾਤੀ 'ਤੇ ਧਰਾਂਗੇ ਸਰੀਰ ਨੇ ਜਲ ਜਾਣਾ ਹੈ, ਸਵਾਹ ਵੀ ਨਹੀਂ ਜਾਣੀ, ਨਾਲ ਹੱਡੀਆਂ ਵੀ ਨਹੀਂ ਜਾਣੀਆਂ, ਸੂਈ ਕਿੱਥੋਂ ਲੈ ਜਾਓਗੇ? ਜਾਓ ਸੰਤਾਂ ਦਾ ਕੋਈ ਮਤਲਬ ਹੈ, ਪੁੱਛੋ ਉਹਨਾਂ 'ਤੇ। ਦੁਬਾਰਾ ਆ ਗਿਆ ਪਾਤਸ਼ਾਹ, ਸੂਈ ਤਾਂ ਨਾਲ ਨਹੀਂ ਜਾਣੀ। ਕਹਿੰਦੇ ਜਿੱਥੇ ਧਨ ਜਾਏਗਾ 7 ਕਰੋੜ, ਉੱਥੇ ਨਾਲ ਨਹੀਂ ਜਾਓ, ਪਾਤਸ਼ਾਹ ਇਹ ਤਾਂ ਨਾਲ ਨਹੀਂ ਜਾਣਾ। ਕਹਿੰਦੇ ਫਿਰ ਜੋੜੀ ਬੈਠੇ ਕੀ ਫਾਇਦਾ ਇਹਦਾ? ਕੋਈ ਫਾਇਦਾ ਵੀ ਹੈ? ਨੇਤਰ ਖੁੱਲ੍ਹ ਗਏ, ਪਾਤਸ਼ਾਹ ਨਾਲ ਵੀ ਜਾ ਸਕਦਾ। ਕਹਿੰਦੇ ਹਾਂ, ਦਮਣਾ ਤੁਸੀਂ ਕਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਦਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ। ਕਹਿੰਦੇ ਇਕੱਲਾ ਨਾ ਖਾਵੇ, ਇਹਨੂੰ ਧਰਮ ਦੇ ਉੱਤੇ ਦਾਨ ਕਰਦੇ ਕਰਦੇ ਸੇਵਾ। ਸੰਸਾਰ ਦੁਖੀ ਹੈ, ਚੀਜ਼ਾਂ ਬਣਾ ਦੇ ਇਹਨਾਂ ਦੇ ਵਾਸਤੇ, ਬੇਅੰਤ ਚੀਜ਼ਾਂ ਖਰਚ ਦੇ, ਸਾਰਾ ਧਨ ਖਰਚਦਾ ਘਰ। ਮਹਾਰਾਜ ਇਹ ਵੀ ਇਸੇ ਧਨ ਦਾ। ਕਹਿੰਦੇ ਇਹਨੂੰ ਧਰਮਸ਼ਾਲਾ ਬਣਾ ਦੇ, ਇੱਥੇ ਸਤਸੰਗ ਕਰਿਆ ਕਰਿਓ, ਇਹ ਵੀ ਤੇਰੇ ਨਾਲ ਜਾਏਗਾ। ਸਾਧੂ ਬਣਾ ਤਾ, ਘਰੂ ਦੇ ਪਾਸ ਜਾਂਦੇ ਨੇ, ਪਤਾ ਲੱਗਿਆ ਵੀ ਬਹੁਤ ਧਨ ਜੋੜਿਆ। ਇੱਕ ਪ੍ਰੇਮੀ ਨੂੰ ਪੁੱਛਿਆ ਵੀ ਆਹ ਤੁਹਾਡਾ ਹਾਲ ਕਿਉਂ ਹੈ, ਪਾਟੇ ਹੋਏ ਕੱਪੜੇ, ਤੁਹਾਡੇ ਟੁੱਟੇ ਹੋਏ ਘਰ ਅਤੇ ਭਾਂਡੇ ਮਿੱਟੀ ਦੇ, ਉਹ ਵੀ ਟੁੱਟੇ ਹੋਏ, ਕੀ ਗੱਲ? ਕਹਿੰਦੇ ਮਹਾਰਾਜ ਇੱਥੇ ਧਨ ਨਹੀਂ ਹੈ, ਪੈਸਾ ਨਹੀਂ ਹੈਗਾ। ਪੈਸਾ ਕਿੱਧਰ ਗਿਆ? ਕਹਿੰਦੇ ਸਾਰਾ ਸਿੱਕਾ ਕਾਰੂ ਬਾਦਸ਼ਾਹ ਨੇ ਇਕੱਠਾ ਕਰ ਲਿਆ। ਦਰਵਾਜ਼ੇ ਦੇ ਅੱਗੇ ਖੜ੍ਹੇ ਗੱਲ ਕਰਦੇ ਨੇ ਕਾਰੂ ਦੇ ਕਿਲੇ ਦੇ, ਅਤੇ ਸਿਪਾਹੀ ਦੱਸ ਰਿਹਾ ਹੈ, ਕਹਿੰਦੇ ਕਿਵੇਂ ਕਰ ਲਿਆ? ਕਹਿੰਦੇ ਮਹਾਰਾਜ ਕੀ ਦੱਸੀਏ, ਇੱਕ ਵਾਰੀ ਇਹਦੇ ਵਜ਼ੀਰਾਂ ਨੇ ਰਿਪੋਰਟ ਕਰੀ ਵੀ ਸਾਰਾ ਧਨ ਆ ਗਿਆ। ਕਹਿੰਦਾ ਨਹੀਂ, ਅਜੇ ਹੋਣਾ। ਕਹਿੰਦਾ ਮੈਂ ਕਢਾਉਣਾ। ਇੱਕ ਲੜਕੀ ਬਾਜ਼ਾਰ ਦੇ ਵਿੱਚ ਬੱਗੀ 'ਚ ਬਿਠਾ ਕੇ ਟੰਡੋਰਾ ਫਰਾ ਤਾ ਕੇ ਇਹ ਲੜਕੀ ਦੀ ਸ਼ਾਦੀ ਉਹਦੇ ਨਾਲ ਕੀਤੀ ਜਾਏਗੀ ਜਿਹੜਾ ਇੱਕ ਦਿਨਾਰ ਲਿਆਏਗਾ। ਇੱਕ ਨੌਜਵਾਨ ਨੇ ਦੇਖਿਆ, ਮਾਂ ਕੋ ਆ ਕੇ ਕਹਿਣ ਲੱਗਿਆ, ਮਾਤਾ ਇੱਕ ਦਿਨਾਰ ਦੀ ਮਿਲਦੀ ਹੈ ਲੜਕੀ, 1 ਰੁਪਈਏ ਦੀ, ਮੈਨੂੰ ਰੁਪਈਆ ਦੇ। ਕਹਿੰਦੀ ਬੇਟਾ ਰੁਪਈਆ ਤਾਂ ਹੈ ਹੀ ਨਹੀਂ। ਅਖੀਰ ਕਹਿਣ ਲੱਗਿਆ ਵੀ ਮੈਂ ਮਰ ਜੂ। ਮਾਂ ਨੂੰ ਮਮਤਾ ਜਾਗੀ ਅਤੇ ਉਹ ਕਹਿਣ ਲੱਗੀ, ਜਾ ਫਿਰ ਆਪਣੇ ਪਿਓ ਦੀ ਕਬਰ ਪੁੱਟ ਲੈ, ਉਹਦੇ ਮੂੰਹ 'ਚ 1 ਰੁਪਈਆ ਪਾਇਆ ਸੀ ਉਹ ਕੱਢ ਲੈ। ਰੁਪਈਆ ਲੈ ਕੇ ਆ ਗਿਆ, ਜਦ ਲੈ ਕੇ ਜਾ ਕੇ ਪੇਸ਼ ਕਰਿਆ, ਉੱਥੇ ਹੀ ਗ੍ਰਿਫਤਾਰ ਕਰ ਲਿਆ। ਕਾਰੂ ਦੇ ਪੇਸ਼ ਕੀਤਾ, ਕਹਿੰਦੇ 10 ਰੁਪਈਆ ਕਿੱਥੋਂ ਆਇਆ? ਕਹਿੰਦਾ ਮੈਂ ਤਾਂ ਆਪਣੇ ਬਾਪ ਦੀ ਕਬਰ 'ਚੋਂ ਕੱਢਿਆ ਮੂੰਹ 'ਚੋਂ। ਹੁਕਮ ਦੇ ਤਾ ਵੀ ਸਾਰੇ ਕਬਰਸਤਾਨ ਪੱਟ ਕੇ ਰੁਪਈਏ ਕੱਢ ਲਓ। ਇਹ ਮਹਾਰਾਜ ਹਾਲ ਕਰਿਆ ਇਹਨੇ। ਮਹਾਰਾਜ ਕਹਿੰਦੇ ਵੀ ਜਾਓ, ਇਹਨੂੰ ਕਹਿ ਦਿਓ ਤੈਨੂੰ ਕੋਈ ਦਰਵੇਸ਼ ਮਿਲਣਾ ਚਾਹੁੰਦੇ। ਉਸ ਵੇਲੇ ਮਹਾਰਾਜ ਨੇ ਠੀਕਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ। ਜਦ ਕਾਰੂ ਆਇਆ, ਖਬਰ ਲੱਗੀ ਅਤੇ ਬਾਹਰ ਆ ਕੇ ਦਰਸ਼ਨ ਕਰਨ ਲੱਗਿਆ ਤਾਂ ਪ੍ਰਭਾਵਿਤ ਹੋ ਗਿਆ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਮੂੰਹ ਚੁੰਗਲੀ ਪਾ ਲਈ। ਕਹਿੰਦਾ ਐਸੇ ਦਰਵੇਸ਼ ਦੇ ਦਰਸ਼ਨ ਨਹੀਂ ਕਦੇ ਹੋਏ, ਇੰਨਾ ਸ਼ਾਂਤ ਦੇਖਦੀ ਸਾਰ ਸ਼ਾਂਤੀ ਆ ਗਈ। ਸ਼ਾਂਤੀ ਨਹੀਂ ਆਈ, ਅੰਦਰ ਗਿਆਨ ਪੈਦਾ ਹੋਣਾ ਸ਼ੁਰੂ ਹੋ ਗਿਆ। ਲੇਕਿਨ ਕਿਰਿਆ ਤੋਂ ਹੈਰਾਨ ਹੁੰਦਾ ਹੈ। 2-3 ਆਵਾਜ਼ਾਂ ਦਿੱਤੀਆਂ, ਦਰਵੇਸ਼ ਦੱਸੋ ਕੀ ਕੰਮ ਹੈ? ਅਤੇ ਮਹਾਰਾਜ ਛੇਤੀ ਛੇਤੀ ਠੀਕਰੀਆਂ ਇਕੱਠੀਆਂ ਕਰੀ ਜਾਂਦੇ, ਘਰੂ ਵੱਲ ਵੀ ਦੇਖਦੇ ਆ, ਅਖੀਰ ਕੋਲ ਆ ਗਿਆ। ਕਹਿੰਦਾ ਇਹ ਦਰਵੇਸ਼, ਇਹ ਠੀਕਰੀਆਂ ਤੁਸੀਂ ਇਕੱਠੀਆਂ ਕਿਉਂ ਕਰਦੇ ਆ? ਕਹਿੰਦੇ ਸਾਨੂੰ ਚੰਗੀਆਂ ਲੱਗਦੀਆਂ। ਕਹਿੰਦੇ ਕੀ ਕਰੋਗੇ? ਕਹਿੰਦੇ ਅਸੀਂ ਦਰਗਾਹ 'ਚ ਨਾਲ ਲੈ ਕੇ ਜਾਣੀ ਆ ਅਗਲੀ 'ਚ। ਹੱਸ ਪਿਆ, ਕਹਿੰਦੇ ਤੁਸੀਂ ਮਸਤਾਨੇ ਹੋ। ਕਹਿੰਦੇ ਕਿਉਂ ਮਸਤਾਨੇ ਆ? ਤੇਰੇ ਜਿੱਥੇ 45 ਗੰਜ ਜੋੜੇ ਹੋਏ ਨੇ ਉੱਥੇ ਰੱਖ ਲਾਂਗੇ, ਜਿੱਥੇ ਇੰਨਾ ਭਾਰ ਲੈ ਕੇ ਜਾਏਗਾ ਇੱਕ ਨਿੱਕਾ ਜੀ ਇੱਕ ਝੋਲਾ ਨਹੀਂ ਲਿਜਾਏਗਾ ਠੀਕਰੀਆਂ ਦਾ। ਅੱਖਾਂ ਖੁੱਲ੍ਹ ਗਈਆਂ, ਕਹਿੰਦਾ ਇਹ ਤਾਂ ਮੇਰੇ ਨਾਲ ਨਹੀਂ ਜਾਣੇ। ਕਹਿੰਦੇ ਤੇਰੇ ਪਿਓ ਨੇ ਵੀ ਜੋੜੇ ਸੀ, ਉਹ ਕਿੱਥੇ ਨੇ? ਕਹਿੰਦਾ ਉਹ ਇੱਥੇ ਹੀ ਛੱਡ ਗਿਆ। ਕਹਿੰਦੇ ਫਿਰ ਤੂੰ ਵੀ ਇੱਥੇ ਹੀ ਛੱਡ ਜਾਏਗਾ। ਕਹਿੰਦਾ ਦਰਵੇਸ਼ ਮੈਨੂੰ ਸਮੱਤ ਦਿਓ। ਕਹਿੰਦੇ ਸਮੱਤ ਤਾਂ ਇਹ ਹੈ ਕਿ ਸਾਰਾ ਧਨ ਰਿਆਇਆ 'ਤੇ ਖਰਚ ਦੇ। ਤੂੰ ਰਿਆਇਆ ਭੁੱਖੀ ਮਾਰ ਦਿੱਤੀ ਅਤੇ ਪੈਸੇ ਦੇ ਇਕੱਠੇ ਕਰਨ ਦੀ ਧੁਨ ਵਿੱਚ ਤੂੰ ਮਸਤ ਹੋਏ। ਸੋ ਮਹਾਰਾਜ ਕਹਿੰਦੇ ਕਬੀਰ ਹੈ ਧਨ ਜਾਏਗਾ, ਸਕੋ ਤੋਂ ਲਿਓ ਬਹੋਰ, ਨਾਂਗੇ ਪਾਵੋ ਤੇ ਗਏ, ਜਿਨਕੇ ਲਾਖ ਕਰੋੜ। ਮਹਿਮੂਦ ਗਜ਼ਨਵੀ ਨੇ 16 ਹਮਲੇ ਕੀਤੇ। ਸੋਮਨਾਥ ਦੇ ਮੰਦਰ 'ਚੋਂ 4 ਅਰਬ ਉਸ ਵੇਲੇ ਦਾ ਰੁਪਈਆ ਲੁੱਟਿਆ, ਬੇਅੰਤ ਧਨ ਲੁੱਟਿਆ। 50 ਸਾਲ ਦੀ ਉਮਰ 'ਚ ਆ ਕੇ ਇਹਨੂੰ ਉਧਰੰਗ ਹੋ ਗਿਆ ਅਤੇ ਪਤਾ ਲੱਗ ਗਿਆ ਹੁਣ ਨਹੀਂ ਮੈਂ ਬਚਦਾ। ਮਨ 'ਚ ਲਾਲਸਾ ਜਾਗੀ ਕਿ ਮੈਂ ਇੱਕ ਵਾਰੀ ਦੇਖਣਾ ਚਾਹੁੰਦਾ ਜਿੰਨਾ ਧਨ ਲਿਆ। ਢੇਰ ਲਾ ਦਿੱਤੇ ਗਏ ਅਤੇ ਪਹੀਆਂ ਵਾਲੀ ਕੁਰਸੀ 'ਤੇ ਬਿਠਾ ਕੇ ਰੋੜੀ ਜਾਂਦੇ ਨੇ, ਰੋਂਦਾ ਜਾਂਦਾ, ਕਦੇ ਇੱਧਰ ਦੇਖਦਾ ਕਦੇ ਇੱਧਰ ਦੇਖਦਾ। ਇਹਦੇ 'ਚ 1000 ਬੰਦਾ ਮਰਿਆ, 1000 ਮਰਿਆ, 1000 ਮਾਰਿਆ। ਅਖੀਰ ਅਫਸੋਸ ਆ ਗਿਆ ਮਨ 'ਚ, ਕਹਿਣ ਲੱਗਿਆ ਮੈਂ ਬੜੀ ਭਾਰੀ ਭੁੱਲ ਕੀਤੀ, ਮੇਰੇ ਨਾਲ ਤਾਂ ਕੁਛ ਵੀ ਨਹੀਂ ਜਾਂਦਾ ਅਤੇ ਮੇਰੀ ਔਲਾਦ ਨਿਕੰਮੀ ਹੈ, ਇਹਨਾਂ ਤੋਂ ਤਾਂ ਖੋਹ ਲੈਣਾ ਦੂਜਿਆਂ ਨੇ।
ਅਤੇ ਗਜਨੀ ਦੇ ਲੋਕਾਂ 'ਤੇ ਵਿਪਤਾ ਆਏਗੀ ਅਤੇ ਹੁਣ ਮੈਂ ਬਚਣਾ ਨਹੀਂ ਹੈ ਅਤੇ ਤੁਸੀਂ ਪੰਧਨਾਵਾਂ ਲਿਖੋ। ਉਸ ਵੇਲੇ ਪੰਧਨਾਵਾਂ, ਇੱਕ ਤਾਂ ਵਸੀਅਤ ਹੁੰਦੀ ਹੈ ਵੀ ਮੇਰੇ ਮਰਨ ਤੋਂ ਬਾਅਦ ਜਾਇਦਾਦ ਕਿਹਨੂੰ ਜਾ, ਇੱਕ ਪੰਧਨਾਵਾਂ ਹੁੰਦਾ ਹੈ ਅੰਤਲਾ ਅਨੁਭਵ ਲਿਖਾਇਆ ਜਾਂਦਾ ਅਤੇ ਉਹਦੇ ਵਿੱਚ ਅਨੁਭਵ ਲਿਖਾਉਂਦਾ ਕਹਿਣ ਲੱਗਿਆ ਵੀ ਮੇਰੇ ਹੱਥ ਕੱਫਣ ਤੋਂ ਬਾਹਰ ਰੱਖਿਓ ਅਤੇ ਢੰਡੋਰ 'ਚ ਹੀ ਢੰਡੋਰਾ ਪਿੱਟਦਾ ਜਾਵੇ ਵੀ ਆਹ ਮਹਿਮੂਦ ਗਜ਼ਨਵੀ ਜਾ ਰਿਹਾ ਜਿਹੜਾ ਖਰਵਾਂ ਰੁਪਈਏ ਲੁੱਟ ਕੇ ਲਿਆਇਆ ਸੀ। ਅਤੇ ਕਿਸੇ ਕਵੀ ਨੇ ਇਸ ਤਰ੍ਹਾਂ ਦੇ ਨਾਲ ਲਿਖਿਆ ਕਿ ਮੇਰੇ ਹੱਥ ਇਹ ਕੱਫਣ ਤੋਂ ਬਾਹਰ ਰੱਖਣੇ, ਵੇਖ ਲਏ ਦੁਨੀਆ ਜਾਂਦੀ ਵਾਰ ਮੈਨੂੰ, ਕੀ ਲੈ ਚੱਲਿਆ ਆਪਣੇ ਨਾਲ ਮੈਂ ਹੁਣ, ਸਿੱਖਿਆ ਲਏ ਮੈਥੋਂ ਪਾਤਰਕਾਰ ਮੈਨੂੰ, ਸਾਰੀ ਉਮਰ ਹੀ ਲਹੂ ਵਿੱਚ ਰਿਹਾ ਡੁੱਬੇ, ਵੇਲੇ ਅੰਤ ਦੇ ਰਹੇ ਫਟਕਾਰ ਮੈਨੂੰ, ਹਾਏ ਨਫਸ ਸ਼ੈਤਾਨ ਦੇ ਲੱਗ ਆਖੇ ਭੁੱਲ ਗਈ ਸੀ ਮੌਤ ਦੀ ਸਾਰ ਮੈਨੂੰ, ਨਾ ਮੈਂ ਸੋਚਿਆ ਇਸ ਜਹਾਨ ਅੰਦਰ ਮਿਲੀ ਪਾਤਸ਼ਾਹੀ ਇਹ ਦਿਨ ਚਾਰ ਮੈਨੂੰ, ਕਰਾਂ ਕੰਮ ਕੋਈ ਨੇਕ ਮਰਦ ਵਾਲਾ, ਦੇਣੀ ਖੁਦੀ ਤਕਬਰੀ ਹਾਰ ਮੈਨੂੰ, ਬੇਗਨਾਹਾਂ ਦੀ ਖਾਲੋ ਤਾਰਦਾ ਰਿਹਾ ਆਇਆ ਤਰਸਣਾ ਕਦੇ ਇੱਕ ਵਾਰ ਮੈਨੂੰ, ਜਾਂਦੀ ਵਾਰੀ ਖਾਲੀ ਹੱਥੀਂ ਚੱਲਿਆ ਹਾਂ ਲੱਖ ਲੱਖ ਵਾਰ ਤਿਰਕਾਰ ਫਿਟਕਾਰ ਮੈਨੂੰ। ਸੋ ਮਹਾਰਾਜ ਕਹਿੰਦੇ ਪ੍ਰੇਮੀਆਂ ਆਹ ਹਾਲ ਹੋਇਆ ਕਰਦਾ। ਸੋ ਇਹ ਤੋਂ ਬਚ, ਤੂੰ ਸੰਤੋਖ ਧਾਰਨ ਕਰ, ਜਦ ਸੰਤੋਖ ਤੇਰੇ ਅੰਦਰ ਆ ਜਾਏਗਾ ਉਸ ਵੇਲੇ ਤੇਰਾ ਜਿਹੜਾ ਰੂਹਾਨੀ ਸਫ਼ਰ ਹੈ ਉਹ ਹੋਣਾ ਸ਼ੁਰੂ ਹੋਇਆ। ਜਿੰਨਾ ਚਿਰ ਤੇਰੇ ਅੰਦਰ ਸੰਤੋਖ ਨਹੀਂ ਆਉਂਦਾ ਉਨੀ ਦੇਰ ਤੱਕ ਤੂੰ ਭਜਨ ਨਹੀਂ ਕਰ ਸਕਦਾ, ਤੇਰਾ ਭਜਨ ਵੀ ਰੋਟੀ ਦਾ ਪੈਸਿਆਂ ਦਾ ਹੋਏਗਾ। ਵਿਰਤੀ ਟਕਾਈ ਬੈਠਾ, ਅੱਖਾਂ ਮੀਚੀ ਬੈਠਾ, ਫਿਰਦਾ ਕਿੱਥੇ ਹੈ ਪੈਸੇ ਇਕੱਠੇ ਕਰਨ ਦੇ ਵਾਸਤੇ। ਸੋ ਇਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਇਹ ਹੋਇਆ ਕਰਦੀ। ਸੋ ਤੀਸਰਾ ਜੋ ਨੇਮ ਹੈ ਉਹ ਹੋਇਆ ਕਰਦਾ ਜਿਹਨੂੰ ਆਸ਼ਤਕ ਬੁੱਧੀ ਕਹਿੰਦੇ ਨੇ। ਪਹਿਲਾਂ ਵਾਹਿਗੁਰੂ ਦੇ ਉੱਤੇ ਪੂਰਾ ਭਰੋਸਾ ਹੋਣਾ ਚਾਹੀਦਾ, ਜੇ ਭਰੋਸਾ ਕੱਚਾ ਹੈ ਫਿਰ ਭਜਨ ਨਹੀਂ ਹੁੰਦਾ। ਇਸ ਤਰ੍ਹਾਂ ਫਰਮਾਨ ਕਰਦੇ ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਵਾਈ, ਗੁਰ ਕੀ ਪ੍ਰਤੀਤ ਜਿਸ ਦੇ ਮਨ ਵਿੱਚ ਹੈ ਵਾਈ, ਕੀ ਪ੍ਰਤੀਤ ਤਿਸ ਜਾਣਾ ਆਵੇ ਹਰ ਪ੍ਰਭ ਜੀ। ਜੇ ਗੁਰੂ 'ਤੇ ਪ੍ਰਤੀਤ ਹੀ ਨਹੀਂ ਹੈ, ਭਰੋਸਾ ਹੀ ਨਹੀਂ ਹੈ, ਆਪਣੇ ਮਨ ਦੀ ਉਹ ਮਤ ਕਰਦਾ ਹੈ, ਫਿਰ ਨਹੀਂ ਇਸ ਰਸਤੇ 'ਤੇ ਚੱਲਿਆ ਜਾ ਸਕਦਾ। ਸੋ ਆਸਤਕ ਬੁੱਧ ਹੋਣੀ ਚਾਹੀਦੀ,
ਵਾਹਿਗੁਰੂ ਕੋ ਜਾਪ ਕਰ ਹਰ ਖੈ ਮਨ ਸੁਖ ਪਾਏ। ਸੋ ਆਸਤਿਕ ਬੁੱਧ ਧਾਰਨ ਕਰਦਾ ਹੈ, ਨੇਚਾ ਹੀ ਨਹੀਂ ਜੇ ਹੈ ਫਿਰ ਗੱਲ ਕੀ ਬਣਨੀ ਹੈ। ਸ਼ਰਧਾ ਹੀ ਨਾ ਹੋਵੇ ਤਾਂ ਝੋਲੀਓ ਕੋਲ ਨਾ ਹੋਵੇ ਦਾਤ ਕਿੱਥੋਂ ਪ੍ਰਾਪਤ ਹੋਏ। ਸ਼ਰਧਾ ਬਾਰੇ ਇੱਕ ਦੱਸਦੇ ਨੇ ਕਿ ਇੱਕ ਵਾਰੀ ਇੱਕ ਮਹਾਤਮਾ ਕਥਾ ਕਰਦੇ ਸੀ, ਕੋਲ ਦੀ ਰਸਤੇ ਦੇ ਉੱਤੇ ਇੱਕ ਘੋੜ ਸਵਾਰ ਲੰਘਿਆ ਜਾ ਰਿਹਾ ਸੀ। ਉਹਨੂੰ ਕਿਸੇ ਪ੍ਰੇਮੀ ਨੇ ਕਿਹਾ ਵੀ ਪ੍ਰੇਮੀਆਂ ਠਹਿਰ ਕੇ ਚੱਲਿਆ ਜਾਈ, ਦੇਖ ਅਸੀਂ ਜੀ ਕਥਾ ਕਦੇ ਕਦੇ ਹੁੰਦੀ ਹੈ, ਮਹਾਤਮਾ ਨੇ ਕਥਾ ਕਰ ਰਹੇ ਨੇ ਅਤੇ ਤੂੰ ਵੀ ਸਰਵਣ ਕਰ ਜਾ। ਕਹਿੰਦਾ ਘੋੜਾ, ਕਹਿੰਦੇ ਘੋੜਾ ਇੱਥੇ ਬੰਦ ਹੈ, ਕੋਈ ਨਹੀਂ ਲਿਜਾਂਦਾ ਤੇਰੇ ਘੋੜੇ। ਸੋ ਬੈਠ ਕੇ ਸਰਵਣ ਕਰਨ ਲੱਗਿਆ। ਮਹਾਤਮਾ ਨੇ ਵਚਨ ਕਰਿਆ ਕਿ ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਸਰੰਜਾਮ ਲਾਗ ਭਵ ਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਹੋਏ। ਗੁਰਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭੱਜ ਹਰ ਕੀ ਸੀ। ਇੱਕ ਘੰਟਾ ਕਥਾ ਸੁਣਦਾ ਰਿਹਾ, ਮਨ ਵਿੱਚ ਨਾਲ ਦੀ ਨਾਲ ਫੈਸਲਾ ਕਰੀ ਗਿਆ ਵੀ ਮਨਾ, ਮੈਨੂੰ ਤਾਂ ਇਹ ਪਤਾ ਹੀ ਨਹੀਂ ਹੈ ਵੀ ਇੰਨੀਆਂ ਜੂਨਾਂ ਤੋਂ ਬਾਅਦ 83,99,999 ਜੂਨਾਂ ਲੰਘਣ ਤੋਂ ਬਾਅਦ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਅਤੇ ਮੈਨੂੰ ਅੱਜ ਪਤਾ ਲੱਗਿਆ 100% ਨਿਹਚਾ ਕਰੀ ਗਿਆ। ਉਹਦੇ ਬਾਅਦ ਸੰਗਤ ਚਲੀ ਗਈ, ਆਪ ਬੈਠਾ ਰਿਹਾ, ਮਹਾਤਮਾ ਨੂੰ ਮਿਲਿਆ, ਕਹਿਣ ਲੱਗਿਆ ਮਹਾਂਪੁਰਸ਼ੋ ਤੁਸੀਂ ਤਾਂ ਬੜੀ ਮੇਰੇ 'ਤੇ ਕਿਰਪਾ ਕਰੀ, ਮੇਰੇ ਨੇਤਰ ਖੋਲ੍ਹ ਦਿੱਤੇ, ਮੈਂ ਤਾਂ ਅੱਜ ਪਹਿਲੇ ਦਿਨ ਇਹ ਕਥਾ ਸਰਵਣ ਕਰੀ ਹੈ, ਆਹ ਗੱਲ ਤਾਂ ਮੈਂ ਕਦੇ ਸੋਚੀ ਨਹੀਂ ਸੀ। ਅਤੇ ਮੈਂ ਤਾਂ ਇਹ ਸਮਝਦਾ ਸੀ ਵੀ ਪੈਦਾ ਹੋਏ ਹਾਂ, ਜ਼ਮੀਨ ਜਾਇਦਾਦ ਬਣਾ ਕੇ ਪੈਸਾ ਕਮਾ ਕੇ ਸੰਸਾਰ ਤੋਂ ਚਲੇ ਜਾਂਦੇ ਹਾਂ, ਜਾਣਾ ਤਾਂ ਮੇਰੇ ਯਾਦ ਨਹੀਂ ਹੈ। ਪਰ ਐਂ ਕਦੇ ਕਦੇ ਖਿਆਲ ਆ ਜਾਂਦਾ ਵੀ ਮਾਂ ਪਿਓ ਵੀ ਚਲੇ ਗਏ, ਅਸੀਂ ਵੀ ਜਾਣਾ, ਕਿੱਥੇ ਜਾਣਾ ਇਹ ਤਾਂ ਸਾਨੂੰ ਕੋਈ ਪਤਾ ਨਹੀਂ। ਇਹ ਤਾਂ ਤੁਹਾਤੋਂ ਸੁਣ ਕੇ ਮੇਰੇ ਮਨ ਨੂੰ ਬੜੀ ਸੱਟ ਲੱਗੀ ਹੈ, ਮੈਨੂੰ ਹੁਣ ਰਸਤਾ ਵੀ ਦੱਸੋ ਮੈਂ ਕਿਵੇਂ ਕਰ। ਸੋ ਮਹਾਤਮਾ ਨੇ ਦੱਸਿਆ ਕਿ ਤੂੰ ਕੋਈ ਪੂਰਨ ਮਹਾਤਮਾ ਤਲਾਸ਼ ਕਰ, ਕਿਉਂਕਿ ਜਿੰਨਾ ਚਿਰ ਪੂਰਾ ਨਹੀਂ ਮਿਲਦਾ ਉਨੀ ਦੇਰ ਤੱਕ ਰਸਤਾ ਨਹੀਂ ਮਿਲਿਆ ਕਰਦਾ। ਸੋ ਗੁਰੂ ਸ਼ਰਨ ਵਿੱਚ ਜਾ ਅਤੇ ਗੁਰੂ ਧਾਰਨ ਕਰ, ਉੱਥੋਂ ਤੈਨੂੰ ਰਸਤਾ ਮਿਲੇਗਾ, ਉਹ ਰਸਤੇ ਦੇ ਕਮਾਈ ਕਰ, ਫਿਰ ਕਮਾਈ ਕਰਕੇ ਤੈਨੂੰ ਪ੍ਰਾਪਤੀ ਹੋ ਜਾਏ। ਕਹਿਣ ਲੱਗਿਆ ਮਹਾਰਾਜ, ਘੋੜਾ ਮੈਂ ਤੁਹਾਡੀ ਭੇਟਾ ਕਰਦਾ, ਤੁਸੀਂ ਇਹਦੇ 'ਤੇ ਚੜ੍ਹਿਆ ਕਰੋ, ਤੁਸੀਂ ਮੇਰੇ ਨੇਤਰ ਖੋਲ੍ਹਦੇ ਹੋ ਤਾਂ ਮੇਰੇ ਕੋਲ ਦੇਣ ਨੂੰ ਕੁਛ ਨਹੀਂ। ਸੋ ਉਸੇ ਵੇਲੇ ਸਾਰੇ ਕੰਮ ਛੱਡ ਕੇ ਤੀਬਰ ਤਰ ਵੈਰਾਗ ਲੱਗ ਗਿਆ, ਦੁਨੀਆ ਛੱਡਤੀ ਅਤੇ ਜਾ ਕੇ ਮਹਾਂਪੁਰਸ਼ ਕੋਈ ਪੂਰਨ ਸੀ ਉਹਨਾਂ ਦੀ ਸੰਗਤ 'ਚ ਰਿਹਾ। 14 ਸਾਲ ਦੇ ਅੰਦਰ ਮਿਹਨਤ ਕਰਕੇ ਉਸ ਪਦ ਨੂੰ ਪਹੁੰਚ ਗਿਆ ਜਿਸ ਦੇ ਵਾਸਤੇ ਰਿਸ਼ੀ ਮੁਨੀ ਵੱਡੇ ਵੱਡੇ ਸਾਰਾ ਜ਼ੋਰ ਲਾ ਰਹੇ, ਤਪੱਸਿਆ ਕਰ ਰਹੇ ਨੇ, ਵਣਾਂ 'ਚ ਰਹਿ ਰਹੇ ਨੇ, ਜੰਗਲਾਂ 'ਚ ਰਹਿ ਕੇ ਕੰਦ ਮੂਲ ਖਾ ਰਹੇ ਨੇ। ਸੋ 14 ਸਾਲਾਂ ਬਾਅਦ ਅਵਸਥਾ ਪ੍ਰਾਪਤ ਕਰਕੇ ਜਦ ਉੱਥੇ ਦੁਬਾਰਾ ਆਇਆ ਤਾਂ ਜਿਵੇਂ ਕਥਾ ਫੇਰ ਹੋ ਰਹੀ ਹੈ। ਆ ਗਿਆ, ਕੁਛ ਬੰਦੇ ਪਛਾਣੇ ਹੋਏ ਸੀ, ਫਿਰ ਪਛਾਣ ਆ ਗਏ, ਜਦ ਕਾਲੇ ਵਾਲ ਸੀ ਫਿਰ ਚਿੱਟੇ ਹੋ ਗਏ। ਕਹਿਣ ਲੱਗੇ, ਪ੍ਰੇਮੀਓ ਤੁਸੀਂ ਜਦੋਂ ਹੀ ਕਥਾ ਸੁਣੀ ਜਾਂਦੇ ਹੋ? ਕਹਿੰਦੇ ਹਾਂ। ਕਹਿੰਦੇ ਰੋਜ਼ ਸੁਣਦੇ ਹੋ? ਕਹਿੰਦੇ ਹਾਂ। ਚੁੱਪ ਕਰ ਗਏ। ਕਹਿੰਦੇ ਕੀ ਗੱਲ ਚੁੱਪ ਕਰ ਗਿਆ? ਕਹਿੰਦਾ ਮੈਂ ਤਾਂ ਇੱਕੋ ਹੀ ਸੁਣੀ ਸੀਗੀ, ਉਹ ਹੀ ਮੇਰੇ ਬਾਣ ਲੱਗਿਆ ਹਿਰਦੇ 'ਚ, ਮੈਨੂੰ ਬਿੰਨ ਕੇ ਰੱਖ ਦਿੱਤਾ ਉਹਨੇ, ਅਤੇ ਸ਼ੁਕਰ ਹੈ ਕਿ ਮੈਂ ਕਥਾ ਸੁਣੀ ਅਤੇ ਮੈਨੂੰ ਉਹ ਪਾਦੀ ਪ੍ਰਾਪਤੀ ਹੋ ਗਈ ਜਿਹਦੇ ਵਾਸਤੇ ਮਹਾਂਪੁਰਸ਼ ਇਸ਼ਾਰੇ ਕਰਿਆ ਕਰਦੇ ਨੇ, ਉਹ ਪਰਮ ਆਨੰਦ ਮੈਨੂੰ ਪ੍ਰਾਪਤ ਹੋ ਗਿਆ, ਆਪਣੇ ਸਰੂਪ ਦਾ ਗਿਆਨ ਹੋ ਗਿਆ। ਸੋ ਮਤਲਬ ਕੀ ਕਿ ਅਸੀਂ ਸੁਣਦੇ ਹਾਂ, ਸੁਣਦੇ ਹੀ ਚਲੇ ਜਾਂਦੇ ਹਾਂ, ਸੁਣਦੇ ਹੀ ਚਲੇ ਜਾਂਦੇ ਹਾਂ, ਕਰਦੇ ਨਹੀਂ ਹੈਗੇ, ਦ੍ਰਿੜਤਾ ਨਹੀਂ ਸਾਡੇ ਮਨ ਦੇ ਅੰਦਰ ਜਾਗਦੀ, ਕਦੇ ਨਹੀਂ ਆਇਆ ਜਾਗਦਾ ਵੀ ਅੱਜ ਤਾਂ ਜਿਹੜਾ ਲੰਘਿਆ ਲੰਘਿਆ, ਹੁਣ ਸਹੀ ਆ, ਹੁਣ ਨਹੀਂ ਲੰਘਣ ਦੇਣਾ ਵਕਤ, ਹੁਣ ਤਾਂ ਭਜਨ ਕਰਨਾ ਹੀ ਕਰਨਾ, ਇਸ ਰਸਤੇ ਪੈਣਾ। ਸੋ ਇਹ ਤਾਂ ਹੁੰਦਾ ਹੈ ਜੇ ਆਸਤਿਕ ਬੁੱਧ ਹੋਵੇ। ਸੋ ਆਸਤਿਕ ਬੁੱਧ ਜਿਹੜੀ ਹੈ, ਤੀਸਰੇ ਆਸਤਿਕ ਬੁੱਧ ਹੈ ਗੁਰਬਚ ਦ੍ਰਿੜ ਨਿਸ਼ਚਾਏ, ਗੁਰੂ ਦੇ ਬਚਨਾਂ ਨੂੰ ਦ੍ਰਿੜ ਕਰਕੇ ਨਿਸ਼ਚੈ ਕਰਕੇ ਮੰਨਣਾ। ਚੌਥਾ ਹੋਇਆ ਕਰਦਾ ਦਾਨ, ਨੇਮ ਹੈ ਇਹ। ਸੋ ਚੌਥਾ ਦਾਨ ਦਾ ਨੇਮ ਹੋਇਆ ਕਰਦਾ। ਦਾਨ ਵੀ 3 ਕਿਸਮ ਦਾ ਹੁੰਦਾ, ਇੱਕ ਰਜੋ ਗੁਣੀ ਹੁੰਦਾ, ਇੱਕ ਤਮੋ ਗੁਣੀ ਹੁੰਦਾ, ਇੱਕ ਸਤੋ ਗੁਣੀ ਹੁੰਦਾ। ਇਹਦਾ ਫਲ ਬਹੁਤ ਹੈ। ਇੱਕ ਤਾਂ ਮਾਇਆ ਦੇ ਨਾਲ ਮੋਹ ਟੁੱਟਦਾ, ਦੂਸਰਾ ਆਪਣੀ ਕਮਾਈ ਦੂਸਰੇ ਦੇ ਕੰਮ ਆਉਂਦੀ ਹੈ। ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਮਹਾਰਾਜ ਕਹਿੰਦੇ ਜੇ ਰਾਹ ਪਛਾਣਨਾ ਹੈ ਤਾਂ ਕਾਲ ਕਰਕੇ ਕੁਛ ਦਿਆ ਕਰ। ਸੋ ਉੱਥੇ ਫਰਮਾਨ ਕਰਦੇ ਹਾਂ ਕਿ ਚੌਥੇ ਦਾਨ ਦੇਤ ਜੋ ਦਾਤਾ,
ਸੋ ਰਸ ਤਮ ਸਤ ਗੁਣ ਤ੍ਰੈ ਭਾਂਤਾ, ਉਹ ਵੀ ਤਿੰਨ ਕਿਸਮ ਦੇ ਨੇ, ਇੱਕ ਰਜੋ ਗੁਣ ਦਾਨ ਹੈ, ਇੱਕ ਤਮੋ ਗੁਣ ਹੈ, ਇੱਕ ਸਤੋ ਗੁਣ ਹੈ। ਕਲਾ ਹੈ ਕ੍ਰੋਧ ਸੇ ਬਿਨ ਸ਼ੁਭ ਕਾਲਾ, ਕਲਾ ਹੋਵੇ ਕ੍ਰੋਧ ਹੋਵੇ ਅਤੇ ਬਗੈਰ ਸ਼ੁਭ ਥਾਂ ਵਿਚਾਰੇ ਹੋਏ, ਖੇਤ ਪਛਾਣ ਬੀਜਿਆ ਦਾਨ, ਬਗੈਰ ਖੇਤ ਪਛਾਣੇ ਅਤੇ ਦਾਨ ਕਰਦਾ ਅਤੇ ਕਲਾ ਕ੍ਰੋਧ ਨਾ ਦਿੰਦਾ। ਉਹ ਕਹਿੰਦੇ ਇੰਨੇ ਲੈਣਾ ਹੀ ਹੈ ਅਤੇ ਤੋਂ ਤਾਂ ਹਿਲਦੇ ਨਹੀਂ, ਉਹ ਦੁਖੀ ਹੋ ਕੇ ਦਾਨ ਦਿੰਦਾ। ਕਹਿੰਦੇ ਇਹਦਾ ਫਲ ਨਹੀਂ ਪ੍ਰਾਪਤ ਹੋਇਆ ਕਰਦਾ, ਨਿਸਫਲ ਹੋਇਆ ਕਰਦਾ ਇਹ ਤਾਂ। ਅਤੇ ਕਲਾ ਅਤੇ ਕ੍ਰੋਧ ਤੋਂ ਬਗੈਰ ਜਿਹੜਾ ਦਾਨ ਦਿੰਦਾ ਹੈ, ਕਲਾ ਕ੍ਰੋਧ ਸੇ ਬਿਨ ਸ਼ੁਭ ਕਾਲਾ, ਬਿਨਾਂ ਸ਼ੁਭ ਕਾਲ ਅਤੇ ਕਲਾ ਕ੍ਰੋਧ ਦੇ ਵੱਸ ਹੋ ਕੇ, ਦੇਤ ਤਾਮਸੀ ਰੀਤ ਵਿਸਾਲਾ, ਉਹ ਤਾਮਸੀ ਦਾਨ ਹੋਇਆ ਕਰਦਾ, ਉਹਦਾ ਫਲ ਨਹੀਂ ਹੋਇਆ ਕਰਦਾ, ਫਲ ਦੀ ਥਾਂ 'ਤੇ ਪਾਪ ਹੋਇਆ ਕਰਦਾ। ਦੂਸਰਾ ਦਾਨ ਹੁੰਦਾ ਨਿਸ ਜਸ ਹੇਤ ਦੇਤ ਜੋ ਦਾਨ, ਜਸ ਵਾਸਤੇ ਵੀ ਮੈਨੂੰ ਲੋਕ ਚੰਗਾ ਕਹਿਣ, ਮੇਰੀ ਅਰਦਾਸ ਹੋਵੇ, ਖਾਸ ਲਿਖਾਉਂਦਾ ਵੀ ਮੇਰਾ ਅਰਦਾਸਾ ਕਰਦੀ, ਦੱਸਦੀ ਵੀ ਇਹ 1,000 ਰੁਪਈਆ 2,000 ਮੈਂ ਦੇ ਰਹੀ, ਜਕਾਰੇ ਬੋਲਣ ਮੇਰੇ ਦਾਨ ਦਿੱਤੇ ਤੇ, ਦੇਖਣ ਖੜਾ ਕਰੇ ਮੈਨੂੰ ਸੈਕਟਰੀ ਜਿਹੜਾ ਵੀ ਇਹਨਾਂ ਨੇ ਜੀ 5,000 ਦਿੱਤਾ ਅੱਜ, ਅਤੇ ਉੱਧਰੋਂ ਜਕਾਰਾ ਬੁਲਾਉਣ ਮੇਰਾ ਜਸ ਹੋਵੇ। ਕਹਿੰਦੇ ਇਹ ਜਿਹੜਾ ਦਾਨ ਹੈ, ਨਿਜ ਜਸ ਹੇਤ ਦੇਤ ਜੋ ਦਾਨਾ, ਇਹ ਰਾਜਸੀ ਫਲ ਲੱਗ ਜਾਣਾ, ਇਹਨੂੰ ਰਾਜਸੀ ਦਾਨ ਕਹਿੰਦੇ ਨੇ, ਥੋੜ੍ਹਾ ਫਲ ਹੋਇਆ ਕਰਦਾ ਇਹਦਾ। ਕਰਕੇ ਬਿਨਾਂ ਇਸ ਪਾਤਰ ਦੇਖੀ ਬੇਨਤੀ ਦੇ ਨਾਲ ਦਿੰਦਾ ਵੀ ਮਹਾਰਾਜ ਇਹ ਤੁੱਛ ਜੀ ਮਾਇਆ ਹੈ, ਇਹਨੂੰ ਕਿਸੇ ਲੇਖੇ 'ਚ ਲਾ ਦਿਓ। ਉਹ ਫਿਰ ਸ਼ਾਂਤ ਕੀ ਫਲ ਸੋ ਸੇਖੀ, ਉਹ ਸ਼ਾਂਤ ਕੀ ਦਾਨ ਹੋਇਆ ਕਰਦਾ ਅਤੇ ਫਲ ਬਹੁਤਾ ਹੁੰਦਾ, ਉਹ ਵੀ ਦਾਨ ਇਹ ਨਹੀਂ ਦੇਣਾ ਵੀ ਮੈਂ ਦੇ ਰਿਹਾ, ਉਹ ਇਹ ਸਮਝੇ ਵੀ ਵਾਹਿਗੁਰੂ ਮੈਨੂੰ ਦਿੰਦਾ ਅਤੇ ਮੈਂ ਉਹਦਾ ਦਿੱਤਾ ਹੋਇਆ ਦੇ ਰਿਹਾ। ਵਾਹਿਗੁਰੂ ਕੋ ਜਾਣਕੈ ਸਵੈ ਪਦਾਰਥ ਦੇ, ਤਨਕ ਨਾ ਆਪਣਾ ਮਨ ਹੀ ਤਾਹੇ ਅਖੈ ਫਲ ਲੇ, ਉਹਦਾ ਫਲ ਅਖੈ ਪ੍ਰਾਪਤ ਹੋਇਆ ਕਰ। ਅਖੈ ਫਲ ਉਹ ਹੁੰਦਾ ਹੈ ਜਿਹੜਾ ਫਲ ਨਾਸ਼ ਨਾ ਹੋਵੇ, ਬਾਕੀ ਫਲ ਨਾਸ਼ ਹੋ ਜਾਂਦੇ ਨੇ। ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗਵਾਨ, ਨਾਨਕ ਨੇ ਫਲ ਜਾਤੇ ਜਿਉਂ ਕੁੰਜ ਰਿਸ਼ਨਾ। ਪਰ ਜਿਹੜਾ ਵਾਹਿਗੁਰੂ ਦਾ ਜਾਣ ਕੇ ਦਿੰਦਾ ਹੈ, ਕਹਿੰਦੇ ਉਹ ਅਖੈ ਫਲ ਹੁੰਦਾ, ਨਾਸ਼ ਨਹੀਂ ਹੁੰਦਾ, ਬਹੁਤ ਵੱਡਾ ਫਲ ਹੋਇਆ ਕਰਦਾ। ਇੱਕ ਵਾਰੀ ਵਿਕਰਮਾਜੀਤ ਨੇ ਆਪਣੇ ਰਾਜ ਜੋਤਸ਼ੀ ਨੂੰ ਪੁੱਛਿਆ, ਕਹਿੰਦਾ ਮੈਂ ਉਹ ਕਿਹੜਾ ਕਰਮ ਕੀਤਾ ਜਿਹਦੇ ਕਰਕੇ ਮੈਨੂੰ ਤਾਸ਼ਕੰਦ ਤੋਂ ਲੈ ਕੇ ਬਰਮਾ ਤੱਕ ਦਾ ਅਤੇ ਹੇਠਾਂ ਮੱਧ ਪ੍ਰਦੇਸ਼ ਤੱਕ ਦਾ ਰਾਜ ਪ੍ਰਾਪਤ ਹੋਇਆ ਅਤੇ ਅਫਗਾਨਿਸਤਾਨ ਵਗੈਰਾ ਸਾਰੇ। ਜੋਤਸ਼ੀ 7 ਦਿਨ ਦੀ ਮੋਹਲਤ ਦੇ ਤੀ, ਕੁਛ ਨਹੀਂ ਸਮਝ 'ਚ ਆਉਂਦਾ, ਨਾਲ ਇਹ ਕਹਿੰਦਾ ਵੀ ਮੈਂ ਡੰਨ ਦੇਵਾਂਗਾ ਜੇ ਤੂੰ ਦੱਸ ਨਾ ਸਕੇ। ਉਦਾਸ ਚਿੱਤ ਦੇਖ ਕੇ 7ਵੇਂ ਦਿਨ ਉਹਦੀ ਲੜਕੀ ਨੇ ਪੁੱਛਿਆ ਵੀ ਪਿਤਾ ਜੀ ਤੁਸੀਂ 6-7 ਦਿਨ ਦੇ ਨਾ ਕੁਛ ਖਾਂਦੇ ਹੋ ਨਾ ਪੀਂਦੇ ਹੋ, ਕੀ ਗੱਲ? ਜੇ ਚਿੰਤਾ ਹੋਵੇ ਮਨ ਵਿੱਚ ਦੱਸ ਦੇਣੀ ਚਾਹੀਦੀ ਹੈ। ਕਹਿੰਦੇ ਕੰਧ ਨਾਲ ਵੀ ਗੱਲ ਕਰ ਲਓ, ਹੋ ਸਕਦਾ ਕੰਧ ਕੋਈ ਜਵਾਬ ਦੇ ਦੇਵੇ, ਅੰਦਰ ਨਾ ਗੱਲ ਰੱਖੋ, ਅੰਦਰ ਗੱਲ ਖਾ ਜਾਏਗੀ ਆਦਮੀ। ਕਹਿਣ ਲੱਗਿਆ ਬੇਟੀ, ਵਿਕਰਮਾਜੀਤ ਨੇ ਬਾਦਸ਼ਾਹ ਨੇ ਸਵਾਲ ਕਰ ਦਿੱਤਾ ਅਤੇ ਮੇਰੀ ਸਮਝ 'ਚ ਕੁਛ ਨਹੀਂ ਆਉਂਦਾ। ਕਹਿੰਦੇ ਪਿਤਾ ਜੀ ਇਹ ਤਾਂ ਕੋਈ ਗੱਲ ਹੀ ਨਹੀਂ, ਤੁਸੀਂ ਜਾ ਕੇ ਕਹਿ ਦਿਓ ਵੀ ਕੱਲ੍ਹ ਨੂੰ ਮੇਰੀ ਲੜਕੀ ਜਵਾਬ ਦੇਵੇਗੀ। ਕਹਿੰਦੇ ਦੇ ਦੇਂਗੀ ਬੇਟੀ? ਕਹਿੰਦੀ ਹਾਂ। ਜਾ ਕੇ ਕਹਿਦਾ, ਕਹਿੰਦੇ ਮਹਾਰਾਜ ਕੱਲ੍ਹ ਨੂੰ ਆਪਦੇ ਦਰਬਾਰ ਵਿੱਚ ਮੇਰੀ ਲੜਕੀ ਜਵਾਬ ਦੇਵੇਗੀ। ਦੂਸਰੇ ਦਿਨ ਦਰਬਾਰ ਦੇ ਵਿੱਚ ਲੜਕੀ ਹਾਜ਼ਰ ਹੋਈ, ਕਹਿਣ ਲੱਗੀ ਮਹਾਰਾਜ ਦੱਸ ਤਾਂ ਮੈਂ ਦਿੰਦੀ ਹਾਂ ਪਰ ਤੁਹਾਡਾ ਯਕੀਨ ਨਹੀਂ ਆਉਣਾ, ਜੇ ਯਕੀਨ ਨਾ ਆਇਆ ਤੁਸੀਂ ਸਬੂਤ ਮੰਗੋਗੇ, ਤੋ ਸਬੂਤ ਸਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਉਹ ਤੁਸੀਂ ਐਂ ਕਰੋ, ਇੱਥੋਂ 35 ਮੀਲ ਦੇ ਇੱਕ ਮਹਾਤਮਾ ਰਹਿੰਦੇ ਨੇ, ਉਹ ਸਵਾਹ ਘੋਲ ਕੇ ਪੀਂਦੇ ਨੇ, ਉਹ ਤੁਹਾਡਾ ਜਵਾਬ ਦੇਣਗੇ। ਉੱਥੇ ਚਲੀ ਗਈ ਅਤੇ ਉੱਥੇ ਗਿਆ ਹੋਇਆ ਬਾਦਸ਼ਾਹ, ਬਈ ਸੰਤ ਜੀ ਆਹ ਗੱਲ ਹੈ ਮੈਂ ਪੁੱਛਣੀ ਆ। ਉਹ ਕਹਿੰਦੇ ਸਾਨੂੰ ਪਤਾ ਹੈ ਪਰ ਤੈਨੂੰ ਯਕੀਨ ਨਹੀਂ ਆਉਣਾ, ਤੈਨੂੰ ਯਕੀਨ ਆਏਗਾ, ਇੱਕ ਹੋਰ ਸੰਤ ਇੱਥੋਂ 30 ਮੀਲ 'ਤੇ ਰਹਿੰਦੇ ਨੇ, ਉਹ ਗਰਮ ਗਰਮ ਅੰਗਿਆਰੇ ਮੂੰਹ 'ਚ ਪਾ ਲੈਂਦੇ ਨੇ, ਅੰਗਾਰ ਖਾਂਦੇ ਨੇ, ਅਤੇ ਤੂੰ ਉਹ ਤਾਂ ਜਾ ਕੇ ਪੁੱਛ ਲੈ। ਉੱਥੇ ਚਲਿਆ ਗਿਆ, ਉਹਨਾਂ ਨੇ ਵੀ ਜਵਾਬ ਦਿੱਤਾ, ਕਹਿਣ ਲੱਗੇ ਬਾਦਸ਼ਾਹ ਸਾਡੇ ਬਚਨ 'ਤੇ ਤੈਨੂੰ ਯਕੀਨ ਨਹੀਂ ਆਉਣਾ, ਤੈਨੂੰ ਯਕੀਨ ਦਵਾਉਣ ਵਾਲਾ ਕੱਲ੍ਹ ਨੂੰ ਪੈਦਾ ਹੋਣਾ, ਫਲਾਣੇ ਥਾਂ 'ਤੇ ਹੈ, ਉਹਨੇ ਜੰਮਦੇ ਨਹੀਂ ਮਰ ਜਾਣਾ, ਥੋੜ੍ਹੀ ਦੇਰ ਤੇਰੀ ਪ੍ਰਤੀਕਸ਼ਾ ਕਰ ਰਿਹਾ, ਅਤੇ ਤੂੰ ਉਹਨੂੰ ਗੋਦੀ 'ਚ ਲੈ ਕੇ ਪੁੱਛ ਲਈ, ਉਹ ਤੈਨੂੰ ਜਵਾਬ ਦੇਵੇ। ਉੱਥੇ ਚਲਿਆ ਗਿਆ, ਜਾ ਕੇ ਜਿੱਥੇ ਦੱਸਿਆ ਸੀ, ਦੂਸਰੇ ਦਿਨ ਬੱਚਾ ਹੋਇਆ, ਬੁਲਾ ਲਿਆ ਉਸਨੇ, ਗੋਦੀ 'ਚ ਲਿਆ
ਸਵਾਲ ਕਰਿਆ, ਕਹਿੰਦਾ ਹੈ ਬੱਚੇ ਮੈਨੂੰ ਦੱਸ ਰਾਜ ਐਡਾ ਕਿਵੇਂ ਪ੍ਰਾਪਤ ਹੋਇਆ। ਉਸ ਵੇਲੇ ਉਹ ਬੋਲਿਆ, ਕਹਿਣ ਲੱਗਿਆ, ਵਿਕਰਮਾਜੀਤ ਤੂੰ ਅਤੇ ਮੈਂ ਅਤੇ ਅੰਗਿਆਰ ਖਾਣ ਵਾਲਾ ਅਤੇ ਉਹ ਜਿਹੜਾ ਸੁਆਹ ਪੀਂਦਾ ਅਤੇ ਉਹ ਲੜਕੀ ਪਿਛਲੇ ਜਨਮ 'ਚ ਇਕੱਠੇ ਸੀਗੇ ਅਤੇ ਆਪਾਂ ਚਾਰੇ ਤਪੱਸਿਆ ਕਰਿਆ ਕਰਦੇ ਸੀ। ਉਹ ਲੜਕੀ ਦੋ ਦੋ ਪ੍ਰਸ਼ਾਦੇ ਸਾਨੂੰ ਲਿਆਇਆ ਕਰਦੀ ਸੀ ਅੱਠਾਂ ਪਹਿਰਾਂ ਬਾਅਦ। ਅਤੇ ਉਸ ਵੇਲੇ ਇੱਕ ਦਿਨ ਭਗਵਾਨ ਸਾਡੀ ਪ੍ਰੀਖਿਆ ਕਰਨ ਵਾਸਤੇ ਆ ਗਏ ਅਤੇ ਉਹਨਾਂ ਨੇ ਆ ਕੇ ਇਹ ਗੱਲ ਕਹੀ ਕਿ ਮੈਂ ਭੁੱਖਾਂ ਅਤੇ ਮੈਨੂੰ ਕੁਛ ਖਾਣ ਨੂੰ ਦਿਓ। ਕਹਿੰਦੇ ਪਹਿਲੇ ਸੰਤਾਂ ਤੋਂ ਉਹਨਾਂ ਨੇ ਇੱਕ ਰੋਟੀ ਲੈ ਲਈ। ਕਹਿੰਦੇ ਇਹਦੇ ਨਾਲ ਤਾਂ ਮੈਂ ਰੱਜਣਾ ਨਹੀਂ ਭਾਈ, ਅੱਧਾ ਪ੍ਰਸ਼ਾਦਾ ਹੋਰ ਦੇ ਤਾ। ਕਹਿੰਦੇ ਇਹਦੇ ਨਾਲ ਵੀ ਮੈਂ ਰੱਜਣਾ। ਕਹਿੰਦਾ ਹੁਣ ਤਾਂ ਮੇਰੇ ਕੋਲ ਅੱਧਾ ਹੀ ਰਹਿ ਗਿਆ, ਮੈਂ ਸਵਾਹ ਖਾਊਂ। ਕਹਿੰਦੇ ਤਥਾਸਤੂ। ਕਹਿੰਦੇ ਉਦਣ ਦਾ ਉਹ ਸਵਾਹ ਹੀ ਖਾਂਦਾ। ਮੇਰੇ ਕੋਲ ਆ ਗਏ, ਕਹਿੰਦੇ ਦੂਜੇ ਕੋਲ ਆ ਗਏ, ਕਹਿੰਦੇ ਉਹਨੇ ਵੀ ਡੇਢ ਪ੍ਰਸ਼ਾਦਾ ਦੇ ਤਾ, ਜਦ ਬਾਕੀ ਦਾ ਅੱਧਾ ਮੰਗਿਆ। ਕਹਿੰਦੇ ਉਹ ਕਹਿਣ ਲੱਗਿਆ, ਮੈਂ ਅੰਗਿਆਰ ਖਾਊਂ ਤੈਨੂੰ ਅੱਧਾ ਦੇ ਕੇ, ਮੈਂ ਵੀ ਤਾਂ ਕੁਛ ਪਾਉਣਾ ਮੂੰਹ 'ਚ। ਕਹਿੰਦਾ ਉਹਨੇ ਤੁਸੀਂ ਤਥਾਸਤੂ ਕਹਿਤਾ, ਉਦਣ ਦਾ ਅੰਗਿਆਰ ਖਾਂਦਾ। ਅਤੇ ਮੇਰੇ ਕੋਲ ਜਦ ਆਇਆ, ਮੈਂ ਜਦ ਡੇਢ ਪ੍ਰਸ਼ਾਦਾ ਦੇ ਕੇ ਅੱਧਾ ਰਹਿ ਗਿਆ, ਉਸ ਵੇਲੇ ਮੈਂ ਕਿਹਾ ਵੀ ਮੈਂ ਮਰੂੰਗਾ ਤੈਨੂੰ ਸਾਰੀ ਰੋਟੀ ਦੇ ਕੇ। ਕਹਿੰਦੇ ਤਥਾਸਤੂ, ਉਦਣ ਦਾ ਮੈਂ ਜੰਮੀ ਜਾਂਦਾ ਮਰੀ ਜਾਂਦਾ, ਇਹਨੇ ਨੂੰ ਤੇਰੇ ਕੋਲ ਆ ਗਈ। ਤੈਂ ਕਹਿੰਦਾ ਦੋਏ ਪ੍ਰਸ਼ਾਦੇ ਦੇ ਤੇ। ਅਤੇ ਉਹਦੇ ਬਾਅਦ ਬੇਨਤੀ ਕਰੀ, ਮਹਾਰਾਜ ਸਾਡਾ ਨੇਮ ਤਾਂ ਨਹੀਂ ਹੈ, ਕਦੇ ਅਸੀਂ ਮੰਗਣ ਤਾਂ ਨਹੀਂ ਗਏ ਅੱਜ ਤੱਕ, ਕਿਉਂਕਿ ਅਸੀਂ ਪਰਮੇਸ਼ੁਰ ਦੇ ਭਰੋਸੇ 'ਤੇ ਰਹਿੰਦੇ ਹਾਂ। ਜੋ ਆ ਜਾਂਦਾ ਉਹ ਛਕ ਲੈਂਦੇ ਹਾਂ, ਆਵੇ ਤਾਂ ਛਕ ਲੈਂਦੇ ਹਾਂ, ਨਾ ਆਵੇ ਤਾਂ ਅਸੀਂ ਪਰਮੇਸ਼ੁਰ ਦੇ ਭਾਣੇ 'ਚ ਰਹਿੰਦੇ ਹਾਂ। ਹੁਕਮ ਕਰੋ ਮੈਂ ਜਾ ਕੇ ਹੋਰ ਲਿਆਵਾਂ। ਕਹਿੰਦੇ ਨਹੀਂ, ਤੈਨੂੰ ਦਰਸ਼ਨ ਦਿੱਤੇ, ਅਸੀਂ ਤੇਰੇ ਕੋਲ ਸੀ, ਜਦ ਦਰਸ਼ਨ ਹੋਏ ਦਰਸ਼ਨ ਸਾਨੂੰ ਵੀ ਹੋ ਗਏ, ਅਸੀਂ ਕਿਹਾ ਤਾਂ ਭਗਵਾਨ ਸੀਗੇ। ਅਤੇ ਉਸ ਵੇਲੇ ਅਸੀਂ ਕਹਿੰਦੇ ਬੇਨਤੀ ਕਰੀ, ਮਹਾਰਾਜ ਸਾਡਾ ਛੁਟਕਾਰਾ ਕਿਵੇਂ ਹੋਏਗਾ? ਕਹਿੰਦੇ ਇਹ ਜਿਹੜਾ ਇਹ ਸਾਧੂ ਹੈ ਇਹ ਅਗਲੀ ਵਾਰੀ ਬਾਦਸ਼ਾਹ ਬਣੇਗਾ, ਅਤੇ ਦੋ ਪ੍ਰਸ਼ਾਦਿਆਂ ਦਾ ਫਲ ਇਹਨੂੰ ਚੱਕਰਵਰਤੀ ਬਾਦਸ਼ਾਹੀ ਮਿਲੇਗੀ, ਕਿਉਂਕਿ ਇਹਨੇ ਸਰਬੰਸ ਦਾਨ ਕਰ ਦਿੱਤਾ। ਸਰਬੰਸ ਦਾਨ ਦਾ ਬਹੁਤ ਬੜਾ ਫਲ ਹੋਇਆ ਕਰਦਾ। ਮਹਾਰਾਜ ਸਾਡਾ ਛੁਟਕਾਰਾ, ਕਹਿੰਦੇ ਇਹ ਜਦ ਭਰ ਜਵਾਨੀ 'ਚ ਹੋਏਗਾ, ਉਸ ਵੇਲੇ ਅਸੀਂ ਇਹਦੇ ਮਨ 'ਚ ਫੁਰਨਾ ਪੈਦਾ ਕਰਾਂਗੇ ਅਤੇ ਪੁੱਛੇਗਾ ਕਿ ਮੈਨੂੰ ਰਾਜ ਕਿਵੇਂ ਮਿਲਿਆ। ਉਸ ਵੇਲੇ ਆ ਲੜਕੀ ਜਿਹੜੀ ਹੈ ਇਹਨੂੰ ਅਸੀਂ ਪਿਛਲੇ ਜਨਮ ਦਾ ਗਿਆਨ ਦੇਵਾਂਗੇ, ਇਹ ਇਸ ਤਰ੍ਹਾਂ ਤੁਹਾਡੇ ਕੋਲ ਭੇਜੇਗੀ, ਅਤੇ ਜਿੱਦਣ ਤੁਹਾਡੇ ਕੋਲ ਆ ਕੇ ਪੁੱਛੇਗਾ ਇਹ, ਉਸ ਵੇਲੇ ਤੁਹਾਡਾ ਛੁਟਕਾਰਾ ਹੋ ਜਾਏਗਾ ਤਿੰਨਾਂ ਦਾ। ਸੋ ਕਹਿਣ ਲੱਗੇ, ਮਹਾਰਾਜ ਤੁਸੀਂ ਆ ਗਏ, ਸਾਤੇ ਪੁੱਛ ਲਿਆ, ਅਤੇ ਹੁਣ ਮੈਂ ਵੀ ਸਰੀਰ ਛੱਡਦਾ, ਅਤੇ ਹੁਣ ਤੁਹਾਡੇ ਜਾਂਦਿਆਂ ਨੂੰ ਉਹ ਦੋਏ ਸੰਤ ਅਤੇ ਲੜਕੀ ਵੀ ਸਰੀਰ ਛੱਡ ਦੇਗੀ, ਅਤੇ ਹੁਣ ਅਸੀਂ ਆਪਣੇ ਪਰਮ ਜਾ ਰਹੇ ਹਾਂ ਦਰਗਾਹ ਨੂੰ। ਸੋ ਇਸ ਤਰ੍ਹਾਂ ਇਹਨੂੰ ਅਖਾਇ ਫਲ ਕਹਿੰਦੇ ਨੇ, ਜਿਹਦਾ ਨਾਸ਼ ਨਾ ਹੋਵੇ ਫਲ ਦਾ। ਸੋ ਉਹ ਦਾਨ ਹੁੰਦਾ ਹੈ ਜਿਹੜਾ ਵਾਹਿਗੁਰੂ ਦਾ ਦਿੱਤਾ ਹੋਇਆ ਸਮਝ ਕੇ ਫਿਰ ਨਿਮਰਤਾ ਦੇ ਨਾਲ ਕੱਢਣਾ। ਸੋ ਗੁਰੂ ਘਰ ਦੇ ਅੰਦਰ ਖੇਤ ਹੈ ਗੁਰਸਿੱਖ, ਗੁਰੂ ਘਰ ਦਾ ਸਥਾਨ ਜਿੱਥੇ ਲੰਗਰ ਚੱਲਦੇ ਹੋਣ, ਜਿੱਥੇ ਸੇਵਾ ਹੁੰਦੀ ਹੋਵੇ, ਜਿੱਥੇ ਪੜ੍ਹਾਈ ਹੁੰਦੀ ਹੋਵੇ, ਜਿੱਥੇ ਗਰੀਬ ਦੀ ਸੰਭਾਲ ਹੋਵੇ, ਜਿੱਥੇ ਬਿਮਾਰਾਂ ਦੀ ਸੰਭਾਲ ਹੋਵੇ, ਉਸ ਥਾਂ 'ਤੇ ਦਾਨ ਦੇਣ ਵਾਸਤੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਸਾਨੂੰ ਤਾਕੀਦ ਕੀਤੀ ਹੈ। ਪਿਆਰੇ ਜੀ, ਦਾਨ ਦਿੱਤਾ ਗੁਰਸਿੱਖਾਂ ਨੂੰ, ਪਿਆਰੇ ਜੀ ਦਾਨ ਦਿੱਤਾ ਸਿੱਖਾਂ ਨੂੰ, ਦਾਨ ਦਿੱਤਾ ਗੁਰਸਿੱਖਾਂ ਨੂੰ, ਪਿਆਰੇ ਜੀ ਸਿੱਖਾਂ ਨੂੰ।
ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਆਪਨੇ ਬਹੁਤ ਬੜਾ ਯੱਗ ਕਰਿਆ। ਉਸ ਵੇਲੇ ਗੁਰਸਿੱਖਾਂ ਨੂੰ ਪ੍ਰਸ਼ਾਦਾ ਆਪਨੇ ਬੜੇ ਹੀ ਪਿਆਰ ਦੇ ਨਾਲ ਛਕਾਇਆ ਤਾਂ ਜੋ ਬ੍ਰਾਹਮਣ ਵਰਗ ਸੀ ਉਹ ਨਾਰਾਜ਼ ਹੋ ਕੇ ਰੋਣ ਲੱਗ ਗਿਆ। ਉਹਨਾਂ ਦਾ ਬੜਾ ਪੰਡਿਤ ਕਹਿਣ ਲੱਗਿਆ, ਮਹਾਰਾਜ ਸਾਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ ਹੈ ਕਲਯੁੱਗ ਦੇ ਅੰਦਰ, ਤੁਸੀਂ ਸਾਨੂੰ ਰੱਦ ਕਰ ਦਿੱਤਾ। ਕਹਿਣ ਲੱਗੇ, ਪ੍ਰੇਮੀਓ ਤਿੰਨਾਂ ਯੁਗਾਂ ਦੇ ਅੰਦਰ ਤੁਹਾਡਾ ਵਰਤਾਰਾ ਰਿਹਾ, ਲੇਕਿਨ ਹੁਣ ਜਿਹੜੇ ਸੱਚੇ ਪੰਡਿਤ ਨੇ ਉਹ ਗੁਰੂ ਦੇ ਸਿੱਖ ਨੇ, ਜਿਨ੍ਹਾਂ ਦੇ ਅੰਦਰ ਗਿਆਨ ਹੈ, ਬ੍ਰਹਮ ਦੇ ਗਿਆਨ ਵਾਲੇ ਬ੍ਰਾਹਮਣ ਹੋਇਆ ਕਰਦੇ ਨੇ। ਸੋ ਹੁਣ ਸੇਵ ਕਰੀ ਇਨਹੀ ਕੀ ਪਾਵਤ, ਔਰ ਕੀ ਸੇਵ ਸਵਾਤ ਨਾ ਜੀ ਕੋ, ਸਾਡੇ ਚਿੱਤ ਨੂੰ ਚੰਗੀ ਨਹੀਂ ਲੱਗਦੀ ਹੋਰ ਕਿਸੇ ਦੀ ਸੇਵਾ ਕਰੀ ਹੋਈ। ਦਾਨ ਦਿਓ ਇਨਹੀ ਕੋ ਬੋਲੋ, ਔਰ ਆਨ ਕੋ ਦਾਨ ਨਾ ਲਾਗਤ ਨਹੀਂ ਕੋ, ਬਾਕੀ ਦਾਨ ਦਿੱਤਾ ਹੋਇਆ ਫਲ ਨਹੀਂ ਦਿੰਦਾ। ਆਗੇ ਫਲੇ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਾ ਫੀਕੋ, ਜਗ ਵਿੱਚ ਜਸ ਹੁੰਦਾ ਇਹਨਾਂ ਨੂੰ ਦਾਨ ਦਿੱਤਾ ਹੋਇਆ ਅਤੇ ਦਰਗਾਹ ਵਿੱਚ ਜਾ ਕੇ ਫਲਦਾ। ਮੋਗਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਧਨ ਹੋ ਸਭ ਹੀ ਇਨਹੀ ਕੋ, ਮੇਰੇ ਘਰ ਵਿੱਚ ਤਾਂ ਮੇਰਾ ਸਰੀਰ, ਮੇਰੇ ਬੱਚੇ, ਮੇਰਾ ਜਿੰਨਾ ਕੁਛ ਹੈ ਸਾਰੇ ਸਾਹਿਬਜ਼ਾਦੇ ਅਤੇ ਮੇਰਾ ਧਨ, ਮੇਰਾ ਸਿਰ, ਮੈਂ ਤਾਂ ਸਭ ਕੁਛ ਇਹਨਾਂ ਨੂੰ ਦਾਨ ਦੇ ਦਿੱਤਾ। ਦਾਨ ਕਰਤਾ ਨਾ ਚਮਕੌਰ ਦੇ ਅੰਦਰ ਦੋਏ ਪੁੱਤਰ ਦਾਨ ਕਰਤੇ, ਸਰੰਦ ਦੀਆਂ ਦੀਵਾਰਾਂ 'ਚ ਦੋਏ ਛੋਟੇ ਦਾਨ ਕਰਤੇ, ਆਪਣਾ ਆਪ ਦਾਨ ਕਰਤਾ, ਪਿਤਾ ਦਾ ਦਾਨ ਕਰਤਾ, ਸਰਬੰਸ ਦਾਨੀ ਜੱਗ ਵਿੱਚ ਕੋਈ ਕੋਈ ਹੋਇਆ ਕਰਦਾ। ਇਹ ਗੁਰੂ ਦਸ਼ਮੇਸ਼ ਇਹ ਸੀ ਜਿਨ੍ਹਾਂ ਨੇ ਸਰਬੰਸ ਦਾਨ ਕਰ ਦਿੱਤਾ ਅਤੇ ਕਹਿੰਦੇ ਇਹਨਾਂ ਦੇ ਵਾਸਤੇ ਮੈਂ ਸਭ ਕੁਛ ਦਾਨ ਕਰੇ। ਸੋ ਆਪ ਫਰਮਾਨ ਕਰਦੇ ਹਾਂ ਮਹਾਰਾਜ ਕਿ ਜੱਗ ਭੋਗ ਨਈ ਵੇਦ ਲੱਖ ਗੁਰਮੁਖ ਮੁਖ ਇੱਕ ਦਾਣਾ ਖਾਏ, ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਲੱਖਾਂ ਜੱਗਾਂ ਦੇ ਬਰਾਬਰ ਲੰਗਰ ਦੇ ਵਿੱਚ ਇੱਕ ਦਾਣਾ ਪਾਇਆ ਹੋਇਆ ਬਰਾਬਰੀ ਕਰਦੇ, ਉਹ ਦਾਣਾ ਬ੍ਰਹਮ ਗਿਆਨੀ ਦੇ ਪਾਸ ਪਹੁੰਚ ਜਾਣਾ, ਉਹਦੇ ਆਹਾਰ ਦਾ ਅੰਗ ਬਣ ਜਾਣਾ, ਪੀ ਕੇ ਵਿੱਚ ਜਾ ਕੇ ਕਿੰਨਾ ਫਲ ਹੋ ਜਾਣਾ। ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਇੱਕ ਵਾਰੀ ਇਹ ਵਿਚਾਰ ਦੱਸ ਰਹੇ ਸੀ, ਇੱਕ ਗੁਰਸਿੱਖ ਖੜਾ ਹੋ ਗਿਆ, ਕਹਿਣ ਲੱਗਿਆ ਪਾਤਸ਼ਾਹ ਧਨ ਵਾਲੇ ਦਾਨ ਕਰ ਸਕਦੇ ਨੇ, ਗਰੀਬ ਕਿਵੇਂ ਕਰ ਸਕਦੇ ਨੇ, ਕਿਰਪਾ ਕਰਕੇ ਇਹ ਵੀ ਦੱਸੋ ਵੀ ਅਸੀਂ ਗਰੀਬ ਹਾਂ, ਨਿਰਧਨ, ਸਾਡੇ ਕੋਲ ਕੁਛ ਹੈ ਨਹੀਂ।
ਅਤੇ ਅਸੀਂ ਦਾਨ ਕਿਵੇਂ ਕਰੀਏ, ਸਾਨੂੰ ਕਿਵੇਂ ਫਲ ਪ੍ਰਾਪਤ ਹੋ। ਮਹਾਰਾਜ ਕਹਿੰਦੇ ਪ੍ਰੇਮੀਓ, ਇਹ ਗੱਲ ਨਹੀਂ ਹੈ। ਧਨ ਵਾਲੇ ਕੋਲ ਬੇਅੰਤ ਧਨ ਹੈ, ਗਰੀਬ ਕੋਲ ਖਾਣ ਨੂੰ ਕੁਛ ਨਹੀਂ, ਦੇਣਾ ਇੱਕੋ ਜਿਹਾ ਬਰਾਬਰ ਹੋਇਆ ਕਰਦਾ। ਇੱਕ ਲੱਖਾਂ ਰੁਪਈਏ ਦੇ ਪ੍ਰੋਫਿਟ ਵਾਲਾ 1,000 ਰੁਪਈਆ ਦਿੰਦਾ ਹੈ, ਇੱਕ ਨੂੰ ਕੁਛ ਵੀ ਪ੍ਰੋਫਿਟ ਨਹੀਂ ਹੋਇਆ, 1 ਰੁਪਈਆ ਦਾਨ ਕਰ ਦਿੰਦਾ, ਉਹਦਾ ਦਾਨ 1 ਰੁਪਈਏ ਵਾਲੇ ਦਾ 1 ਲੱਖ ਨਾਲੋਂ ਵੱਧ ਹੈ। ਕਹਿੰਦੇ ਮਹਾਰਾਜ ਕਿਰਪਾ ਕਰਕੇ ਸਮਝਾਓ ਸਾਨੂੰ, ਜੀ ਕਰਦਾ ਅਸੀਂ ਦਾਨ ਕਰੀਏ ਪਰ ਹੈ ਹੀ ਨਹੀਂ ਕੁਛ। ਮਹਾਰਾਜ ਕਹਿੰਦੇ ਕੈ ਪ੍ਰਸ਼ਾਦੇ ਛਕਦੇ? ਕਹਿੰਦੇ 4। ਕਹਿੰਦੇ 3 ਛਕਿਆ ਕਰ, ਭਜਨ ਕਰਿਆ ਕਰ, ਅਤੇ 1 ਪ੍ਰਸ਼ਾਦੇ ਦਾ ਜਿਹੜਾ ਆਟਾ ਹੈ ਉਹ ਕਿਸੇ ਬਰਤਨ 'ਚ ਪਾਈ ਜਾਇਆ ਕਰੋ, ਜਦ ਸੇਰ ਹੋ ਗਿਆ ਲੰਗਰ 'ਚ ਪਾਇਆ ਹੈ ਕਰੋ। ਲੰਗਰ 'ਚ ਦੇਣਾ ਜਿੱਥੇ ਪੱਕਦਾ, ਜਿੱਥੇ ਦਾਣਾ ਵਿਕਦਾ ਉੱਥੇ ਨਹੀਂ ਦੇਣਾ, ਜਿੱਥੇ ਭੁੱਖੇ ਦੀ ਭੁੱਖ ਨਿਵਿਰਤ ਹੁੰਦੀ ਹੈ। ਦੂਸਰਾ ਖੜਾ ਹੋ ਗਿਆ, ਮਹਾਰਾਜ ਮੈਨੂੰ 4 ਪ੍ਰਸ਼ਾਦਿਆਂ ਦੀ ਭੁੱਖ ਹੈ ਅਤੇ ਮੈਨੂੰ 2 ਮਿਲਦੇ ਨੇ, ਮੇਰਾ ਵੀ ਕੋਈ ਹੱਲ ਹੋ ਸਕਦਾ? ਮਹਾਰਾਜ ਕਹਿੰਦੇ ਬੀਬੀ ਵੀ ਉੱਠ ਕੇ ਖੜੀ ਹੋ ਗਈ, ਮਹਾਰਾਜ ਅਸੀਂ ਅੱਤ ਦੇ ਗਰੀਬ ਹਾਂ, ਅੱਧਾ ਪ੍ਰਸ਼ਾਦਾ ਮਿਲਦਾ, ਅਸੀਂ ਅੱਧੇ ਭੁੱਖੇ ਰਹਿੰਦੇ। ਮਹਾਰਾਜ ਕਹਿੰਦੇ ਐਂ ਕਰਿਆ ਕਰੋ ਬੀਬੀ, 1 ਚੁਟਕੀ ਕੱਢ ਲਿਆ ਕਰ ਹੋਰ ਆਟੇ 'ਚੋਂ। ਉਹ ਚੁਟਕੀ 1 ਬਰਤਨ 'ਚ ਪਾਈ ਜਾਈ, ਜਦ ਬਰਤਨ ਭਰ ਗਿਆ ਜਾ ਕੇ ਲੰਗਰ ਵਿੱਚ ਪਾਇਆ ਜੀ ਗੁਰੂ ਘਰ 'ਚ, ਅਤੇ ਉਹ ਛਕਿਆ ਜਾਏਗਾ, ਦਾਨ ਤੁਰਤ ਦਾਨ ਲੱਗ ਜਾਏਗਾ, ਤੁਰਤ ਦਾਨ ਮਹਾਂ ਕਲਿਆਣ। ਕਹਿੰਦੇ ਮਹਾਰਾਜ ਇੰਨਾ ਕੁ ਵੀ ਦਾਨ ਲੱਗ ਜਾਂਦਾ? ਕਹਿੰਦੇ ਹਾਂ ਪ੍ਰੇਮੀਓ, ਤੁਹਾਨੂੰ 1 ਇੱਥੇ ਦੀ ਕੀਰਤਪੁਰ ਸਾਹਿਬ ਦੀ ਉਹ ਬਾਤ ਦੱਸਦੇ ਹਾਂ ਕਿ ਇੱਥੇ 1 ਗੁਰਸਿੱਖ ਬਹੁਤ ਗਰੀਬ ਸੀਗਾ, ਉਹ ਪੈੜਾਂ ਹੂੰਝ ਕੇ ਗੁਜ਼ਾਰਾ ਕਰਿਆ ਕਰਦਾ ਸੀ, ਟੁੱਟੇ ਹੋਏ ਛੱਪਰ 'ਚ ਰਹਿੰਦਾ ਸੀ। ਕਹਿੰਦੇ ਇੱਕ ਚਿੜਾ ਚਿੜੀ ਕਿਸੇ ਸਰਾਫ ਬਸ ਮਾੜੇ ਕਰਮ ਬਸ ਇਸ ਜੂਨੀ 'ਚ ਪੈ ਗਏ, ਲੇਕਿਨ ਅੰਦਰ ਉਹਨਾਂ ਦੇ ਗਿਆਨ ਸੀ, ਉਹ ਇਹਦੇ ਦਾਣਿਆਂ 'ਚੋਂ ਚੁੰਝ ਭਰ ਕੇ ਦਾਣਾ ਖਾ ਲੈਂਦੇ ਸੀ। ਇੱਕ ਦਿਨ ਦੋਹਾਂ ਨੇ ਵਿਚਾਰ ਕਰਿਆ ਵੀ ਇਹ ਤਾਂ ਗਰੀਬੀ ਦਾ ਮਾਰਿਆ ਪਿਆ ਅਤੇ ਇਹਦਾ ਵੀ ਕੁਛ ਕਰਨਾ ਚਾਹੀਦਾ, ਆਪਾਂ ਨੂੰ ਇਹ ਮੂਰਖ ਨੂੰ ਪਤਾ ਨਹੀਂ ਹੈ ਬਈ ਧਨ ਦਲਿੱਦਰ ਦਾ ਨਾਸ਼ ਦਾਨ ਹੋਇਆ ਕਰਦਾ। ਦਲਿੱਦਰੀ ਦਾਨ ਕਰਨ ਲੱਗ ਜਾਵੇ ਅਤੇ ਉਹਦਾ ਦਲਿੱਦਰ ਧੋਣਾ ਸ਼ੁਰੂ ਹੋ ਜਾਇਆ ਕਰਦਾ। ਇਹਨੂੰ ਪਤਾ ਨਹੀਂ ਹੈ ਵੀ ਚਲੋ ਤੂੰ 2 ਦਾਣੇ ਚੱਕਿਆ ਕਰ, 2 ਮੈਂ ਚੱਕਿਆ ਕਰੂੰ, ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਲੰਗਰ ਛੱਟਿਆ ਆਇਆ ਕਰੀਏ। ਕਹਿੰਦੇ ਇਸੇ ਤਰ੍ਹਾਂ ਕਰਦੇ ਰਹੇ, ਜਿਉਂ ਜਿਉਂ ਦਾਣੇ ਲੰਗਰ 'ਚ ਆਉਣ ਲੱਗੇ ਤਿਉਂ ਤਿਉਂ ਇਹਨਾਂ ਦੇ ਕਮਾਈ 'ਚ ਬਰਕਤ ਪੈਣ ਲੱਗੀ, ਅਖੀਰ ਅਮੀਰ ਹੋ ਗਿਆ, ਨਵੇਂ ਘਰ ਪਾ ਲਏ, ਭੁੱਲ ਗਿਆ ਪਰਮੇਸ਼ਰ ਨੂੰ ਵੀ ਉਹਨੇ ਦਿੱਤਾ ਹੈ, ਆਪਦੀ ਅਕਲ ਦੇ ਉੱਤੇ ਹੋ ਗਿਆ ਮੈਂ ਹੀ ਕਮਾਇਆ ਇਹ, ਅਤੇ ਸ਼ਰਾਬਾਂ ਕਬਾਬਾਂ 'ਚ ਪੈ ਗਿਆ, ਗਲਤ ਗੱਲਾਂ, ਨਾਸਤਕ ਬੁੱਧੀ ਹੋ ਗਈ। ਪਹਿਲਾਂ ਗਰੀਬ ਸੀਗਾ, ਦੁੱਖ ਪਿਆ ਹੋਇਆ ਸੀ, ਦੁੱਖ ਦੇ ਵਿੱਚ ਪਰਮੇਸ਼ਰ ਨੂੰ ਯਾਦ ਰੱਖਦਾ ਬੰਦਾ, ਜਦ ਪੈਸਾ ਆ ਜਾਵੇ ਫਿਰ ਮਸਤੀਆਂ ਆ ਜਾਂਦੀਆਂ, ਫਿਰ ਭੁੱਲ ਜਾਂਦਾ। ਕੋਈ ਹੋਵੇ ਬਿਰਲਾ ਜਿਹੜਾ ਪੈਸਾ ਪਾ ਕੇ ਵੀ ਪਰਬਤਾਂ ਪਾ ਕੇ ਫਿਰ ਪਰਮੇਸ਼ਰ ਨੂੰ ਯਾਦ ਰੱਖ ਲਏ, ਬਿਰਲੇ ਬਿਰਲੇ ਪੁਰਸ਼ ਨੇ, ਨਹੀਂ ਤਾਂ ਪੈਰ ਹਿੱਲ ਜਾਂਦੇ ਨੇ। ਕੋਈ ਨਹੀਂ, ਰੱਬ ਨੂੰ ਯਾਦ ਕਰਦਾ, ਦੁੱਖ ਪਏ ਤਾਂ ਹੀ ਸਿਮਰਦਾ, ਯਾਦ ਕਰਦਾ। ਸੋ ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਸੋਚਿਆ ਵੀ ਇਹ ਤਾਂ ਮਾੜਾ ਕੰਮ ਕਰਿਆ, ਤਾਂ ਪਾਪ ਕਰਨ ਲਾ ਤਾ। ਕਹਿੰਦੇ ਫਿਰ, ਕਹਿੰਦੇ ਫਿਰ ਇਹ ਹੈ ਵੀ ਉਸੇ ਹਾਲਤ 'ਤੇ ਲਿਆ ਗਈ। ਕਹਿੰਦੇ ਉਵੇਂ ਕਿਵੇਂ ਹੁੰਦਾ? ਕਹਿੰਦੇ ਗੁਰੂ ਦੇ ਘਰ ਦਾ ਦਾਣਾ ਜਿਹਦੇ ਕਮਾਈ ਵਿੱਚ ਆ ਕੇ ਖਾਣਾ ਸ਼ੁਰੂ ਹੋ ਜਾਵੇ ਉਹ ਕਹਿੰਦੇ ਦਲਿੱਦਰ ਆ ਜਾਂਦਾ ਅਤੇ ਗਰੀਬ ਹੋ ਜਾਂਦਾ, ਉਹਦੀ ਕਮਾਈ ਗਲ ਜਾਂਦੀ ਹੈ। ਤਿਉਂ ਧਰਮਸ਼ਾਲਾ ਦੀ ਚਾਕ ਹੈ, ਵਿਉਹ ਖੰਡੂ ਪਾਜੇ, ਜਿਵੇਂ ਵਿਉਹ ਦੇ ਕੈਪਸੂਲ ਖਾਂਦਾ ਹੈ ਬੰਦਾ ਖੰਡ ਨਾਲ ਲਿਬੜੇ ਹੋਏ, ਐਂ ਧਰਮਸ਼ਾਲਾ ਦਾ ਦਾਨ ਦਾ ਪੈਸਾ ਖਾਣਾ ਮਾੜਾ ਹੋਇਆ ਕਰਦਾ, ਲਾਲਚ ਕਰ ਦੇ ਬਸ ਆ ਕੇ ਖਾਂਦਾ। ਸੋ ਕਹਿੰਦੇ ਵੀ ਉਹ ਲਿਆਓ, ਅਤੇ ਬਾਅਦ ਕਹਿੰਦੇ ਉਹ ਗੁਰੂ ਕੇ ਲੰਗਰ ਦੇ 2 ਦਾਣੇ ਸੁੱਟਣੇ ਸ਼ੁਰੂ ਕਰਤੇ, ਮੁੜ ਕੇ ਉੱਥੇ ਹੀ ਗਰੀਬ ਹੋ ਗਿਆ। ਅਮੀਰੀ ਦੇਖ ਕੇ ਗਰੀਬੀ ਝੱਲਣੀ ਬਹੁਤ ਔਖੀ ਹੁੰਦੀ ਹੈ। ਰੋਇਆ, ਸਟਪਟਾਇਆ ਵੀ ਮਹਾਰਾਜ ਮੈਂ ਬੜਾ ਚੰਗੀ ਰੋਟੀ ਖਾਂਦਾ ਸੀ, ਹੁਣ ਮੇਰਾ ਹੱਥ ਮੈਂ ਸੋਨੇ ਨੂੰ ਪਾਉਣਾ ਅਤੇ ਮਿੱਟੀ ਬਣ ਜਾਂਦੀ, ਕਿਰਪਾ ਕਰੋ। ਮਹਾਰਾਜ ਕਹਿੰਦੇ ਪ੍ਰੇਮੀਆਂ, ਤੇਰੀ ਜਿਹੜੀ ਅਮੀਰੀ ਆਈ ਸੀ, ਦਾਨ ਦਾ ਫਲ ਮਿਲਿਆ ਸੀ ਤੈਨੂੰ, 4 ਦਾਣੇ ਤੇਰੇ ਲੰਗਰ 'ਚ ਪੈਂਦੇ ਸੀ ਅਤੇ ਹੁਣ ਤੂੰ ਬਿਕਾਰੀ ਹੋ ਗਿਆ, ਅਤੇ 4 ਦਾਣੇ ਹੁਣ ਲੰਗਰ ਦੇ ਤੇਰੇ ਘਰ ਪੈਂਦੇ ਨੇ, ਤੇਰੀ ਕਮਾਈ ਗਲ ਗਈ। ਸੋ ਜਾ ਕੁਛ ਦਾਨ ਕਰਿਆ ਕਰ, ਗੁਰੂ ਘਰ 'ਚ ਸੇਵਾ ਕਰਿਆ ਕਰ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਭਾਈ 2 ਦਾਣਿਆਂ ਵਾਲਾ ਵੀ ਕਹਿੰਦੇ ਪਹੁੰਚ ਗਿਆ, ਕਿਸੇ ਉਹਨੂੰ ਵੀ ਪ੍ਰਾਪਤੀ ਹੋ ਗਈ। ਜਿੰਨੀ ਕਿਸੇ ਦੀ ਸ਼ਰਧਾ ਹੈ ਉਹਨਾਂ ਜ਼ਰੂਰ ਕੱਢਣਾ ਚਾਹੀਦਾ ਗੁਰੂ ਦੇ ਨਿਮਿੱਤ। ਜੇ ਗੁਰੂ ਦੇ ਨਿਮਿੱਤ ਨਹੀਂ ਕੱਢੋਗੇ ਤਾਂ 4 ਹਿੱਸੇਦਾਰ ਨੇ ਇਹਦੇ, 1 ਤਾਂ ਬਿਮਾਰੀ ਹੈ, 1 ਅੱਗ ਹੈ, 1 ਚੋਰ ਨੇ, ਰਾਜਨਾਨ ਹੈ।
ਇਹ ਕਹਿੰਦੇ ਵੀ ਜੇ ਸਾਡੇ ਬੜੇ ਭਾਈ ਧਰਮ ਦੇ ਨੂੰ ਨਾ ਦੇਵੇ ਤਾਂ ਕਹਿੰਦੇ ਅਸੀਂ ਫਿਰ ਜ਼ੋਰ ਨਾਲ ਨਾਲੇ ਖੋਹਦੇ ਹਾਂ ਨਾਲੇ ਦੁਖੀ ਕਰਦੇ ਹਾਂ, ਕੱਢ ਅਸੀਂ ਲੈਂਦੇ ਹਾਂ, ਬਿਮਾਰੀ ਪਾ ਦਾਂਗੇ, ਕੋਈ ਰਾਜਸੀ ਸੰਕਟ ਪੈਦਾ ਹੋ ਜਾਏਗਾ, ਟੈਕਸ ਲੱਗ ਜਾਏਗਾ, ਕੋਈ ਹੋਰ ਗੱਲ ਹੋ ਜਾਏਗੀ, ਜਾਂ ਚੋਰ ਆ ਕੇ ਖੋਹ ਲੈਣਗੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜੋ ਦਾਨ ਹੈ, ਦਾਨ ਦਿਓ ਇਨਹੀ ਕੋ ਭਲੋ ਆਰਾਨ ਕੋ, ਦਾਨ ਨਾ ਲਾਗਤ ਨੀ ਕੋ, ਆਗੇ ਫਲੇ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫਿੱਕੋ, ਬਾਕੀ ਸਭ ਫਿੱਕ ਹੈ। ਮੋਗ ਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਧਨ ਹੋ ਸਭ ਹੀ ਨੀ ਕੋ। ਅਸੀਂ ਤਾਂ ਕਹਿੰਦੇ ਭਾਈ ਆਪਣਾ ਸਰੀਰ ਵੀ ਦਾਨ ਕਰਿਆ ਹੋਇਆ, ਬੱਚੇ ਵੀ ਦਾਨ ਕਰੇ ਹੋਏ ਨੇ, ਸਭ ਕੁਛ ਦਾਨ ਕਰਿਆ ਹੋਇਆ। ਸੋ ਦਾਨ ਜਿਹੜਾ ਹੈ ਇਹ ਚੌਥਾ ਨੇਮ ਹੁੰਦਾ, ਇਹ ਜ਼ਰੂਰੀ ਹੁੰਦਾ। ਸੋ ਤਿੰਨ ਪ੍ਰਕਾਰ ਦੀ ਮੈਂ ਬੇਨਤੀ ਕਰੀ ਸੀ ਕਿ ਇੱਕ ਤਾਂ ਦਾਨ ਤਾਮਸੀ ਹੁੰਦਾ, ਕਲਾ ਕ੍ਰੋਧ ਦੇ ਨਾਲ ਦਿੱਤਾ ਹੋਇਆ, ਖਿੱਚ ਕੇ ਦਿੱਤਾ ਹੋਇਆ। ਦੂਸਰਾ ਆਪਣੇ ਜਸ ਵਾਸਤੇ ਦਿੱਤਾ ਹੋਇਆ ਰਾਜਸੀ ਦਾਨ ਹੁੰਦਾ, ਇਹਦਾ ਫਲ ਥੋੜ੍ਹਾ ਹੁੰਦਾ। ਤੀਸਰਾ ਦਾਨ ਹੁੰਦਾ ਹੈ ਸਹੀ ਥਾਂ ਦੇਖ ਕੇ ਦਾਨ ਦੇਣਾ, ਖੇਤ ਪਛਾਣ ਬੀਜਿਆ ਦਾਨ। ਸੋ ਇਹ ਜਿਹੜਾ ਸਹੀ ਥਾਂ ਦੇਖ ਕੇ ਕਰਕੇ ਬਿਨਾਂ ਸਪਾਤਰ ਦੇਖੀ, ਇਹ ਸਾਂਤਕੀ ਫਲ ਸੋ ਵਸੇਖੀ, ਇਹਦਾ ਫਲ ਬਹੁਤ ਜ਼ਿਆਦਾ ਹੁੰਦਾ। ਵਾਹਿਗੁਰੂ ਕੋ ਜਾਣਕੈ ਸਵੈ ਪਦਾਰਥ ਦੇ, ਤਨਕ ਨਾ ਆਪਣਾ ਮਨ ਹੀ ਤਾਹੇ ਅਖੈ ਫਲੇ, ਆਪਣਾ ਮਨ ਕੇ ਨਾ ਦੇਵੇ ਮੈਂ ਦਿੰਦਾ, ਵਾਹਿਗੁਰੂ ਦਾ ਜਾਣ ਕੇ ਦੇਵੇ। ਦਰਬ ਕਿਥੋਂ ਕਿਦੋ ਵਿਦਿਆ ਕੋ ਦਾਨ, ਕਹਿੰਦੇ ਦਾਨ ਪੈਸੇ ਦਾ ਵੀ ਦਾਨ ਹੁੰਦਾ, ਕੋਈ ਪੜ੍ਹਿਆ ਹੋਇਆ ਵਿਦਿਆ ਦਾ ਦਾਨ ਕਰੋ, ਕੋਈ ਸਿਆਣਾ ਬੰਦਾ ਅਕਲ ਦਾ ਦਾਨ ਕਰੋ, ਸਿਹਤਮੰਦ ਹੈ ਸਿਹਤ ਦਾ ਦਾਨ ਕਰੋ, ਇਹ ਸਾਰੇ ਦੇਤ ਸਾਂਤਕੀ ਹੈ ਨਿਰਮਾਨਾ। ਤੇ ਕੋ ਫਲ ਹੈ ਅੰਮ੍ਰਿਤ ਵਿਸਾਲ, ਕਹਿੰਦੇ ਬਹੁਤ ਜ਼ਿਆਦਾ ਫਲ ਹੁੰਦਾ ਹੈ ਵੇਦ ਸੰਤ ਪਾਖਤ ਇਸ ਟਲ, ਵੇਦ ਵੀ ਅਤੇ ਸੰਤ ਵੀ ਸਾਰੇ ਇਸ ਤਰ੍ਹਾਂ ਕਹਿੰਦੇ ਨੇ। ਸੋ ਇਹ ਚੌਥਾ ਨੇਮ ਹੋਇਆ ਕਰਦਾ। ਪੰਜਵਾਂ ਨੇਮ ਹੁੰਦਾ ਪੂਜਾ, ਗੁਰੂ ਦੀ ਪੂਜਾ ਕਰਨੀ। ਪੰਚਮ ਪੂਜਾ ਮਨ ਕਰ ਕਰਨੀ, ਰਸਮ ਪੂਜੀ ਨਹੀਂ ਕਰਨੀ, ਮਨ ਤੋਂ ਪੂਜਾ ਕਰਨੀ ਹੈ, ਹਿਰਦੇ ਭਾਵਨੀ ਗੁਰਮੈ ਧਰਨੀ, ਗੁਰੂ ਨੂੰ ਇਹ ਸਮਝਣਾ ਵੀ ਇਹ ਪਰਮੇਸ਼ਰ ਹੈ। ਸਫਲੀ ਪੂਜਾ ਹੋ ਤਾਂ ਕਿ ਸਦਭਾਵਨੀ ਸੋ ਮੰਨ ਜਾਂਗੀ, ਜਿਹਦੇ ਭਾਵਨੀ ਨਾਲ ਜਿਹੜਾ ਪੂਜਾ ਕਰਦਾ ਉਹਦਾ ਪੂਰਾ ਹੋਇਆ ਕਰਦਾ। ਛੇਵਾਂ ਜਿਹੜਾ ਹੈ ਉਹ ਹੋਇਆ ਕਰਦਾ ਗੁਰੂ ਦੀ ਬਾਣੀ 'ਤੇ ਨੇਚਾ ਕਰਨਾ। ਜੇ ਬਾਣੀ ਦੇ ਉੱਤੇ ਨੇਚਾ ਨਹੀਂ ਹੈ ਤਾਂ ਕੁਛ ਫਲ ਪ੍ਰਾਪਤ ਹੁੰਦਾ, ਜੇ ਨੇਚਾ ਨਹੀਂ ਹੈ ਮਹਾਰਾਜ ਕਹਿੰਦੇ ਐਵੇਂ ਕੂੜ ਕਪਟ ਕਰਕੇ, ਕੂੜੀ ਕਪਟੀ ਅੱਖੀਂ ਮੀਟ ਦੇ ਤਿਨਕਾ ਉਤਰ ਜਾਏਗਾ ਝੂਠ ਗਵਾਨ, ਐਵੇਂ ਹੀ ਅੱਖਾਂ ਵਿੱਚ ਹੀ ਬੈਠਾ, ਅੰਦਰ ਨੇਚਾ ਨਹੀਂ ਬਾਣੀ 'ਤੇ, ਬਾਣੀ ਕੁਛ ਹੋਰ ਕਹੀ ਜਾਂਦੇ ਆ, ਮਨ ਦੀ ਮਤ ਛੱਡਦਾ ਨਹੀਂ। ਸੋ ਇਹ ਨੇਚਾ ਹੋਣਾ ਚਾਹੀਦਾ। ਸੋ ਛਟਮ ਨੇਮ ਨਿਜ ਗੁਰ ਸ਼ਬਦ ਤਾਂ ਕਿ ਜੇ ਅਨੁਸਾਰ, ਤਿਸੀ ਕੋ ਪੜ੍ਹੇ ਸੁਣੇ ਤਿਸ ਕੋ ਕਰੇ ਵਿਚਾਰ, ਗੁਰ ਸਿਧਾਂਤ ਬਿਨਾਂ ਜੋ ਆਣ ਤਿਸਕੇ ਬਚਨ ਸੁਣਾ ਨਹੀਂ ਕਾ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਬਚਨ ਨਹੀਂ ਰਲਦੇ, ਕਹਿੰਦੇ ਉਹ ਕੰਨ ਨਾਲ ਸੁਣਨਾ ਨਾ ਕਰੇ, ਕਿਤੇ ਸ਼ੰਕਾ ਪੈ ਜਾਏਗਾ ਜੇ ਸੁਣੇ। ਊਤ ਪਟਾਂਗ ਗੱਲਾਂ ਹੁੰਦੀਆਂ ਨੇ ਬਹੁਤ, ਮਨ ਘੜਤ ਬਾਤਾਂ ਬਣਾਈ ਜਾਂਦੇ ਨੇ ਅਤੇ ਸਿਧਾਂਤ ਨਾਲ ਰਲਦੀਆਂ ਨਹੀਂ ਗੁਰੂ ਗ੍ਰੰਥ ਸਾਹਿਬ ਦੇ, ਉਹ ਗੱਲ ਗੁਰੂ ਤੋਂ ਬਹੁਤ ਦੂਰ ਲੈ ਜਾਇਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਬਚਨ ਦੇ ਉੱਤੇ ਨੇਚਾ, ਇਹ ਛੇਵੀਂ ਚੀਜ਼ ਹੋਇਆ ਕਰਦੀ। ਸੱਤਵਾਂ ਹੈਗਾ ਪਾਠ ਨੂੰ ਸੁਣਨਾ, ਅਤੇ ਸੁਣਨਾ ਪਿਆਰ ਦੇ ਨਾਲ, ਨੇਚੇ ਦੇ ਨਾਲ। ਸਭ ਤੋਂ ਪਠੈ ਸੁਣੈ ਜੇ ਰੀਤ, ਵਰਤੈ ਤੈ ਅਨੁਸਾਰੀ ਪ੍ਰੀਤ, ਬਿਨ ਦੰਬ ਗੁਰ ਸ਼ਬਦ ਕਮਾਵਨ, ਕਰੈ ਸਦਾ ਹੋਇ ਤਨ ਮਨ ਪਾਵਨ। ਆਹ ਭੇਖ ਨਹੀਂ ਕਰਨਾ, ਦੰਬ ਨਹੀਂ ਦਿਖਾਉਣਾ, ਲੋਕਾਂ ਦੇ ਸਾਹਮਣੇ ਅੱਖਾਂ ਵਿੱਚ ਵਿੱਚ ਬੈਠੀ ਜਾਣਾ, ਅੰਦਰੋਂ ਲਗਨ ਨਹੀਂ ਹੈ, ਮਾਲਾ ਲੈ ਲਈ ਅੰਦਰੋਂ ਪਰਮੇਸ਼ਰ ਨਾਲ ਚਿੱਤ ਨਹੀਂ ਜੁੜਦਾ, ਅਤੇ ਮਾਲਾ ਫੇਰ ਨਮਸ਼ਕਰੇ ਟਿੱਕਾ ਲਾਉਣ ਸ਼ਤਾਨ, ਅੰਦਰੋਂ ਨਹੀਂ ਬਿਰਤੀ ਜੁੜੀ ਹੋਈ, ਬਾਹਰੋਂ ਹੀ ਦਿਖਾਵਾ ਕਰ ਰਹੇ। ਅਤੇ ਉਹਦੇ ਬਾਰੇ ਤਾਂ ਮਹਾਰਾਜ ਨੇ ਬਹੁਤ ਸਖਤ ਤਾੜਨਾ ਕੀਤੀ ਹੈ, ਐਸਾ ਫਰਮਾਨ ਕੀਤਾ। ਪੜੋ ਪਿਆਰ ਲੋਕਾਂ ਨੂੰ ਬਸ ਕਰਦਾ ਮੂਰਖ ਭੇਖ ਦਿਖਾ ਕੇ, ਲੋਕਾਂ ਨੂੰ ਬਸ ਕਰਦਾ ਮੂਰਖ ਭੇਖ ਦਿਖਾ ਕੇ, ਕਰਦਾ ਮੂਰਖ ਭੇਖ।
ਤਾਪ ਗੇਰੂ ਕੇ ਵਸਤਾ ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪ੍ਰਦੇਸ਼ ਸਦਾਇਆ ਪੰਚ ਚੰਡਾਲ ਨਾਲੇ ਲੈ ਉੱਤੋਂ ਭੇਖ ਹੈ ਅਤੇ ਅੰਦਰਲੇ ਪਾਸੇ ਵਿਸ਼ਿਆਂ ਦੀ ਭਾਵਨਾ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀ ਅਨੰਤ ਕਾਲ ਕਾਤੀ ਘਟਿਓ ਬਾਸ ਨਰਕ ਹੋਣਗੀ ਮਹਾਰਾਜ ਕਹਿੰਦੇ ਦੰਭ ਤੋਂ ਰਹਿਤ ਹੋ ਪਖੰਡ ਤੋਂ ਰਹਿਤ ਹੋ ਪਖੰਡ ਤੋਂ ਰਹਿਤ ਹੋ ਕੇ ਬਾਤ ਕਰ ਸਾਰੀ ਸੋ ਦੰਭ ਗੁਰ ਸ਼ਬਦ ਕਮਾਵਨ ਬਿਨਾਂ ਦੰਭ ਬਗੈਰ ਭੇਖ ਤੋਂ ਬਗੈਰ ਧੋਖਾ ਦੇਣ ਤੋਂ ਸ਼ਬਦ ਦੀ ਕਮਾਈ ਕਰ ਕਰੈ ਸਦਾ ਹੋਇਆ ਤਨ ਮਨ ਪਾਵਨ ਤਨ ਅਤੇ ਮਨ ਨੂੰ ਪਵਿੱਤਰ ਕਰ ਦਿੰਦਾ ਗੁਰੂ ਦਾ ਸ਼ਬਦ ਸੋ ਇਹ ਸੱਤਵੀਂ ਚੀਜ਼ ਹੈ ਅੱਠਵਾਂ ਜੋ ਨੇਮ ਹੈ ਉਹ ਹੈ ਸ਼ਾਂਤਕੀ ਬਿਰਤੀ ਸ਼ਾਂਤਕੀ ਬਿਰਤੀ 'ਚ ਰਹਿਣਾ ਕ੍ਰੋਧ ਦੀ ਬਿਰਤੀ 'ਚ ਨਾ ਰਹਿਣਾ ਰਜੋਗੁਣ ਬਿਰਤੀ 'ਚ ਨਾ ਰਹਿਣਾ ਸੋ ਅਸ਼ਟਮ ਬਿਰਤੀ ਸ਼ਾਂਤਕੀ ਰੱਖ ਹੈ ਨਿਵ ਚੱਲਣਾ ਮਧਰੀ ਮੁਖ ਪੱਕ ਨਿਮਰਤਾ ਦੇ ਵਿੱਚ ਰਹੇ ਅਤੇ ਮੁੱਖ ਤੋਂ ਮਿੱਠਾ ਬੋਲੇ ਕੌੜਾ ਸ਼ਬਦ ਨਾ ਬੋਲੇ ਦਸਵੇਂ ਬਰਮ ਹੋਮ ਜੋ ਕਮਾਵੇ ਬਰਮ ਹੋਮ ਕਿਹੜਾ ਹੁੰਦਾ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਦੂਸਰਾ ਹੁੰਦਾ ਹੈ ਦੁਤੀ ਹੋਮ ਹੈ ਗਿਆਨ ਕਾ ਰਸ ਲਿਖੀ ਕੇ ਦਰਬ ਇਹ ਇੰਦਰੀਆਂ ਨੇ ਜਿਹੜੀਆਂ ਇਹਨਾਂ ਨੂੰ ਵਸ ਕਰਨਾ ਗਿਆਨ ਅਗਨ ਮੈਂ ਹੋਮ ਹੀ ਤਨ ਹੰਗਤਾ ਆਦਿਕ ਸਰਵ ਇਹਨਾਂ ਸਾਰਿਆਂ ਨੂੰ ਮੈਂ ਮੇਰੀ ਨੂੰ ਦਗਧ ਕਰ ਦੇਣਾ ਇਹਨੂੰ ਕਹਿੰਦੇ ਹੋਮ ਹੁੰਦਾ ਹੈ ਅਤੇ ਇਹ ਹੋਮ ਜਿਹੜਾ ਹੈ ਦਸਵੇਂ ਬਰਮ ਹੋਮ ਜੋ ਕਮਾਵੇ ਕਰਾਵੇ ਭੁੱਖੇ ਸੰਤ ਸਿੱਖ ਮੁੱਖ ਪਾਵੇ ਸਾਧੂਆਂ ਦੇ ਗੁਰਸਿੱਖਾਂ ਦੇ ਮੁੱਖ 'ਚ ਅੰਨ ਪਾਉਣਾ ਇਹ ਬਰਮ ਹੋਮ ਹੋਇਆ ਕਰਦਾ ਅਤੇ ਇਹਦਾ ਫਲ ਬਹੁਤ ਹੋਇਆ ਕਰਦਾ ਸਮੇਤ ਜੱਗ ਦਾ ਫਲ ਪ੍ਰਾਪਤ ਹੁੰਦਾ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ ਸਮੇਤ ਜੱਗ ਦਾ ਪ੍ਰਾਪਤ ਫਲ ਹੋਵੇ ਲੰਗਰ ਛਕਾ ਕੇ ਸਿੱਖਾਂ ਨੂੰ ਪ੍ਰਾਪਤ ਫਲ ਹੋਵੇ ਲੰਗਰ ਛਕਾ ਕੇ ਸਿੱਖਾਂ ਨੂੰ
ਪਾਣੀ ਪਾਉ ਕਰ ਗੁਰ ਕੇ ਪਾਉ ਕਰ ਗੁਰ ਅਸਮੇਤ ਜਗ ਫਲ ਸਿੱਖ ਕੋ ਜਵਾਏਗਾ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਕੰਚਨ ਕੇ ਉਸਾਰ ਐਸਾ ਬਲ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਜੈਸੇ ਜੀ ਸਵਾਰ ਦਰਸ਼ਨ ਸਾਧ ਕੀਆ ਕਹੂੰ ਦਰਸ਼ਨ ਸਾਧ ਕੀਆ ਦਰਸ਼ਨ ਸਾਧ ਕੀਆ ਐਸਾ ਪੁੰਨ ਸਿੱਖ ਕੋ ਚਾਪ ਭਗਤ ਸਵਾਏਗਾ ਸਿੱਖ ਕੋ ਪਲਾਏ ਪਾਣੀ ਪਾਉ ਕਰ ਕੁਰ ਖੇਤ ਸਮੇਤ ਜਗ ਫਲ ਸਿੱਖ ਕੋ ਜਿਵਾਏਗਾ ਬੰਦਗੀ ਕਰਨ ਵਾਲੇ ਮਹਾਂਪੁਰਸ਼ ਨੂੰ ਪ੍ਰਸ਼ਾਦਾ ਛਕਾਉਣ ਦਾ ਫਲ ਕਹਿੰਦੇ ਸਮੇਤ ਜਗ ਦੇ ਫਲ ਬਰਾਬਰ ਹੁੰਦੇ ਸੋ ਇਹ ਦਸਵੇਂ ਬਰਮ ਹੋਮ ਜੋ ਕਰਾਵੇ ਦਸਵਾਂ ਜੋ ਨੇਮ ਹੈ ਉਹ ਬਰਮ ਹੋਮ ਦਾ ਲੰਗਰ ਛਕਾਉਣ ਦਾ ਭੁੱਖੇ ਸੰਤ ਸਿੱਖ ਮੁੱਖ ਪਾਵ ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਰਾਜਾ ਸ਼ਿਵਨਾਭ ਇਹ ਤੈਨੂੰ ਦਸ ਅਸੀਂ ਯਮ ਦੱਸੇ ਨੇ ਦਸ ਨੇਮ ਰੱਖੇ ਨੇ ਵੀਹ ਰਹਿਤਾਂ ਨੇ ਜਿਹੜੀਆਂ ਅੰਦਰਲੀਆਂ ਧਾਰਨ ਕਰਨੀਆਂ ਪੈਂਦੀਆਂ ਜਦ ਧਾਰਦਾ ਫਿਰ ਨਾਮ ਦੀ ਪੌੜੀ ਆਉਂਦੀ ਹੈ ਜਿਹਦੇ 'ਤੇ ਚੜ੍ਹਨਾ ਉਹਦਾ ਫਿਰ ਤੀਸਰਾ ਡੰਡਾ ਹੋਇਆ ਕਰਦਾ ਹੈ ਇਕਾਂਤ ਥਾਂ 'ਤੇ ਬੈਠਣਾ ਜਿੱਥੇ ਰੌਲਾ ਰੱਪਾ ਨਾ ਹੋਵੇ ਜਿੱਥੇ ਆਵਾਜਾਈ ਨਾ ਹੋਵੇ ਜਿੱਥੇ ਆਰਾਮ ਨਾਲ ਬੈਠ ਸਕਦਾ ਹੋਵੇ ਅਤੇ ਜਿੱਥੇ ਕੁਛ ਸੁਣਾਈ ਨਾ ਦਿੰਦਾ ਇੱਕ ਆਸਣ ਬਣਾ ਲਓ ਕੁਛ ਚੌਂਕੀ ਬਣਾ ਲਓ ਘਰ ਵਿੱਚ ਉੱਥੇ ਰੋਜ਼ ਬੈਠੋ ਉਸ ਥਾਂ 'ਤੇ ਉੱਥੇ ਕੀ ਹੁੰਦਾ ਹੈ ਜਿੱਥੇ ਅਸੀਂ ਰੋਜ਼ ਬੈਠਾਂਗੇ ਉੱਥੇ ਭਜਨ ਦੇ ਜਿਹੜੇ ਜਲਾਲ ਦੇ ਅੰਦਰੋਂ ਜਿਹੜੀਆਂ ਲਹਿਰਾਂ ਨਿਕਲਦੀਆਂ ਨੇ ਉਹਦਾ ਵਾਤਾਵਰਨ ਬਣ ਜਾਂਦਾ ਉੱਥੇ ਜੋੜਾ ਲੈ ਕੇ ਨਾ ਜਾਓ ਉਹਨੂੰ ਪਵਿੱਤਰ ਰੱਖੋ ਜੂਠੇ ਹੱਥੀਂ ਉੱਥੇ ਨਾ ਜਾਓ ਇਸ਼ਨਾਨ ਕਰਕੇ ਜਾ ਕੇ ਬੈਠੋ ਸੁੱਚ ਪਵਿੱਤਰਤਾ ਰੱਖੋ ਜਦੋਂ ਬੈਠੋਗੇ ਬੈਠਦੀ ਸਵਾਰ ਇੱਕਦਮ ਤੁਹਾਡਾ ਚਿੱਤ ਵਾਹਿਗੁਰੂ ਵੱਲ ਲੱਗ ਜਾਏਗਾ ਸੋ ਚੌਥਾ ਜੋ ਹੁੰਦਾ ਹੈ ਅਤੇ ਉਹਦੇ ਬਾਰੇ ਮਹਾਰਾਜ ਫਰਮਾਨ ਕਰਦੇ ਆ ਕਿ ਉਹਨੂੰ ਪ੍ਰਾਣਾਯਾਮ ਕਹਿੰਦੇ ਨੇ ਸਾਹ ਆਉਂਦੇ ਨੇ ਸਾਨੂੰ ਜਦ ਤੱਕ ਇਹ ਮਨ ਜਿਹੜਾ ਸਾਹ ਦੀ ਸਵਾਰੀ ਕਰਦਾ ਜੇ ਮਨ ਰੋਕਣਾ ਸਾਹ ਨੂੰ ਰੋਕ ਲਓ ਮਨ ਰੁਕ ਜਾਏਗਾ ਕਿਉਂਕਿ ਘੋੜਾ ਫੜ ਲਿਆ ਤਾਂ ਸਵਾਰ ਕਿੱਧਰ ਜਾਏਗਾ ਸੋ ਇਹਦੇ ਬਾਰੇ ਬਹੁਤ ਲੰਮੀ ਚੌੜੀ ਵਿਆਖਿਆ ਸੂਰ ਸਰ ਸੋਖ ਸੋਖ ਲੈ ਸੋਮ ਸਰ ਪੋਖ ਲੈ ਉੜੈ ਨਾ ਹੰਸ ਨਹਿ ਕੰਧ ਛੀਜ ਸੂਰ ਸਰ ਕਹਿੰਦੇ ਨੇ ਸੂਰਜ ਨਾੜੀ ਸੋਮ ਸਰ ਚੰਦਰਮਾ ਨਾੜੀ ਇਹਨਾਂ ਨੂੰ ਸਦਾ ਲੈ ਇਹਨਾਂ ਨੂੰ ਮਰਿਆਦਾ 'ਚ ਲੈ ਆ ਮਰਿਆਦਾ 'ਚ ਲੈ ਕੇ ਫਿਰ ਪ੍ਰੈਜੈਂਸ ਆਫ ਮਾਇੰਡ ਅੰਦਰ ਆਏਗੀ ਨਹੀਂ ਆਉਂਦੀ ਨਹੀਂ ਹੈ ਸੋ ਇਹ ਕਹਿੰਦੇ ਜ਼ਰੂਰੀ ਹੋਇਆ ਕਰਦਾ ਭਜਨ ਕਰਨ ਵਿੱਚ ਭਜਨ ਦੇ ਬੇਅੰਤ ਤਰੀਕੇ ਨੇ ਰਸਨਾ ਨਾਲ ਜਪਦਿਆਂ ਮਾਲਾ ਦੀ ਮਦਦ ਨਾਲ ਜਪਦਿਆਂ ਮੂਲ ਮੰਤਰ ਜਪਦਿਆਂ ਬਾਣੀ ਪੜ੍ਹਦਿਆਂ ਬਾਣੀ ਤੋਂ ਸ਼ੁਰੂ ਹੋ ਕੇ ਮੂਲ ਮੰਤਰ ਫਿਰ ਰਸਨਾ ਨਾਲ ਨਾਮ ਹੁੰਦਾ ਹੈ ਫਿਰ ਸਵਾਸ ਸਵਾਸ ਨਾਮ ਹੋਇਆ ਕਰਦੇ ਸੋ ਉਹਦੇ ਬਾਰੇ ਫਰਮਾਨ ਕਰਦੇ ਹੈ ਕਿ ਧਿਆਨ ਅੰਦਰ ਰੱਖਣਾ ਪਏਗਾ ਇੱਕ ਪੁਆਇੰਟ ਦਾ ਚਾਹੇ ਤਾਂ ਕਹਿੰਦੇ ਜਿੱਥੇ ਨੱਕ ਹਵਾ ਆਉਂਦੀ ਹੈ ਇਹਨੂੰ ਚੈੱਕ ਕਰੋ ਵੀ ਹੁਣ ਅੰਦਰ ਨੂੰ ਜਾ ਰਹੀ ਹੈ ਹੁਣ ਬਾਹਰ ਨੂੰ ਜਾ ਰਹੀ ਹੈ ਅਤੇ ਅੰਦਰ ਨੂੰ ਜਾਂਦੀ ਨਾਲ ਵੀ ਨਾਮ ਜਪਣਾ ਹੈ ਬਾਹਰ ਨੂੰ ਆਉਂਦੀ ਨਾਲ ਵੀ ਨਾਮ ਜਪਣਾ ਹੈ ਜਿਹੀ ਜੀ ਕਿਸੇ ਦੀ ਬਿਰਤੀ ਹੈ ਕਿਸੇ ਦੀ ਸਤਨਾਮ ਵਾਹਿਗੁਰੂ ਦੀ ਹੈ ਕਿਸੇ ਦੀ ਵਾਹਿਗੁਰੂ ਦੀ ਹੈ ਕਿਸੇ ਵਾਹੇ ਹਰਗੁਰੂ ਦੀ ਹੈ ਉਹ ਜੈਸਾ ਜੈਸਾ ਕੋਈ ਹੋਇਆ ਕਰਦਾ ਅਧਿਕਾਰੀ ਉਹੋ ਜਿਹਾ ਹੀ ਮਹਾਤਮਾ ਦੱਸ ਦਿੰਦੇ ਨੇ ਵੀ ਤੂੰ ਆਹ ਫੋਲੋ ਕਰ ਸਕਦਾ ਆਮ ਬੰਦਿਆਂ ਨੂੰ ਨਹੀਂ ਇਹ ਪਤਾ ਲੱਗਦਾ ਵੀ ਮੈਂ ਕੀ ਕਹਿ ਰਿਹਾ ਹਰ ਬੰਦਾ ਨਹੀਂ ਜਾਣ ਸਕਦਾ ਕਿਉਂਕਿ ਅੰਦਰਲੀ ਖੇਡ ਦਾ ਪਤਾ ਨਹੀਂ ਹੈ ਇਸ ਕਰਕੇ ਇਹ ਗੱਲ ਦਾ ਪਤਾ ਨਹੀਂ ਲੱਗਦਾ ਸਵਾਸ ਕੰਟਰੋਲ ਦਾ ਪਤਾ ਨਹੀਂ ਲੱਗਦਾ ਅਤੇ ਗੁਰੂ ਮਹਾਰਾਜ ਕਹਿੰਦੇ ਆ ਵੀ ਸਾਸ ਸਾਸ ਦੇ ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰਬਨਮ ਨਿਕਟ ਕਰ ਵੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਹਿ ਚੰਦਾ ਇਸ ਤਰ੍ਹਾਂ ਪੜ੍ਹ ਲਓ ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ 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 ਵਾਹਿਗੁਰੂ
ਸਾਸ ਦੇ ਗੇੜੇ ਜਪਨੂ ਵਾਹਿਗੁਰੂ, ਸਤ ਸਾਸ ਦੇ ਗੇੜੇ ਜਪਨੂ ਵਾਹਿਗੁਰੂ, ਪਾਰ ਬ੍ਰਹਮ ਨਿਕਟ ਕਰ ਵੇ। ਜਿਹਦਾ ਨਾਮ ਜਪਣਾ ਹੈ ਉਹਨੂੰ ਪਹਿਲਾਂ ਨੇੜੇ ਕਰਕੇ ਦੇਖੋ ਵੀ ਮੇਰੇ ਆਲੇ ਦੁਆਲੇ ਸਾਰੇ ਵਾਹਿਗੁਰੂ ਪਰਿਪੂਰਨ, ਇਹ ਨੇਚੇ ਚੋ। ਫਿਰ ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚ। ਸੋ ਉਹਦੇ ਬਾਰੇ ਜਿਸ ਤਰ੍ਹਾਂ ਦੇ ਨਾਲ ਲਿਖਿਆ ਹੋਇਆ ਉਹ ਮੈਂ ਬੇਨਤੀ ਕਰ ਦਿੰਦਾ ਕਿ ਨਾਸਕਾਂ ਦਾ ਧਿਆਨ ਅਤੇ ਚਾਹੇ ਕਰੇ ਆਗਿਆ ਚੱਕਰ ਦਾ ਧਿਆਨ, ਚਾਹੇ ਨਾਭੀ ਦਾ ਧਿਆਨ, ਇੱਕ ਥਾਂ ਦੇ ਉੱਤੇ ਸੁਰਤ ਟਿਕਾਉਣੀ ਪਏਗੀ। ਅਤੇ ਅੰਗ ਚਤੁਰਭੁਜ ਪ੍ਰਾਣਾਯਾਮ ਪੂਰਵ ਕੁੰਭਕ ਰੇਚਕ ਨਾਮ, ਇਹਦੇ 'ਚ ਤਿੰਨ ਭੇਦ ਹੁੰਦੇ ਨੇ, ਇੱਕ ਰੇਚਕ ਹੁੰਦਾ, ਇੱਕ ਪੂਰਕ ਹੁੰਦਾ, ਇੱਕ ਕੁੰਭਕ ਹੁੰਦਾ। ਬਾਹਰ 'ਤੇ ਮਨ ਸੁਰਤ ਟਿਕਾਵੈ, ਦਹਿਨੇ ਸੁਰਤੇ ਪ੍ਰਾਣ ਚੜਾਵੈ, ਚੰਦਰਮਾ ਨਾੜੀ 'ਚੋਂ ਪ੍ਰਾਣ ਅੰਦਰ ਖਿੱਚੇ ਸਵਾਸ, ਅਤੇ ਇਹ ਈੜਾ ਹੋ ਜਾਇਆ ਕਰਦੀ। ਖੈਂਚਤ ਦੁਆਦਸ ਮਾਤਰ ਜਿਹੋਏ, ਕਹਿੰਦੇ ਬਾਰਾਂ ਵਾਰੀ ਵਾਹਿਗੁਰੂ 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 ਕਰੀਏ, ਵੱਡਾ ਪ੍ਰਾਣਾਯਾਮ ਹੈ, ਅਸੀਂ ਤਿੰਨ ਵਾਰੀ ਕਰਾਉਂਦੇ ਹਾਂ। ਪੰਜ ਪਿਆਰਿਆਂ ਨੂੰ ਕਿਹਾ ਵੀ ਤਿੰਨ ਵਾਰੀ ਦੱਸਿਆ ਕਰੋ, ਜਦ ਤਿੰਨ ਸਿੱਧ ਕਰ ਲਵੇ ਫਿਰ ਚਾਰ ਵਾਰੀ, ਫਿਰ ਪੰਜ ਵਾਰੀ, ਫਿਰ ਛੇ ਵਾਰੀ, ਅਤੇ ਫਿਰ ਦੁੱਗਣਾ ਅੰਦਰ ਰੋਕਣਾ। ਜੇ ਤਿੰਨ ਵਾਰੀ ਖਿੱਚਿਆ ਵਾਹਿਗੁਰੂ 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 ਕਿਹਾ ਤਾਂ ਛੇ ਵਾਰੀ ਵਾਹਿਗੁਰੂ ਸਾਹ ਰੋਕ ਕੇ ਕਹਿਣਾ, ਤਿੰਨ ਵਾਰੀ ਦੂਸਰੀ ਨਾਸ ਜਿਹੜੀ ਹੈ ਸੱਜੀ ਉਹਦੇ ਛੱਡਦੇ ਛੱਡਦੇ ਕਹਿਣਾ, ਫਿਰ ਸੱਜੀ ਨਾਸ ਤਾਈਂ ਫਿਰ ਖਿੱਚਣਾ, ਫਿਰ ਖੱਬੀ ਥਾਈਂ, ਫਿਰ ਤਿੰਨ ਵਾਰੀ ਕਹਿਣਾ, ਫਿਰ ਛੇ ਵਾਰੀ ਵਾਹਿਗੁਰੂ ਵਾਹਿਗੁਰੂ ਫਿਰ ਟਿਕਾ ਕੇ ਕਹਿਣਾ, ਅਤੇ ਫਿਰ ਤਿੰਨ ਵਾਰੀ ਹੇਠਾਂ ਨੂੰ ਜਾਂਦੇ ਕਹਿਣ। ਜਦੋਂ ਸਵਾਸ ਟਿਕ ਜਾਏਗਾ, ਕੰਟਰੋਲ 'ਚ ਆ ਜਾਏਗਾ, ਫਿਰ ਐਂ ਲੱਗੇਗਾ ਵੀ ਸਵਾਸ ਮੇਰਾ ਲੰਮਾ ਅਤੇ ਨਾਮ ਛੇਤੀ ਦੇ ਕੇ ਕਹਿ ਹੋ ਜਾਣਾ, ਫਿਰ ਚਾਰ ਵਾਰੀ ਕਰ ਲਓ, ਜਾਂ ਫਿਰ ਉਦੋਂ ਵੱਧ ਜਾਓ ਫਿਰ ਪੰਜ ਵਾਰੀ ਕਰ ਲਓ, ਫਿਰ ਵੱਧ ਜਾਓ ਛੇ ਵਾਰੀ ਕਰ ਲਓ, ਫਿਰ ਸੱਤ ਵਾਰੀ। ਜਿੰਨਾ ਜਿੰਨਾ ਕਿਸੇ ਦਾ ਸ਼ੌਕ ਹੈ ਉਨਾ ਕਰਦਾ, ਬਹੁਤਾ ਇਸ ਕਰਕੇ ਨਹੀਂ ਦੱਸਿਆ ਜਾਂਦਾ ਕਿ ਇੱਕ ਅੰਗ ਨੂੰ ਤਾਂ ਫੜ ਲੈਂਦੇ ਨੇ, ਬ੍ਰਹਮਚਰੀਆ ਨੂੰ ਫੜਦੇ ਨਹੀਂ, ਬ੍ਰਹਮਚਰੀਆ ਨੂੰ ਨਾ ਫੜਨ ਕਰਕੇ ਪਾਗਲ ਹੋ ਜਾਂਦਾ ਬੰਦਾ, ਸਰੀਰ ਦੀ ਤਾਕਤ ਤਾਂ ਸਾਰੀ ਜ਼ਾਇਲ ਕਰ ਦਿੱਤੀ, ਨਾਮ ਕਾਹਦੇ ਨਾਲ ਜਪ ਲੂਗਾ। ਨਾਮ ਤਾਂ ਜਪ ਹੋਣਾ ਹੈ ਜੇ ਸਰੀਰ ਤੰਦਰੁਸਤ ਹੈ, ਸਰੀਰ 'ਚ ਨੁਕਸ ਪਾ ਲਏ ਆਪੇ ਹੀ ਫਿਰ ਨਹੀਂ ਜਪ ਹੋਇਆ ਕਰਦਾ। ਇਸ ਕਰਕੇ ਆਈ ਦੱਸੀਦਾ ਵੀ ਰਸਨਾ ਨਾਲ ਕਰੀ ਜਾ ਭਾਈ ਵਾਹਿਗੁਰੂ ਵਾਹਿਗੁਰੂ, ਰਸਨਾ ਜਪੀਆ ਏਕ ਨਾਮ, ਇਹਾਂ ਸੁੱਖ ਆਨੰਦ ਕਰਾਂ ਆਗੇ ਜੀ ਕੇ ਸੰਕਾਮ, ਕਟੀਆ ਤੇਰਾ ਅਹੰਗ ਰੋਗ ਤੂੰ ਗੁਰ ਪ੍ਰਸ਼ਾਦ ਕਰ ਰਾਜ। ਸੋ ਰਸਨਾ ਨਾਲ ਵਾਹਿਗੁਰੂ 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 ਕਰੀ ਜਾ, ਤੈਨੂੰ ਇਹੀ ਠੀਕ ਹੈ। ਜੇ ਤੇਰੇ ਸਰੀਰ 'ਚ ਤੰਦਰੁਸਤੀ ਹੈ, ਗਰਮੀ ਨੀਂਦ ਤਾਂ ਪੈਦਾ ਕਰੀ ਸਰੀਰ ਦੇ ਅੰਦਰ, ਖੁਸ਼ਕੀ ਤੇਰੇ ਸਰੀਰ ਦੇ ਅੰਦਰ, ਤਾਂ ਫਿਰ ਤੂੰ ਸਵਾਸ ਦੇ ਨਾਮ 'ਤੇ ਆ ਜਾ। ਇਹ ਸੰਤ ਦੇਖ ਕੇ ਦੱਸਿਆ ਕਰਦੇ ਨੇ, ਸਾਰਿਆਂ 'ਤੇ ਇਹ ਲਾਗੂ ਨਹੀਂ ਹੋਇਆ ਕਰਦਾ। ਤੰਦਰੁਸਤੀ ਸਰੀਰ ਦੀ ਪੂਰੀ ਹੋਵੇ ਫਿਰ ਇਹ ਦਰਾਓ, ਨਹੀਂ ਫਿਰ ਇਹਦੇ 'ਚ ਗਰਮੀ ਖੁਸ਼ਕੀ ਵੱਧ ਕੇ ਆਦਮੀ ਝੱਲਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ। ਸੋ ਉਹ ਮਹਾਰਾਜ ਨੇ, ਕਿਉਂਕਿ ਉਸ ਵੇਲੇ ਸਾਰੇ ਬ੍ਰਹਮਚਾਰੀ ਹੋਇਆ ਕਰਦੇ ਸੀ, ਆਹ ਬਿਮਾਰੀਆਂ ਨਹੀਂ ਸੀ, ਇਹ ਫਿਲਮਾਂ ਨਹੀਂ ਸੀ ਮਾੜੀਆਂ ਆਈਆਂ, ਲਿਟਰੇਚਰ ਮਾੜਾ ਨਹੀਂ ਸੀ ਆਇਆ, ਕਿਸੇ ਦਾ ਮਨ ਨਹੀਂ ਸੀ ਡੋਲਿਆ ਕਰਦਾ, ਸਾਰੇ ਟਿੱਕੇ ਰਿਹਾ ਕਰਦੇ ਸੀ। ਹੁਣ ਇਹ ਕਲਯੁੱਗ ਨੇ ਆਦਮੀ ਸਾਰੇ ਹਿਲਾਏ ਪਏ ਨੇ। ਸੋ ਇਸ ਕਰਕੇ ਹੁਣ ਤਰੀਕਾ ਹੋਰ ਹੈ। ਉਸ ਵੇਲੇ ਜਿਹੜਾ ਉਹਨੂੰ ਦੱਸਿਆ ਉਹ ਮੈਂ ਬੇਨਤੀ ਕਰ ਦਿੰਦਾ, ਬਾਹਰ 'ਤੇ ਮਨ ਸੁਰਤ ਟਿਕਾਵੈ, ਦਹਿਨੇ ਸੁਰਤੇ ਪ੍ਰਾਣ ਚੜਾਵੈ, ਖੈਚਿਤ ਦੁਆਦਸ ਮਾਤਰਾ ਜੋਏ, ਓਂਕਾਰ ਜਬ ਤਬ ਸੋਏ, ਉਹਨਾਂ 'ਚ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਇਹੀ ਉਪਦੇਸ਼ ਗੁਰੂ ਮਹਾਰਾਜ ਨੇ ਮਾਤਾ ਜੀਤੋ ਜੀ ਨੂੰ ਦਿੱਤਾ ਸੀ। ਚੌਵੀ ਸਮਾਤਰਾ ਜਿਤੇ ਪ੍ਰਾਣ ਅੰਤਰ ਠਹਿਰਾਵੈ, ਕੁੰਭਕ ਤੇ ਤੋ ਨਾਮ ਕਹਾਵੈ, ਜਿੰਨਾ ਚਿਰ ਪ੍ਰਾਣ ਰੋਕਣਾ ਉਹਨੂੰ ਕੁੰਭਕ ਕਹਿੰਦੇ ਨੇ। ਚੌਵੀ ਸਮਾਤਰਾ ਓਂਕਾਰਾ ਵਾਰ, ਚੌਵੀ ਵਾਰੀ ਵਾਹਿਗੁਰੂ ਵਾਹਿਗੁਰੂ ਕਹਿਣਾ, ਇਹ ਵੱਧ ਤੇ ਵੱਧ ਹੈ, ਲੇਕਿਨ ਜਿਹੜੇ ਯੋਗੀ ਨੇ 84 ਵਾਰੀ ਕਿਹਾ ਕਰਦੇ ਨੇ। ਜਾਪ ਕਰੈ ਤਿਸ ਸਮੇਂ ਉਚਾਰਾ, ਬਾਂਵੇ ਸੁਰ ਸਿਉਂ ਕਰੇ ਉਤਾਰਾ, ਫਿਰ ਖੱਬੇ ਪਾਸੇ ਦੀ ਸਵਾਸ ਉਤਾਰੇ, ਪਹਿਲਾਂ ਖੱਬੇ ਤੋਂ ਚੜਾਇਆ ਸੱਜੇ ਦੀ ਉਤਾਰੇ, ਫਿਰ ਸੱਜੇ ਤੋਂ ਖਿੱਚਿਆ ਫਿਰ ਖੱਬੇ ਦੀ ਉਤਾਰੇ, ਫਿਰ ਖੱਬੇ ਤੋਂ ਖਿੱਚਿਆ ਸੱਜੇ ਦੀ ਉਤਾਰੇ, ਇਸ ਤਰ੍ਹਾਂ ਅਦਲਾ ਬਦਲੀ ਕਰੀ ਜਾਣੀ ਹੈ। ਇਹਦੀ ਜੁਗਤ ਹੋਇਆ ਕਰਦੀ ਹੈ, ਸੁਖਾਲੀ ਜੁਗਤ ਵੀ ਬਹੁਤ ਹੋਇਆ ਕਰਦੀ। ਜਿਹਾ ਜਿਹਾ ਕਿਸੇ ਦਾ ਸੁਭਾਅ ਹੈ, ਪ੍ਰਕਿਰਤੀ ਹੈ, ਵੈਸਾ ਹੀ ਇਸੇ ਕਰਕੇ ਇਹਦਾ ਲੈਸਨ ਲੈਣਾ ਪੈਂਦਾ। ਪੰਜ ਪਿਆਰਿਆਂ ਦੇ ਰਾਹੀਂ ਅਸੀਂ ਕਿਹਾ ਹੋਇਆ ਵੀ ਤੁਸੀਂ ਲੈਸਨ ਦੇ ਦਿਆ ਕਰੋ ਇੱਕ ਵਾਰੀ, ਜੇ ਤਾਂ ਸ਼ੌਕ ਹੋਏਗਾ ਚੱਲ ਪੈਣਗੇ, ਨਹੀਂ ਹੋਏਗਾ ਤਾਂ ਉਹਨਾਂ ਦੀ ਮਰਜ਼ੀ ਹੈ। ਅਤੇ ਨਾਮ ਅੰਮ੍ਰਿਤ ਅਸੀਂ ਇਸੇ ਕਰਕੇ ਛਕਾਉਂਦੇ ਹਾਂ ਭਾਈ, ਵੀ ਨਾਮ ਮਿਲਿਆ ਤੁਹਾਨੂੰ, ਨਾਮ ਦੀ ਕਮਾਈ ਕਰੋ।
ਸੋ ਕਮਾਈ ਕਰਨੀ ਚਾਹੀਦੀ ਹੈ, ਦ੍ਰਿੜਤਾ ਹੋਣੀ ਚਾਹੀਦੀ। ਰੇਚ ਕੇ ਆ ਕੋ ਨਾਮ ਕਹਾਵੈ, ਬਾਏ ਸੁਰ ਸਿਉਂ ਕਰੇ ਉਤਾਰਾ, ਦੁਆਦਸ ਮਾਤਰਾ ਜਪ ਓਂਕਾਰ। ਬਾਰਾਂ ਵਾਰੀ ਓਂਕਾਰ ਦਾ, ਵਾਹਿਗੁਰੂ ਦਾ ਨਾਮ ਜਪ ਕੇ ਸਵਾਸ ਛੱਡ ਦੇਣਾ। ਰੇਚ ਕੇ ਆ ਕੋ ਨਾਮ ਕਹੀ ਜੈ, ਸਨੇ ਸਨੇ ਜੋ ਛੋੜਨ ਕੀ ਜੈ। ਫਿਰ ਆਹਿਸਤਾ ਆਹਿਸਤਾ ਛੱਡੇ ਐਂ ਜ਼ੋਰ ਨਾਲ ਨੱਚ। ਤੈਸੇ ਹੀ ਬਾਏ ਤੇ ਦਾਏ, ਦਾਏ ਤੇ ਬਾਏ ਸੋਚ ਡਾਏ। ਐਸੇ ਤਰ੍ਹਾਂ ਕਰਦਾ ਰਹੇ, ਨਾਮ ਜਪਦਾ ਰਹੇ, ਇਹਦੇ ਨਾਲ ਸੁਰਤ ਟਿਕ ਜਾਏਗੀ, ਮਨ ਦੌੜਨ ਤੋਂ ਹਟ ਜਾਏਗਾ, ਨਾਲ ਕੀ ਹੋਏਗਾ ਅੰਦਰ ਰਸ ਪੈਦਾ ਹੋ ਜਾਏਗਾ, ਰਸਨਾ 'ਚ ਰਸ ਆਏਗਾ, ਜਨਾਟਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਫਿਰ ਜੀ ਕਰੇਗਾ ਵੀ ਹੁਣ ਮੈਨੂੰ ਕੋਈ ਬੁਲਾਵੇ ਨਾ, ਮੈਂ ਉੱਠਾਂ ਨਾ, ਮਨ ਕਿਉਂਕਿ ਟਿਕ ਜਾਂਦਾ ਉਸ ਰਸ 'ਚ ਪੈ ਜਾਂਦਾ। ਜਿੰਨਾ ਚਿਰ ਇਹ ਨਹੀਂ ਕਰਦਾ ਉਨਾ ਚਿਰ ਜ਼ੋਰ ਨਾਲ ਇਹ ਨਾਮ ਜਪਦਾ, ਅੰਦਰ ਸੁਰਤ ਨਹੀਂ ਟਿਕਾ। ਸੋ ਇਹ ਕਰਦੇ ਕਰਦੇ ਜਦੋਂ ਮਿਹਨਤ ਕਰ ਲਏਗਾ, ਫਿਰ ਨਾਮ ਜਿਹੜਾ ਹੈ ਸਵਾਸ ਤੋਂ ਉੱਪਰ ਆਪੇ ਹੀ ਲੰਘ ਜਾਂਦਾ, ਸਵਾਸ ਦਾ ਧਿਆਨ ਨਹੀਂ ਰਹਿੰਦਾ, ਸਵਾਸ ਆਪੇ ਹੀ ਆਉਂਦਾ ਆਪਣੇ ਹਿਸਾਬ ਨਾਲ। ਆਉਂਦਾ ਹੈ ਕਿ ਨਹੀਂ ਆਉਂਦਾ ਇਹਦਾ ਕੋਈ ਪਤਾ ਨਹੀਂ, ਕਿਉਂਕਿ ਆਉਂਦਾ ਤਾਂ ਹੋਣਾ ਵੀ ਸਰੀਰ ਚੱਲਦਾ, ਲੇਕਿਨ ਆਪੇ ਹੀ ਆਉਂਦਾ ਆਪਣੇ ਹਿਸਾਬ ਨਾਲ। ਉਸ ਵੇਲੇ ਨਾਮ ਦੀ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ, ਅਤੇ ਨਾਮ ਦੀਆਂ ਅਵਸਥਾਵਾਂ ਨੇ, ਪਹਿਲਾਂ ਤਾਂ ਉੱਚੀ ਉੱਚੀ ਵਾਹਿਗੁਰੂ 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 ਕਰਨਾ, ਇਹਨੂੰ ਉੱਚਾ ਉੱਚਾ ਨਾਮ ਕਹਿੰਦੇ ਨੇ। ਦੂਸਰਾ ਹੁੰਦਾ ਅਪਾਸੂ ਨਾਮ, ਅਪਾਸੂ ਨਾਮ ਹੋਇਆ ਕਰਦਾ ਬੁੱਲ ਹਿੱਲੀ ਜਾਣੇ ਅਤੇ ਆਵਾਜ਼ ਨਾ ਆਉਣੀ, ਆਪਣੇ ਆਪ ਨੂੰ ਇਹ ਪਤਾ ਲੱਗਣਾ ਜੀਭ ਹਿਲਦੀ ਹੈ ਬੁੱਲ ਹਿਲਦੇ ਨੇ। ਇਹਦਾ ਫਲ ਉੱਚੀ ਬੋਲਣ ਨਾਲੋਂ 1000 ਗੁਣਾ ਵੱਧ ਹੋਇਆ ਕਰਦਾ। ਉਹਦੇ ਬਾਅਦ ਮਾਨਸਿਕ ਨਾਮ ਹੋਇਆ ਕਰਦਾ, ਮਾਨਸਿਕ ਨਾਮ ਦੇ ਅੰਦਰ ਮੰਨਣ ਹੋਇਆ ਕਰਦਾ ਵਾਹਿਗੁਰੂ ਦਾ, ਅਤੇ ਦੂਸਰਾ ਧਿਆਨ ਹੋਇਆ ਕਰਦਾ ਵਾਹਿਗੁਰੂ ਦਾ। ਦੋ ਚੀਜ਼ਾਂ ਹੋਇਆ ਕਰਦੀਆਂ ਜਦੋਂ, ਜਿਹਨੂੰ ਜਪਾ ਜਾਪ ਕਹਿੰਦੇ ਨੇ, ਜੀਭ ਤੋਂ ਬਗੈਰ ਜਿਹੜਾ ਨਾਮ ਕਹਿੰਦੇ ਨੇ, ਉਸ ਦੇ ਬਾਰੇ ਫਰਮਾਨ ਇਸ ਤਰ੍ਹਾਂ ਆਉਂਦਾ। ਜਪ ਲੈ ਪਿਆਰਿਆ ਬਿਨਾਂ ਜੀਭ ਤੋਂ ਵਾਹਿਗੁਰੂ, ਜਪ ਲੈ ਪਿਆਰਿਆ ਬਿਨਾਂ ਜੀਭ ਤੋਂ ਵਾਹਿਗੁਰੂ। ਫਲ ਕਿੰਨਾ ਹੋ ਜਾਇਆ ਕਰਦਾ, 1000 ਗੁਣਾ ਵੱਧ ਜਾਇਆ ਕਰਦਾ ਰਸਨਾ ਦੇ ਨਾਮ ਨਾਲ। 1000 ਗੁਣਾ ਪਹਿਲਾਂ ਚੁੱਪ ਬੋਲਣਾ ਵੈਖਰੀ ਨਾਮ ਹੋਇਆ ਕਰਦਾ, ਦੂਸਰਾ ਪਾਸੂ ਨਾਮ ਹੋਇਆ ਕਰਦਾ ਰਸਨਾ ਦੇ ਨਾਲ ਜਪਣਾ, ਤੀਸਰਾ ਮਾਨਸਿਕ ਨਾਮ ਹੋਇਆ ਕਰਦਾ ਬਗੈਰ ਜੀਭ ਤੋਂ, ਜੀਭ ਹਿਲਦੀ ਨਹੀਂ ਹੈ ਬਿਨ ਜੇਬਾ ਜੋ ਜਪੇ ਹੋ ਕੋਈ ਜਾਣੇ ਕਹਿ ਸਾਨੂੰ। ਚਲਤ ਵੈਸਤ ਸੋਭਤ ਜਾਗਤ ਗੁਰਮੰਤਰ ਹਿਰਦੈ ਚਤਾਰ, ਚਰਨ ਸ਼ਰਨ ਭਜ ਸੰਗ ਸਾਧੂ ਪਵ ਸਾਗਰ ਉਤਰੇ ਪਾਰ। ਸੋ ਇਹ ਜੋ ਨਾਮ ਹੈ ਇਹ ਪ੍ਰੈਕਟਿਸ ਕਰਨ ਦੇ ਨਾਲ ਇਹ ਆ ਜਾਇਆ ਕਰਦਾ। ਸੋ ਬਾਕੀ ਆਮ ਜੋ ਹੈ, ਕਈ ਪ੍ਰੇਮੀਆਂ ਨੂੰ ਹੁੰਦਾ ਵੀ ਸੰਗਤ 'ਚ ਗਲਤਾ ਚਲਾਤੀ ਵੀ ਪਤਾ ਵੀ ਲੱਗ ਜਾਵੇ। ਸੋ ਸਾਜਨ ਸਿੰਘ ਜੀ ਕਈ ਵਾਰੀ ਇੱਥੇ ਬੇਨਤੀ ਕਰੀ ਹੈ
ਸ਼ੌਕ ਵਾਲੇ ਬੰਦੇ ਜਿਹੜੇ ਨੇ ਉਹ ਗੱਲ ਫੜ ਲੈਂਦੇ ਨੇ, ਜਿਨ੍ਹਾਂ ਨੂੰ ਸ਼ੌਕ ਇਹ ਨਹੀਂ ਗਾ ਕੇ ਨਹੀਂ ਹੈ ਉਹ ਗੱਲ ਫੜਿਆ ਨਹੀਂ ਕਰਦਾ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ, ਚਾਰ ਗੱਲਾਂ ਕਹਿਤੀਆਂ। ਨਾ ਕੋਈ ਮੁੱਲ ਦੇਣ ਵਾਲਾ ਹੈ, ਨਾ ਕੋਈ ਗਾਹਕ ਹੈ, ਨਾ ਕੋਈ ਦੁਕਾਨ ਹੈ, ਨਾ ਸੌਦਾ। ਕਬੀਰੇ ਅਚੰਬਾ ਦੇਖਿਓ, ਹੀਰਾ ਹਾਟ ਪਕਾਏ, ਮਣਜਣ ਹਾਰੇ ਵਾਰਾ ਕੌਡੀ ਬਦਲੇ ਜਾ। ਸੰਤਾਂ ਦੀ ਸੇਵਾ ਕਰੀ ਜਾਓ 10-12 ਸਾਲ, ਤਾਂ ਜਾ ਕੇ ਬਿਨਾਂ ਜੀਭਾ ਅਤੇ ਨਾਮ ਜਪਣ ਦੀ ਯੋਗਤ ਦੱਸਦੇ ਨੇ। ਫਿਰ ਉਹ ਚੱਲਦਾ ਵੀ ਹੈ, ਐ ਨਹੀਂ ਫਿਰ ਉਹ ਐਵੇਂ ਸਮਝ ਲਏ, ਫਿਰ ਅੰਦਰ ਨਾਮ ਦੀ ਧੁੰਨ ਪੈਦਾ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ, ਇਸ ਤਰ੍ਹਾਂ ਕਰਦੇ ਕਰਦੇ ਖੁੱਲ੍ਹੇ ਰਾਹ ਤ੍ਰੁਪਟੀ ਇਸ ਦੁਆਰ, ਸੁਰਤ ਚੜ੍ਹ ਜਾਂਦੀ ਹੈ ਆਗਿਆ ਚੱਕਰ 'ਚ, ਇਹਤੋਂ ਸੰਸਾਰ ਦਲ ਕਮਲ ਆ ਜਾਂਦਾ, ਇੱਥੇ ਚਿੱਤ ਇਕਾਗਰ ਹੋ ਜਾਂਦਾ ਹੈ। ਜਿਉਂ ਜਿਉਂ ਇਕਾਗਰ ਹੋਏਗਾ ਤਿਉਂ ਤਿਉਂ ਅੰਦਰਲੀਆਂ ਸ਼ਕਤੀਆਂ ਭਰਮਾਉਣ ਲੱਗ ਜਾਂਦੀਆਂ। ਤਿੰਨ ਮਾਇਆ ਨੇ ਜਿਹੜੀਆਂ ਆਦਮੀ ਨੂੰ ਪੈਂਦੀਆਂ ਜਗਿਆਸੀ, ਪਹਿਲੀ ਤਾਂ ਬਾਹਰਲੀ ਮਾਇਆ ਹੈ, ਇਹ ਤੋਂ ਬਚ ਜਾਂਦਾ ਆਦਮੀ। ਦੂਸਰੀ ਅੰਦਰਲੀ ਮਾਇਆ ਜਿਹਨੂੰ ਮਾਣ ਦੀ ਮਾਇਆ ਕਹਿੰਦੇ ਨੇ, ਬਾਹਰਲੀ ਚੇਤਨ ਮਾਇਆ ਜੜ ਮਾਇਆ, ਅੰਦਰਲੀ ਮਾਨ ਦੀ ਮਾਇਆ। ਤੀਸਰੀ ਜਿਹੜੀ ਆ ਉਹ ਬਹੁਤ ਜ਼ਬਰਦਸਤ ਮਾਇਆ ਹੈ, ਉਹ ਹੈ ਸ਼ਕਤੀਆਂ ਦੀ ਮਾਇਆ। ਉੱਥੇ ਕੋਈ ਕੋਈ ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਲੰਘਦਾ ਹੈ, ਸਾਰੇ ਨਹੀਂ ਲੰਘ ਸਕਦੇ ਕਿਉਂਕਿ ਉਹ ਇੰਨੀ ਦਿਲਕਸ਼ ਹੈ, ਦਿਲ ਨੂੰ ਮੋਹਣ ਵਾਲੀ ਹੈ। ਆਵਾਜ਼ਾਂ ਆਉਂਦੀਆਂ ਨੇ ਕਿ ਮੈਨੂੰ ਅੰਗੀਕਾਰ ਕਰ, ਮੈਂ ਤੈਨੂੰ 12,000 ਮੀਲ ਥਾਈ ਸਭ ਕੁਝ ਦਿਖਾ ਦੂੰ। ਮਹਾਰਾਜ ਜੀ ਨੇ ਮੈਨੂੰ ਇੱਕ ਵਾਰੀ ਦੱਸਿਆ ਸੀ, ਮੈਂ ਮਹਾਰਾਜ ਨੂੰ ਬੇਨਤੀ ਕਰੀ ਕਿ ਮਹਾਰਾਜ ਤੁਹਾਡਾ ਜੀਵਨ ਲਿਖ ਰਿਹਾ, ਮੈਨੂੰ ਚਿੱਠੀ ਆਈ ਹੈ ਵੀ ਜੇ ਤੁਸੀਂ ਜਾਣਦੇ ਹੋ ਦੱਸ ਦਿਓ। ਮਹਾਰਾਜ ਕਹਿੰਦੇ, ਸੰਤਾਂ ਦੇ ਜੀਵਨ ਦਾ ਕਿਸੇ ਨੂੰ ਕੀ ਪਤਾ ਹੁੰਦਾ, ਕਿਉਂਕਿ ਇਹ ਤਾਂ ਗੁਪਤ ਹੁੰਦਾ ਸਾਰਾ। ਮੈਂ ਥੋੜ੍ਹਾ ਖਹਿੜਾ ਕਰਿਆ ਵੀ ਮਹਾਰਾਜ ਕਿਰਪਾ ਕਰਕੇ ਇਹ ਮੇਰਾ ਸ਼ੰਕਾ ਤਾਂ ਨਿਵਿਰਤ ਕਰੋ, ਕਿਉਂਕਿ ਭੇਤ ਦੀ ਗੱਲ ਤੁਸੀਂ ਕਰੀ ਹੈ। ਕਹਿੰਦੇ ਇਸ ਤਰ੍ਹਾਂ, ਜਦੋਂ ਚਿੱਤ ਇਕਾਗਰ ਹੁੰਦਾ ਹੈ ਸੰਸਾਰ ਦਲ 'ਚ, ਇੱਥੇ ਸ਼ਕਤੀਆਂ ਦਾ ਮੰਡਲ ਹੈ, ਇੱਥੇ ਸ਼ਕਤੀਆਂ ਆਉਂਦੀਆਂ। ਮਾੜਾ ਮੋਟਾ ਤਾਂ ਇੱਥੇ ਤਿਲਕ ਜਾਂਦਾ, ਉਹ ਤਾਂ ਫਿਰ ਗਿਆ ਆਇਆ ਹੋ ਜਾਂਦਾ। ਰਿਧ ਸਿੱਧ ਸਾਹਿਬ ਮੋਹ ਹੈ, ਨਾਮ ਨਾ ਵਸੇ ਮਨ ਆਏ, ਉਹ ਤਾਂ ਨਾਮ ਤੋਂ ਗਿਆ ਕਿਉਂਕਿ ਨਾਮ ਥਾਈ ਪਹੁੰਚਿਆ ਨਹੀਂ ਹੈ। ਹਉਮੈ ਵਿੱਚ ਪੈ ਗਿਆ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਕਹਿੰਦੇ ਪਹਿਲਾਂ ਆਵਾਜ਼ਾਂ ਆਉਣ ਲੱਗ ਗਈਆਂ, ਇੱਕ ਆਵਾਜ਼ ਆਈ ਵੀ ਅਸੀਂ ਸਾਰੀ ਧਰਤੀ ਅਰਥ ਪਲੈਨਟ 'ਤੇ ਜੋ ਕੁਛ ਹੋ ਰਿਹਾ ਸਭ ਦਿਖਾ ਦੂੰ, ਮੈਨੂੰ ਤੁਸੀਂ ਅੰਗੀਕਾਰ ਕਰ ਲਓ। ਮੇਰਾ ਨਾਮ ਦੂਰਦਰਸ਼ਕ ਸਿੱਧੀ ਹੈ। ਦੂਸਰੀ ਆਈ ਕਿ ਮੈਂ ਸਾਰਿਆਂ ਦੇ ਗੁਪਤ ਭੇਦ ਤੁਹਾਨੂੰ ਦੱਸ ਦੂੰ ਵੀ ਦਿਲਾਂ 'ਚ ਕੀ ਸੋਚਦੇ ਨੇ, ਕਿਹਨੇ ਗੁਪਤ ਕਿਹੜਾ ਕੰਮ ਕਰਿਆ, ਅਤੇ ਮੇਰਾ ਨਾਮ ਅੰਤਰਜਾਮਤਾ ਸਿੱਧੀ ਹੈ, ਮੈਨੂੰ ਅੰਗੀਕਾਰ ਕਰੋ। ਫਿਰ ਕਹਿੰਦੇ ਆਵਾਜ਼ ਆਈ ਵੀ ਮੈਂ ਵੱਡੇ ਤੋਂ ਵੱਡੇ ਰਾਜੇ ਪੁਰਸ਼ ਵੱਡੇ ਜਿਹੜੇ ਨੇ ਉਹ ਤੁਹਾਡੇ ਚਰਨਾਂ 'ਚ ਹਾਜ਼ਰ ਕਰੂੰ, ਮੇਰਾ ਨਾਮ ਪ੍ਰੇਰਨਾ ਸ਼ਕਤੀ ਹੈ। ਕਹਿੰਦੇ ਇਸ ਤਰ੍ਹਾਂ ਆਈ ਵੀ ਮੈਂ ਇੱਕ ਖਿੰਨ ਦੇ ਅੰਦਰ ਤੁਹਾਨੂੰ ਸੂਰਜ ਮੰਡਲ ਤੋਂ ਵੀ ਉੱਪਰ ਸਾਰੇ ਮੰਡਲ ਦਿਖਾ ਦੂੰ, ਜਿੰਨਾ ਕੁਛ ਆ ਗੁਪਤ ਵਰਤ ਰਿਹਾ, ਮੈਨੂੰ ਅੰਗੀਕਾਰ ਕਰੋ। ਫਿਰ ਆਈ ਕਿ ਸਰੀਰ ਜਿੱਡਾ ਭਾਰਾ ਜੀ ਕਰੇ ਉੱਡਾ ਕਰ ਲਿਓ, ਜਿੰਨਾ ਸੁਖਸ਼ਮ ਕਰ ਲਓ ਉਨਾ ਕਰ ਲਓ, ਦੋ ਆਈਆਂ। ਕਹਿੰਦੇ ਸਾਨੂੰ ਇੰਨਾ ਵਿਰਾਗ ਸੀ ਅਸੀਂ ਅੱਖ ਭਰ ਕੇ ਬਿਨਾਂ ਦੇਖਿਆ। ਕਹਿੰਦੇ ਇਹ ਤੋਂ ਬਾਅਦ ਅੰਦਰਲੇ ਨੈਣਾਂ ਦੇ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਸ਼ਕਲਾਂ ਬਣ ਕੇ, ਬਹੁਤ ਬਿਊਟੀਫੁੱਲ ਸ਼ਕਲਾਂ ਨੇ, ਇਸਤਰੀ ਰੂਪ 'ਚ ਸਿੱਧੀਆਂ ਆਉਂਦੀਆਂ। ਕਹਿੰਦੇ ਇੱਥੇ ਮੋਇਆ ਜਾਂਦਾ ਬੰਦਾ, ਪਰ ਸਾਨੂੰ ਕਿਉਂਕਿ ਵਿਰਾਗ ਬੜਾ ਜ਼ਬਰਦਸਤ ਸੀ ਅਸੀਂ ਅੱਖ ਭਰ ਕੇ ਬਿਨਾਂ ਇੱਧਰ ਦੇਖਿਆ। ਸੋ ਇਹ ਰਿੱਧੀ ਸਿੱਧੀ ਦਾ ਮੰਡਲ ਮਹਾਤਮਾ ਦੀ ਸੰਗਤ ਤੋਂ ਬਗੈਰ ਪਾਰ ਨਹੀਂ ਹੋਇਆ ਕਰਦਾ, ਇੱਥੇ ਤਿਲਕਦੇ ਨੇ ਸਾਰੇ। ਇਹ ਤੋਂ ਬਾਅਦ ਤ੍ਰੁਪਟੀ ਆ ਜਾਂਦੀ ਹੈ। ਤ੍ਰੁਪਟੀ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ, ਧਿਆਨ ਹੁੰਦਾ, ਧਿਆਤਾ ਧਿਆਨ, ਅਤੇ ਇਹ ਜਦ ਇੱਕ ਰੂਪ ਹੋ ਜਾਂਦੇ ਨੇ ਫਿਰ ਤ੍ਰੁਪਟੀ ਪਾਰ ਕਰ ਜਾਂਦਾ। ਉਹ ਮਹਾਰਾਜ ਪ੍ਰਮਾਣ ਕਰਦੇ ਆ, ਦੱਸਦੇ ਨੇ ਉਸ ਨੂੰ ਕਿ ਇਸ ਤਰ੍ਹਾਂ ਕਰਨ ਦੇ ਨਾਲ ਖੁੱਲ੍ਹੇ ਰਾਹ ਤ੍ਰੁਪਟੀ ਸਟਾਰਾ ਠਹਿਰੇ ਪ੍ਰਾਣ ਜੇ ਦਸਵੇਂ ਦੁਆਰਾ, ਫਿਰ ਦਸਵੇਂ ਦੁਆਰ 'ਚ ਪ੍ਰਾਣ ਠਹਿਰ ਜਾਇਆ ਕਰਦੇ ਨੇ। ਲੇਕਿਨ ਅੱਜ ਦੇ ਮਹਾਤਮਾ ਪ੍ਰਾਣਾਂ ਦੀ ਬਾਤ ਨਹੀਂ ਕਰਦੇ, ਅੱਜ ਦੇ ਸੰਤ ਸੁਰਤ ਦੀ ਬਾਤ ਕਰਦੇ, ਕਿਉਂਕਿ ਸੁਰਤ ਸ਼ਬਦ ਭਵ ਸਾਗਰ ਤਰੀ ਆ। ਸੁਰਤ ਨੂੰ ਸ਼ਬਦ ਦੇ ਨਾਲ ਅਸੀਂ ਲਾਉਣਾ, ਪ੍ਰਾਣਾਂ ਨੂੰ ਨਹੀਂ ਲਾਉਣਾ। ਪ੍ਰਾਣਾਂ ਦਾ ਤਾਂ ਅਸੀਂ ਥੋੜ੍ਹੀ ਦੇਰ ਆਸਰਾ ਲੈ ਕੇ ਅੰਦਰ ਚੜ੍ਹਨਾ। ਸੋ ਉੱਥੇ ਫਿਰ ਤਵਾ ਅਨਾਹਦ ਕੀ ਧੁੰਨ ਖੁੱਲ੍ਹ ਹੈ, ਉੱਥੇ ਅਨਾਹਦ ਦੀ ਧੁੰਨ ਖੁੱਲ੍ਹਣੀ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ, ਵੱਜਰ ਕਪਾਟ ਨਾ ਖੁੱਲ੍ਹਣੀ ਗੁਰ ਸ਼ਬਦ ਕਲੀਜਾ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜਾ। ਉੱਥੇ ਗੁਰੂ ਦਾ ਸ਼ਬਦ ਸੁਣਦਾ, ਵਾਹਿਗੁਰੂ ਵਾਹਿਗੁਰੂ ਸੁਣਦਾ, ਘੱਟ ਵਿੱਚ ਤੇਰੇ ਘੱਟ ਵਿੱਚ ਤੇਰੇ, ਸਤਨਾਮ ਸਤਨਾਮ ਸੁਣਦਾ, ਘੱਟ ਵਿੱਚ ਤੇਰੇ ਘੱਟ ਵਿੱਚ ਤੇਰੇ, ਵਾਹਿਗੁਰੂ ਵਾਹਿਗੁਰੂ ਸੁਣਦਾ।
ਦਸਵਾਂ ਗੁਪਤ ਰਖੀਜੈ, ਵਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜੈ। ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਤਿਤਕਟ ਅੰਤਰ ਚਾਨਣਾ, ਘਰ ਭਗਤ ਮਿਲੀਜੈ। ਸਮੇਂ ਏਕੋ ਵਰਤਦਾ, ਜਨਾਪੇ ਰਚਨ ਰਚਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ। ਸੋ ਉੱਥੇ ਸ਼ਬਦ ਸੁਣਦਾ ਹਰ ਵਕਤ, ਨਾਮ ਦੀ ਧੁਨ ਸੁਣਦੀ ਹੈ। ਅਤੇ ਇਹਨੂੰ ਮਾਨਸਿਕ ਨਾਮ ਕਹਿੰਦੇ ਨੇ, ਮਾਨਸਿਕ ਜਪਣਾ। ਸੋ ਇਹਦਾ ਫਲ ਵੱਧਦਾ ਹੀ ਤੁਰਿਆ ਜਾਂਦਾ, ਹਜ਼ਾਰ ਹਜ਼ਾਰ ਦੀ ਗਿਣਤੀ ਦੇ ਨਾਲ ਵੱਧਦਾ। ਪਹਿਲਾਂ ਰਸਨਾ ਦਾ ਨਾਮ ਹੈ, ਕੰਠ ਦਾ ਨਾਮ ਹੈ, ਹਿਰਦੇ ਦਾ ਨਾਮ ਹੈ, ਨਾਭੀ ਦਾ ਨਾਮ ਹੈ। ਸੋ ਹਿਰਦੇ ਦੇ ਵਿੱਚ ਜਾਂਦਾ ਇਹ ਮਾਨਸਿਕ ਨਾਮ ਬਣ ਜਾਇਆ ਕਰਦਾ। ਇਹ ਅੰਦਰ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ। ਜਦੋਂ ਧੁਨ ਸੁਣਦੀ ਹੈ ਫਿਰ ਧਿਆਨ ਦੀ ਵਾਰੀ ਆ ਜਾਇਆ ਕਰਦੀ। ਚਾਰ ਕਿਸਮ ਦਾ ਧਿਆਨ ਹੁੰਦਾ, ਉਹਦੇ ਬਾਰੇ ਇੱਕ ਵਾਰੀ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਗੁਰਸਿੱਖ ਆਏ। ਉਹਨਾਂ ਨੇ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ, ਕਿਉਂਕਿ ਅਸੀਂ ਇਹ ਯੋਗ ਦੇ ਅੰਗ ਦੇ ਵਿੱਚ ਸਰਵਣ ਕਰਦੇ ਹਾਂ ਕਿ ਧਿਆਨ ਜ਼ਰੂਰੀ ਚੀਜ਼ ਹੋਇਆ ਕਰਦੀ ਹੈ, ਅਤੇ ਆਪ ਕਿਰਪਾ ਕਰਕੇ ਇਹ ਦੱਸੋ ਵੀ ਧਿਆਨ ਕਿਸ ਦਾ ਧਰਨਾ ਚਾਹੀਦਾ। ਸੋ ਮਹਾਰਾਜ ਕਹਿਣ ਲੱਗੇ, ਤੁਸੀਂ ਕਿਸ ਦਾ ਧਰਦੇ ਹੋ? ਕਹਿੰਦੇ ਮਹਾਰਾਜ ਸਾਨੂੰ ਪਤਾ ਨਹੀਂ, ਕੋਈ ਚਤੁਰਮੁਖੀ ਭਗਵਾਨ ਦਾ ਧਰਦਾ, ਕੋਈ ਕਿਸੇ ਦਾ ਧਰਦਾ, ਕੋਈ ਕਿਸੇ ਦਾ ਧਰਦਾ। ਮਹਾਰਾਜ ਕਹਿੰਦੇ ਦੇਖੋ, ਗੁਰੂ ਅਤੇ ਪਰਮੇਸ਼ਰ ਇੱਕ ਹੋਇਆ ਕਰਦੇ ਨੇ, ਅਤੇ ਗੁਰੂ ਦਾ ਜਿਹੜਾ ਧਿਆਨ ਹੈ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਹੋਇਆ ਕਰਦਾ। ਤਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਤਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ। ਸ਼ਬਦ ਮੰਤਰ ਮਾਨਵਾ। ਸੋ ਗੁਰੂ ਜੋ ਹੁੰਦਾ ਹੈ ਉਹਦੇ 'ਚ ਇਹ ਨਿਹਚਾ ਰੱਖਣਾ ਕਿ ਵਾਹਿਗੁਰੂ ਆਪ ਹੀ ਹੈ। ਜਿੰਨਾ ਚਿਰ ਅਸੀਂ ਇਹ ਨਿਹਚਾ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਗੁਰੂ ਤੋਂ ਕੋਈ ਲਾਭ ਨਹੀਂ ਉਠਾ ਸਕਦੇ। ਜਿਹਨੇ ਇਹ ਨਿਹਚਾ ਰੱਖਿਆ ਵੀ ਗੁਰੂ ਅਤੇ ਗੋਬਿੰਦ ਦੋਏ ਇੱਕ ਨੇ, ਉਹ ਪਹੁੰਚੇ ਨੇ। ਜਿਹਨਾਂ ਦੇ ਮਨ ਵਿੱਚ ਘੱਟ ਨਿਹਚਾ ਉਹ ਰਹਿ ਗਏ। ਇੱਕ ਵਾਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੰਗਤ ਵਿੱਚ ਬੈਠੇ, ਆਪਨੇ ਭਾਈ ਬਾਲਾ ਜੀ ਤੋਂ ਪੁੱਛਿਆ, ਕਹਿੰਦੇ ਭਾਈ ਬਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਨੌ ਖੰਡ ਸੱਤਾਂ ਦੀਪਾਂ ਜਿੱਥੇ ਜਿੱਥੇ ਵੀ ਉਹਨਾਂ ਦੇ ਕੌਤਕ ਕਰੇ ਸਾਰੇ ਦੇਖੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿਣ ਲੱਗੇ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਪੂਰੇ ਸੰਤ ਸੀਗੇ। ਮਹਾਰਾਜ ਕਹਿੰਦੇ, ਚੰਗਾ ਭਾਈ ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਕੀ ਦੱਸਦੇ ਰਹੇ, ਤੁਸੀਂ ਕੀ ਸਮਝਦੇ ਰਹੇ? ਕਹਿਣ ਲੱਗੇ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ, ਅੱਛਾ ਬਾਬਾ ਜੀ ਤੁਸੀਂ ਬ੍ਰਹਮ ਗਿਆਨੀ। ਸਾਰਿਆਂ ਨੂੰ ਪੁੱਛਿਆ, ਚਾਰ ਕਿਸਮ ਦਾ ਨਿਹਚਾ ਹੋਇਆ ਕਰਦਾ ਗੁਰੂ 'ਤੇ। ਪਹਿਲਾਂ ਤਾਂ ਇਹ ਹੋਇਆ ਕਰਦਾ ਵੀ ਮੇਰਾ ਗੁਰੂ ਬਹੁਤ ਅੱਛਾ ਸੰਤ ਹੈ। ਦੂਸਰਾ ਹੋਇਆ ਕਰਦਾ ਵੀ ਮੇਰਾ ਗੁਰੂ ਸਾਰੇ ਸੰਤਾਂ ਤੋਂ ਵੱਡਾ ਸੰਤ ਹੈ। ਤੀਸਰਾ ਨਿਹਚਾ ਹੋਇਆ ਕਰਦਾ ਕਿ ਮੇਰਾ ਗੁਰੂ ਵਾਹਿਗੁਰੂ ਵਰਗਾ ਹੀ ਹੈ। ਚੌਥਾ ਨਿਹਚਾ ਹੋਇਆ ਕਰਦਾ ਕਿ ਮੇਰਾ ਗੁਰੂ ਤਾਂ ਆਪ ਹੀ ਪਰਮੇਸ਼ਰ ਹੈ। ਸੋ ਸਾਰਿਆਂ ਨੇ ਪੁੱਛਿਆ ਵੀ ਪਾਤਸ਼ਾਹ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਤਾਂ ਉਸ ਵੇਲੇ ਮਹਾਰਾਜ ਦੇ ਨੇਤਰ ਬੰਦ ਹੋ ਗਏ, ਭਾਵ 'ਚ ਆ ਗਏ, ਕੋਏ ਕੋਲੋਂ ਦੋਹਾਂ ਤੋਂ ਇੱਕ ਇੱਕ ਹੰਝੂ ਹੇਠਾਂ ਨੂੰ ਤੁਰਿਆ। ਥੋੜ੍ਹੀ ਦੇਰ ਤੋਂ ਬਾਅਦ ਬੋਲੇ, ਕਹਿੰਦੇ ਪ੍ਰੇਮੀਓ,
ਕਰੋੜਾਂ ਬ੍ਰਹਮੰਡਾਂ ਦਾ ਮਾਲਕ ਗੁਰੂ ਨਾਨਕ ਆਪ ਹੈ ਪਰਮੇਸ਼ਰ। ਗੁਰੂ ਨਾਨਕ ਰੂਪ ਧਾਰ ਕੇ ਸੰਸਾਰ ਦਾ ਉਧਾਰ ਕਰਨ ਆਏ ਸੀ ਗੁਰੂ ਪਰਮੇਸ਼ਰ ਹੋ। ਅਸੀਂ ਤਾਂ ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਸਮਝਦੇ ਰਹੇ। ਸੋ ਕਹਿਣ ਲੱਗੇ, ਪਾਤਸ਼ਾਹ ਤਾਂ ਹੀ ਤੁਸੀਂ ਪਾਰ ਬ੍ਰਹਮ ਪਰਮੇਸ਼ਰ ਦੀ ਦਰਜਾ ਆਪ ਨੂੰ ਪ੍ਰਾਪਤ ਹੋ ਗਿਆ। ਸੋ ਜਿਹਾ ਜਿਹਾ ਨਿਚਾ ਵੈਸਾ ਹੀ ਹੁੰਦਾ। ਸੋ ਇਹ ਧਿਆਨ ਜੋ ਹੈ ਇਹ ਤ੍ਰੁਕਟੀ ਵਿੱਚ ਧਰਿਆ ਜਾਂਦਾ। ਜਦੋਂ ਤ੍ਰੁਕਟੀ ਖੁੱਲ੍ਹਦੀ ਹੈ, ਖੁੱਲ੍ਹੇ ਰਾਹ ਤ੍ਰੁਕਟੀ ਇਸਟਾਰਾ, ਠਹਿਰੇ ਪ੍ਰਾਣ ਜੇ ਦਸਵੇਂ ਦੁਆਰਾ, ਤਵੇ ਅਨਾਹਤ ਕੀ ਧੁਨ ਖੁੱਲ੍ਹ ਹੈ, ਦਰਸ਼ਨ ਪਰਮ ਜੋਤ ਕੋ ਮਿਲ, ਉੱਥੇ ਜੋਤੀ ਦਾ ਪ੍ਰਕਾਸ਼ ਹੁੰਦਾ ਹੈ। ਝਿਲ ਮਿਲਕ ਆਰ ਮਹਾਨ ਪ੍ਰਕਾਸ਼, ਜੈ ਪਿਖਵਾਏ ਵਿਸ਼ੇਸ਼ ਸੁਖ ਰਸ। ਜਿਉਂ ਜਿਉਂ ਧਰਹੀ ਧਿਆਨ ਕੋ ਤਿਉਂ ਤਿਉਂ ਧਨ ਵੱਧ ਜਾਏ। ਜਿਉਂ ਜਿਉਂ ਧਿਆਨ ਧਰਦਾ ਜਾਂਦਾ, ਜਿਉਂ ਜਿਉਂ ਧਿਆਨ ਵੱਧਦਾ ਜਾਂਦਾ, ਤਿਉਂ ਤਿਉਂ ਨਾਮ ਦਾ ਧਨ ਵੱਧਦਾ ਜਾਂਦਾ। ਸੋ ਇਸ ਤੋਂ ਬਾਅਦ ਪੰਜਵਾਂ ਜੋ ਅੰਗ ਹੈ ਕਹਿੰਦੇ ਉਹ ਹੈ ਪ੍ਰਤਿਹਾਰ। ਪ੍ਰਤਿਹਾਰ ਹੁੰਦਾ ਹੈ ਵਾਰ ਵਾਰ ਮਨ ਨੂੰ ਰੋਕਣਾ, ਵਾਰ ਵਾਰ ਰੋਕਣਾ, ਮਨ ਦੌੜਦਾ ਫਿਰ ਰੋਕਣਾ। ਸੋ ਅੰਗ ਇਹ ਸੀ ਕਿ ਜੁਗਲ ਵਿਚਾਰੋ, ਇਹਦੇ ਦੋ ਵਿਚਾਰ ਨੇ। ਪ੍ਰਥਮ ਗਿਆਨ ਰਖੀਕ ਸੁਧਾਰੋ, ਆ ਗਿਆਨ ਇੰਦਰੀਆਂ ਨੇ, ਅੱਖਾਂ ਨੱਕ ਕੰਨ, ਇਹਨਾਂ ਦਾ ਸੁਧਾਰ ਕਰਨਾ। ਬਾਹਰ ਮੁਖ ਤੇ ਅੰਤਰ ਲਿਆਵਨ, ਨਿਜ ਆਨੰਦ ਮੋਹ ਕਰੇ ਟਿਕਾਵਨ। ਨਿਜ ਆਨੰਦ ਭਜਨ ਦਾ ਜਿਹੜਾ ਆਨੰਦ ਹੈ ਉਹਦੇ 'ਚ ਬਾਹਰੋਂ ਘੇਰ ਘੇਰ ਕੇ ਲਿਆ ਕੇ ਇਹਨਾਂ ਨੂੰ ਟਿਕਾਉਣਾ। ਦੁਤੀਆ ਅੰਗ ਸੁਣੋ ਚਿੱਤ ਲਾਏ, ਅਸਨ ਜੋ ਰਜ ਤੁਮ ਜੁਗਲ ਤਜਾਏ। ਨਾਲੇ ਤਾਂ ਰਜੋ ਗੁਣ ਨੂੰ ਛੱਡ ਦਿਉ, ਨਾਲੇ ਤਮੋ ਗੁਣ ਨੂੰ ਛੱਡ ਦਿਉ। ਸਤੋ ਗੁਣੀ ਲੈ ਅਲਪ ਹਾਰਨ, ਥੋੜ੍ਹਾ ਹਾਰ ਖਾ ਕੇ ਸਤੋ ਗੁਣੀ ਰਹਿਣਾ। ਪ੍ਰਤਿਹਾਰ ਸੋ ਨੀਕ ਵਿਚਾਰ, ਇਹਦੇ ਨਾਲ ਜਿਹੜਾ ਪ੍ਰਤਿਹਾਰ ਦਾ ਅੰਗ ਹੈ ਪੂਰਾ ਹੋ ਜਾਂਦਾ। ਵਾਰ ਵਾਰ ਮਨ ਨੂੰ ਬਾਣੀ ਦੇ ਆਸਰੇ ਨਾਲ ਰੋਕ ਰੋਕ ਕੇ ਅੰਦਰ ਲਾਉਣ। ਸੋ ਇਹਦੇ ਬਾਅਦ ਅਗਲਾ ਅੰਗ ਜਿਹੜਾ ਹੈ ਉਹ ਕਹਿਣ ਲੱਗੇ ਵੀ ਛੇਵਾਂ ਅੰਗ ਹੁੰਦਾ ਧਾਰਨਾ। ਧਾਰਨਾ ਹੁੰਦਾ ਹੈ ਬਈ ਸੰਕਲਪ ਉੱਠਦਾ ਫਿਰ ਰੋਕ ਦੇਣਾ, ਫਿਰ ਸੰਕਲਪ ਉੱਠਦਾ ਫਿਰ ਰੋਕ ਦੇਣਾ। ਮਨ ਨਾਲੇ ਝਗੜਾ, ਮਨ ਨਾਲ ਝਗੜਾ, ਮਨੀ ਨਾਲ ਸੱਥ, ਇਹਦਾ ਖਬਰਦਾਰੀ ਰੱਖਣੀ ਵੀ ਸੰਕਲਪ ਉੱਠਣ ਨਹੀਂ ਦੇਣਾ। ਤੇ ਪ੍ਰਤੀ ਬਿੰਬ ਸੰਕਲਪ ਜਾਨੋ, ਤੇ ਪੁਨ ਪੁਨ ਕਰੇ ਹਟਾਵਨ, ਜੋ ਹੈ ਧਿਆਨ ਵਿਖੇ ਮਨ ਪਲਾਵਨ। ਫਿਰ ਕਹਿੰਦੇ ਧਿਆਨ ਵਿੱਚ ਮਨ ਲਾਵੇ, ਸਪਤਮ ਅੰਗ ਜੋਗ ਕੋ ਧਿਆਨਾ, ਦੁਆ ਪ੍ਰਕਾਰ ਕਾ ਲਖੋ ਸੁਜਨ। ਦੋ ਪ੍ਰਕਾਰ ਦਾ ਧਿਆਨ ਹੋਇਆ ਕਰਦਾ, ਗੁਰਮੂਰਤ ਕਾ ਤਰੈ ਧਿਆਨ, ਸੋ ਬਾਹਰ ਮੁਖ ਧਿਆਨ ਵਿਖਾਣ। ਦੋ ਕਿਸਮ ਦਾ ਧਿਆਨ ਹੈ, ਲੇਕਿਨ ਮਹਾਂਪੁਰਸ਼ ਤਿੰਨ ਕਿਸਮ ਦਾ ਕਹਿੰਦੇ ਨੇ। ਪਹਿਲਾ ਧਿਆਨ ਹੋਇਆ ਕਰਦਾ ਉਹਨੂੰ ਪ੍ਰਤੀਕ ਧਿਆਨ ਕਹਿੰਦੇ ਨੇ। ਪ੍ਰਤੀਕ ਧਿਆਨ ਹੁੰਦਾ ਹੈ ਵੀ ਕਿਸੇ ਪਵਿੱਤਰ ਹਸਤੀ 'ਚ ਇਹ ਭਾਵਨਾ ਕਰ ਲੈਣੀ ਵੀ ਇਹ ਪਰਮੇਸ਼ਰ ਹੈ, ਅਤੇ ਉਹਦਾ ਧਿਆਨ ਧਰਨਾ। ਜਦੋਂ ਅਜਾਮਲ ਨੂੰ ਉਪਦੇਸ਼ ਦਿੱਤਾ ਮਹਾਤਮਾ ਨੇ ਤਾਂ ਇਹ ਕਿਹਾ ਵੀ ਅਜਾਮਲ ਤੂੰ ਆਪਣੇ ਪੁੱਤਰ ਦੇ ਵਿੱਚ ਨਰਾਇਣ ਭਾਵਨਾ ਰੱਖੀ, ਅਸੀਂ ਨਾਂ ਵੀ ਨਰਾਇਣ ਰੱਖ ਦਿੰਦੇ ਹਾਂ। ਭਾਵਨਾ ਬਣਦੀ ਨਹੀਂ ਸੀ, ਪੁੱਤਰ ਕਹਿੰਦਾ ਸੀ, ਜ਼ੋਰ ਲਾਉਂਦਾ ਸੀ ਮੇਰੀ ਭਾਵਨਾ ਬਣ ਜਾਏ, ਭਾਵਨਾ ਬਣਨੀ ਖੇਡ ਨਹੀਂ ਹੋਇਆ ਕਰਦੀ, ਬਹੁਤ ਔਖੀ ਆ ਭਾਵਨਾ ਬਣਨੀ। ਲੇਕਿਨ ਜਦ ਅੰਤ ਸਮਾਂ ਆ ਗਿਆ, ਅੰਤਕਾਲ ਜਮਦੂਤ ਵੇਖ, ਪੁੱਤਰ ਨਰਾਇਣ ਬੋਲੇ ਛਾਇਆ, ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਮੁੱਖ ਕਰ ਨਾਰਾਇਣ ਬੁਲਾਰੇ। ਨਾਰਾਇਣ ਨੂੰ ਹਾਕ ਮਾਰੀ ਅਤੇ ਭਾਵਨਾ ਕਿਉਂਕਿ ਨਾਰਾਇਣ ਵਿੱਚ ਹੋਈ ਹੋਈ ਸੀ ਅਤੇ ਨਾਰਾਇਣ ਕਹਿ ਕੇ ਹਾਕ ਮਾਰ ਦਿੱਤੀ, ਮੇਰੇ ਠਾਕਰ ਕੇ ਮਨ ਭਈ ਭਾਵਨੀ, ਜਮ ਕੰਕਰ ਮਾਰ ਵਿਤਾ। ਇਹਨੂੰ ਪ੍ਰਤੀਕ ਧਿਆਨ ਕਹਿੰਦੇ ਨੇ, ਬਈ ਕਿਸੇ ਮਹਾਂਪੁਰਸ਼ ਗੁਰੂ ਦੇ ਅੰਦਰ ਇਹ ਭਾਵਨਾ ਕਰਨੀ ਵੀ ਇਹ ਪਰਮੇਸ਼ਰ ਹੈ। ਦੂਸਰਾ ਹੋਇਆ ਕਰਦਾ ਹੈ ਸੰਪਤ ਧਿਆਨ, ਉਹ ਹੋਇਆ ਕਰਦਾ ਹੈ ਗੁਰੂ ਨੂੰ ਪਰਮੇਸ਼ਰ ਦਾ ਸਰੂਪ ਸਮਝਣਾ, ਵੀ ਇਹ ਤਾਂ ਆਪ ਹੀ ਗੁਰੂ ਹੈ। ਬਾਣੀ ਵੀ ਐਸਾ ਫਰਮਾਨ ਕਰਦੀ ਆਪਣੇ ਗੋ ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਨਾਨਕ ਭੇਦ ਨਾ ਪਾਈ, ਨਾਨਕ ਭੇਦ ਨਾ ਪਾਈ।
ਦੇਖਿਆ ਇੱਕ ਬਸ ਤੋਂ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਸੋ ਗੁਰੂ ਨੂੰ ਅਤੇ ਗੋਬਿੰਦ ਨੂੰ ਇੱਕੋ ਹੀ ਕਰਕੇ ਜਾਣਨਾ, ਇਹ ਧਿਆਨ ਹੋਇਆ ਕਰਦਾ। ਇਹਨੂੰ ਕਹਿੰਦੇ ਨੇ ਸੰਪਤ ਧਿਆਨ। ਤੀਸਰਾ ਹੋਇਆ ਕਰਦਾ ਅਹੰਗ੍ਰਹਿ। ਅਹੰਗ੍ਰਹਿ ਧਿਆਨ ਹੋਇਆ ਕਰਦਾ, ਇਹਦੇ ਅੰਦਰ ਧਿਆਨ ਵਿੱਚ ਫਰਕ ਹੈ। ਪਹਿਲਾਂ ਸਾਕਾਰ ਦਾ ਧਿਆਨ ਹੁੰਦਾ। ਕਈ ਪ੍ਰੇਮੀ ਇੱਥੇ ਤਰਕ ਕਰਦੇ ਨੇ ਵੀ ਸਾਕਾਰ ਦਾ ਧਿਆਨ ਤਾਂ ਬੁੱਤ ਪ੍ਰਸਤੀ ਹੋ ਗਿਆ। ਬੁੱਤ ਤਾਂ ਅਸੀਂ ਪੂਜਦੇ ਹਾਂ, ਸਾਡਾ ਸਰੀਰ ਵੀ ਬੁੱਤ ਹੈ, ਕੋਠੀਆਂ ਵੀ ਬੁੱਤ ਨੇ, ਪੈਸੇ ਟਕੇ ਵੀ ਬੁੱਤ ਨੇ, ਪੁੱਤਰ ਵੀ ਬੁੱਤ ਨੇ, ਇਸਤਰੀ ਵੀ ਬੁੱਤ ਹੈ। ਉਹਨੂੰ ਸਾਰਿਆਂ 'ਚੋਂ ਸ੍ਰੇਸ਼ਟ ਜੇ ਕੋਈ ਬੁੱਤ ਵਜੂਦ ਹੈ ਤਾਂ ਉਹ ਗੁਰੂ ਦਾ ਵਜੂਦ ਹੈ। ਸੋ ਗੁਰੂ ਨੂੰ ਜਦ ਅਸੀਂ ਧਿਆਨ 'ਚ ਲਿਆਉਂਦੇ ਹਾਂ ਤਾਂ ਪਰਮ ਪਵਿੱਤਰ ਵਜੂਦ ਸਾਡੇ ਅੰਦਰ ਆ ਕੇ ਨਿਵਾਸ ਕਰ ਲੈਂਦਾ। ਸੋ ਇਹ ਪਹਿਲਾ ਧਿਆਨ ਹੋਇਆ ਕਰਦਾ, ਗੁਰ ਕੀ ਮੂਰਤ ਕਾ ਤਰੈ ਧਿਆਨ। ਸੋ ਬਾਹਰਮੁਖ ਧਿਆਨ ਬਖਾਨ, ਇਹ ਬਾਹਰਮੁਖੀ ਧਿਆਨ ਹੁੰਦਾ। ਇਹਦੇ ਬਾਅਦ ਅੰਤਰਮੁਖ ਧਿਆਨ ਹੁੰਦਾ, ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੇ ਸ਼ਬਦ ਦੀ ਧੁਨ ਦਾ ਧਿਆਨ ਧਰਨ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ। ਸੋ ਫਿਰ ਇਹ ਜਦੋਂ ਸ਼ਬਦ ਦਾ ਧਿਆਨ ਧਰਦੇ ਹਾਂ, ਇਹ ਅਹੰਗ੍ਰਹਿ ਧਿਆਨ ਹੋਇਆ ਕਰਦਾ। ਇਹਦੇ ਪਿਛਲੇ ਪਾਸੇ ਵਾਹਿਗੁਰੂ ਪੂਰੀ ਸ਼ਕਤੀ ਦੇ ਨਾਲ, ਜਦ ਅਸੀਂ ਵਾਹਿਗੁਰੂ ਕਹਿੰਦੇ ਹਾਂ, ਅੱਖਰਾਂ ਦੇ ਪਿੱਛੇ ਦੇਖੋ ਕੌਣ ਹੈ ਜਿਹਨੂੰ ਅਸੀਂ ਕਹਿ ਰਹੇ। ਜਦ ਉਹ ਸਾਡੇ ਨੇਚੇ ਦੇ ਅੰਦਰ ਆ ਜਾਵੇ ਫਿਰ ਕੀ ਹੁੰਦਾ, ਉਹ ਧਿਆਨ ਅਹੰਗ੍ਰਹਿ ਧਿਆਨ ਹੁੰਦਾ। ਤਿੰਨ ਫੁੱਲ ਉਹਦੀ ਭੇਟਾ ਕਰਨੇ ਪੈਂਦੇ ਨੇ। ਪਹਿਲਾ ਫੁੱਲ ਹੁੰਦਾ ਬੋਧ ਗਿਆਨ, ਦੂਸਰਾ ਹੋਇਆ ਕਰਦਾ ਸਮ, ਵੀ ਸਾਰਿਆਂ 'ਚ ਉਹ ਵਰਤਦਾ। ਤੀਸਰਾ ਹੋਇਆ ਕਰਦਾ ਸਮ ਨਾਮ, ਵੀ ਉਹ ਸਾਰਾ ਹੀ ਪਰਿਪੂਰਨ ਉਹੀ ਹੈ, ਦੂਸਰਾ ਹੋਰ ਕੋਈ ਨਹੀਂ। ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਉਹਦੀ ਪੂਜਾ ਕਰਨੀ। ਸੋ ਤਿੰਨ ਫੁੱਲਾਂ ਦੇ ਨਾਲ ਪੂਜਾ ਹੋਇਆ ਕਰਦੀ ਹੈ ਨਿਰਗੁਣ ਦੀ। ਨਿਰਗੁਣ ਦਾ ਧਿਆਨ ਨਹੀਂ ਹੋਇਆ ਕਰਦਾ, ਨਿਰਗੁਣ ਦਾ ਗਿਆਨ ਹੋਇਆ ਕਰਦਾ, ਚੌਥਾ ਗਿਆਨ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਅਸੀਂ ਸ਼ਬਦ ਦਾ ਧਿਆਨ ਧਰਦੇ ਹਾਂ, ਸ਼ਬਦ ਸਾਡੇ ਅੰਦਰ ਰਮ ਜਾਂਦਾ। ਗੁਰ ਕੇ ਚਰਨ ਰਿਹਦੇ ਲੈ ਤਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਭਰਮ ਪੂਲਾ ਸੰਸਾਰ, ਗੁਰਬਿਨ ਕੋਏ ਨੋਤਰ ਸਵਾਰ। ਸੋ ਗੁਰੂ ਨੂੰ ਧਿਆਨ ਧਰਦੇ ਧਰਦੇ ਅਵਸਥਾ ਕੀ ਆਏਗੀ ਕਿ ਧਿਆਤਾ ਧਿਆਨ ਅਤੇ ਤਿੰਨਾਂ ਦੀ ਤ੍ਰੁਪਟੀ ਖਤਮ ਹੋ ਕੇ ਗਾਇਬ ਹੋ ਜਾਏਗੀ। ਇਹਦੇ ਬਾਅਦ ਵਿਵੇਕ ਮੰਡਲ 'ਚ ਬਿਰਤੀ ਆਪਣੇ ਆਪ ਦਾਖਲ ਹੋ ਜਾਇਆ ਕਰਦੀ। ਸੋ ਇਹ ਗਿਆਨ ਦਾ ਮੰਡਲ ਖੁੱਲ੍ਹ ਜਾਇਆ ਕਰਦਾ, ਦਸਵੇਂ ਦੁਆਰ ਦਾ ਮੰਡਲ। ਸੋ ਉੱਥੇ ਸ਼ਬਦ ਦਾ ਧਿਆਨ ਹੁੰਦਾ, ਧੁਨ ਵੱਜਦੀ ਹੈ ਹਰੇਕ ਦੇ ਅੰਦਰ। ਨੌ ਨੇ ਦਮਰਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤ ਨਾਦ, ਕਹਿ ਨਾ ਜਾਈ ਅਚਾਰਜ ਵਿਸਮਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ ਹਾਂ, ਗੁਰਮੁਖ ਕਥ ਕਹਾਣੀ। ਜਦੋਂ ਇਹ ਅਵਸਥਾ ਹੋ ਜਾਇਆ ਕਰਦੀ ਹੈ ਫਿਰ ਸਮਾਧੀ ਲੱਗ ਜਾਇਆ ਕਰਦੀ। ਜਬੈ ਅਨਾਹਦ ਧੁਨ ਖੁੱਲ੍ਹ ਜਾਵੇ, ਕਿਦੋ ਜੋਤ ਕੋ ਧਿਆਨ ਲਗਾਵੇ। ਕਿੰਨੀ ਕਿਸਮ ਦੀਆਂ ਜੋਤੀਆਂ ਨੇ, ਬੇਅੰਤ ਕਿਸਮ ਦੀਆਂ ਜੋਤੀਆਂ ਮਹਾਰਾਜ ਨੇ ਲਈ। ਇਹ ਅੰਤਰਿਕ ਮਨ ਮੈਂ ਪਹਿਚਾਨੋ, ਅਸ਼ਟਮ ਅੰਗ ਸਮਾਧ ਬਖਾਨੋ। ਸੱਤਵਾਂ ਧਿਆਨ ਆ ਗਿਆ, ਅੱਠਵਾਂ ਫਿਰ ਸਮਾਧੀ ਲੱਗ ਗਈ। ਜਬ ਮਨ ਠਹਿਰੇ ਹੋਏ ਅਡੋਲਾ, ਤੇ ਕੋ ਨਾਦ ਸਮਾਧ ਅਮੋਲਾ। ਸੋ ਸਮਾਧ ਹੈ ਉਭੈ ਪ੍ਰਕਾਰੀ, ਦੋ ਕਿਸਮ ਦੀ ਸਮਾਧ ਹੁੰਦੀ ਹੈ। ਇੱਕ ਦਾ ਨਾਂ ਨਿਰਵਿਕਲਪ ਹੈ, ਇੱਕ ਨਾਂ ਸਾਵ ਵਿਕਲਪ ਹੈ। ਸਾਵ ਵਿਕਲਪ ਦੇ ਵਿੱਚ ਆਪਣਾ ਗਿਆਨ ਰਹਿੰਦਾ, ਨਿਰਭ ਵਿਕਲਪ ਸਮਾਧ ਦੇ ਅੰਦਰ ਤ੍ਰਿਪਟੀ ਗਿਆਤਾ ਗਿਆਨ ਗਏ ਦੀ ਟੁੱਟ ਕੇ ਨਿਰਵਿਕਲਪ ਸਮਾਧ ਹੋ ਕੇ ਇਸ ਤੋਂ ਉੱਪਰ ਲੰਘ ਜਾਂਦਾ, ਉਹਨੂੰ ਸਹਿ ਸਮਾਧ ਕਹਿੰਦੇ। ਸੋ ਜਨ ਵਿਕਲਪ ਕਹਿਤ ਹੈ ਜੋਗੀ ਪੁਰਖ ਸਜਾਨ, ਆਪ ਭਿੰਨ ਨਹਿ ਭਿੰਨ ਧਿਆਨ, ਨਾ ਆਪ ਬਾਹਰ ਰਿਹਾ ਨਾ ਧਿਆਨ ਭਿੰਨ ਰਿਹਾ, ਰੱਬ ਦਾ ਹੀ ਰੂਪ ਬਣ ਗਿਆ। ਇੱਥੇ ਹੁਣ ਸੁਣਦਾ ਕੀ ਹੈ, ਜਿੰਨਾ ਸੁਣਦਾ ਸਾਰਾ ਹੀ ਨਾਮ ਸੁਣਦਾ, ਜਿੰਨਾ ਦੇਖਦਾ ਸਾਰਾ ਹੀ ਗਿਆਨ ਹੈ, ਬ੍ਰਹਮ ਦ੍ਰਿਸ਼ਟੀ ਹੋ ਜਾਇਆ ਕਰਦੀ ਹੈ ਇਸ ਤਰ੍ਹਾਂ ਦੇ ਨਾਲ। ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ, ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ।
ਗੁਰੂ ਸੋ ਬਿਨ ਹਰ ਜਾਪਤ ਹੈ ਨਹੀਂ। ਇੰਨਾ ਧਿਆਨ ਪੱਕ ਜਾਂਦਾ ਕਿ ਨਾਮ ਦੀ ਧੁਨੇ ਸੁਣਾਈ ਦਿੰਦੀ ਆ ਸਭ ਤਾਂ। ਸੋ ਇਹ ਨਿਰਵਿਕਲਪ ਜਦ ਸਮਾਧ ਲੱਗ ਜਾਂਦੀ ਆ ਆਪਣਾ ਆਪ ਲੀਨ ਹੋ ਜਾਂਦਾ ਵੈਰ। ਸੋ ਮਹਾਰਾਜ ਕਹਿਣ ਲੱਗੇ ਰਾਜਨ, ਰਾਜਾ ਸ਼ਿਵਨਾਗ, ਇਹ ਅਸ਼ਟੰਗ ਤੈਨੂੰ ਯੋਗ ਦੇ ਦੱਸੇ ਨੇ, ਇਹਨੂੰ ਕਸ਼ਟ ਯੋਗ ਕਹਿੰਦੇ ਨੇ। ਇਹ ਜੇ ਕੋਈ ਕਰਦਾ ਇਹਦੇ ਅੰਦਰ ਨਤੀਜੇ ਆਉਂਦੇ ਨੇ, ਅੰਦਰਲੀਆਂ ਖੇਲਾਂ ਆਉਂਦੀਆਂ, ਰੋਸ਼ਨੀਆਂ ਆਉਂਦੀਆਂ, ਆਨੰਦ ਸ਼ਬਦ ਆਉਂਦੇ ਆ। ਦੂਸਰਾ ਜੋ ਹੈ ਉਹ ਇਹ ਤੋਂ ਬਹੁਤ ਸਿਖਾਲਾ, ਉਹਨੂੰ ਗ੍ਰਿਸਤੀ ਵੀ ਕਰ ਸਕਦੇ ਨੇ, ਕਾਰੋਬਾਰੀ ਬੰਦੇ ਵੀ ਕਰ ਸਕਦੇ ਨੇ, ਬਿਜ਼ਨਸਮੈਨ, ਨੌਕਰੀਆਂ ਚਾਕਰੀਆਂ ਵਾਲੇ ਸਭ ਕਰ ਸਕਦੇ ਨੇ। ਉਹਦਾ ਨਾਮ ਭਗਤ ਯੋਗ ਹੈ। ਸੋ ਮਹਾਰਾਜ ਆ ਭਗਤ ਯੋਗ ਵੀ ਦੱਸੋ। ਸੋ ਮਹਾਰਾਜ ਨੇ ਫਿਰ ਭਗਤ ਯੋਗ ਵਾਸਤੇ ਚਾਨਣਾ ਪਾਇਆ। ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੀ ਵਾਰੀ ਇਸ ਦੀ ਵਿਚਾਰ ਹੋਏਗੀ ਕਿ ਕਸ਼ਟ ਯੋਗ ਦੀ ਬਾਤ ਕਰੀਏ, ਬੇਨਤੀ ਕਰੀਏ, ਅਤੇ ਭਗਤੀ ਯੋਗ ਦੀ ਮਹਾਰਾਜ ਨੇ ਕਰਾਈ, ਫਿਰ ਅਗਲੇ ਪ੍ਰੋਗਰਾਮ 'ਚ ਕਰਾਂਗੇ। ਸੋ ਹੁਣ ਸਾਰੇ ਪ੍ਰੇਮੀ ਗੁਰਸਤੱਤਰ 'ਚ ਬੋਲੋ, ਕਿਉਂਕਿ ਦੇਗ ਨੂੰ ਭੋਗ ਲੱਗ ਚੁੱਕਿਆ।